हेलो नमस्ते आदाब सत श्री अकाल दोस्तों, तुसी वेख रहे हो टीवी 16 टोरंटो चैनल ते मैं तुहाडा अपना दोस्त होस्ट जसविंदर सिंह काका ते मैं लेके आजरा तुहाडा अपना फेवरेट प्रोग्राम सफर। दोस्तों सफर सफर का नाम ही तुसी समझ गए हो कि जिंदगी दे सफर की गल आ जांदी। जिंदगी दे सफर दे विच अलग अलग तरह के सफर आ जाते हैं, जिदा मैं पहला भी गल करता हुंदा कि हर फील्ड का अपना एक सफर हुंदा। जिंदगी दे सफर तो सारी उम्र ही चलता रहिंदा, पर उहदे विच कैटेगरियां दे जिहड़े सफर चल जाते हैं। कोई किसी फील्ड का सफर करता, कोई किसी फील्ड का स्पोर्ट्समैन स्पोर्ट्स के खेत्र का सफर करता, जे कोई कलाकार है तो कलाकारी के खेत्र का करता, तो जे कोई मकैनिक है तो मकैनिकी के खेत्र का जिहड़ा सफर करता। मतलब कि जिवें कह लो एक दरख्त हुंदा पर उहदियां टहनियां जिहड़ियां अगे जाके अलग अलग दिशावां नूं जांदियां, उसी तरह ही जिंदगी का जिहड़ा सफर आ वह भी एक दरख्त की तरह ही है। तो अज के सफर के साडे नाल मौजूद ने इंडस्ट्री के वो थम जिन्हों की आवाज़ के इन्ना है दम कि जो मारते ने विलन को दबका तो फिर कोई विरला ही विलन उन्होंने अगे अड़ता है। सो विलन के नाल चाहे कॉमेडी रोल हो, चाहे कोई सीरीयस रोल हो, चाहे किसी तरह का भी रोल हो, जिहड़े आर्टिस्ट अज साडे नाल मौजूद ने उसनू बखूबी ही निभा देंदे ने। ते मेरे नाल अज मौजूद ने सरदार सोही साहब। सोही साहब सत श्री अकाल जी। सत श्री अकाल जी। सोही साहब फिर मैं जिवें कह लो तुहाडी आवाज़ दे विच तां बड़ा दम है। सब तो पहला तो मैं जिवें कह लो भी इंडस्ट्री के एडे वड्डे आर्टिस्ट के नाल अज बैठा होया, तो मैनू थोड़ा जिहा मैं नर्वस हाँ। नर्वस मैं इस करके हाँ क्योंकि जदों कोई सीनियर आर्टिस्ट बैठे होंदे आ और ਤੁਹਾਡੇ ਵਰਗੇ ਹੁਣ ਜਿਨ੍ਹਾਂ ਦੀ ਆਵਾਜ਼ ਔਰ ਅੰਦਾਜ਼ ਜਿਹੜਾ ਇੰਨਾ ਮਤਲਬ ਜਿਵੇਂ ਕਹਿ ਲਓ ਖਤਰਨਾਕ ਹੀ ਆਪਾਂ ਕਹਿ ਲੈਂਦੇ ਹਾਂ, ਅਤੇ ਇੱਕ ਅਲੱਗ ਵੀ ਆ ਜਿਵੇਂ ਕਹਿ ਲਓ ਗੋਡ ਗਿਫਟਡ ਆ ਇੱਕ, ਤਾਂ ਫਿਰ ਥੋੜ੍ਹਾ ਜਿਹਾ ਬੰਦਾ ਨਰਵਸ ਤਾਂ ਹੋ ਜਾਂਦਾ, ਮੇਰੇ ਵਰਗੇ ਤਾਂ ਖਾਸ ਕਰਕੇ ਹੋ ਜਾਂਦਾ। ਨਹੀਂ ਨਰਵਸ ਤਾਂ ਮੈਂ ਵੀ ਹੋਣਾ ਮੁੰਡੇ ਮੁੰਡਿਆਂ ਕੋਲੋਂ, ਅਤੇ ਨੌਜਵਾਨ ਪੀੜ੍ਹੀ ਹੈ ਬੜੀ ਤੇਜ਼ ਦਿਮਾਗ ਰੋਸ਼ਨ ਦਿਮਾਗ ਸਾਡੇ ਨਾਲੋਂ, ਜਿੱਥੇ ਅਸੀਂ ਜ਼ਿੰਦਗੀ ਦਾ ਸਫ਼ਰ ਖਤਮ ਕਰ ਰਹੇ ਹਾਂ ਉੱਥੋਂ ਸ਼ੁਰੂ ਕੀਤਾ ਤੁਸੀਂ, ਜਿੰਨਾ ਕੁ ਅਸੀਂ ਸਿੱਖਿਆ ਹੋਇਆ ਤੁਸੀਂ ਨਾਲ ਲੈ ਕੇ ਪੈਦਾ ਹੁੰਦੇ ਹੋ, ਇਸ ਕਰਕੇ ਤੁਹਾਡੇ ਨਾਲੋਂ ਜ਼ਿਆਦਾ ਸਾਨੂੰ ਚਿੰਤਾ ਰਹਿੰਦੀ ਹੈ ਕਿ ਸਵਾਲ ਦਾ ਕੋਈ ਜਵਾਬ ਜਿਹੜਾ ਉਹ ਸਹੀ ਨਿਕਲੇ ਮੂੰਹ ਚੋਂ। ਜੀ ਜੀ ਨਹੀਂ, ਪਰ ਇੱਕ ਸਹੀ ਸਾਹਿਬ ਇੱਕ ਚੀਜ਼ ਹੁੰਦੀ ਹੈ ਜਿਵੇਂ ਕਹਿੰਦੇ ਨਾ ਜਿਹੜਾ ਆਰਟਿਸਟ ਬੰਦਾ ਹੁੰਦਾ ਉਹਨਾਂ ਦੇ ਜਿਵੇਂ ਬੋਡੀ ਬੋਲਦੀ ਆ, ਔਰ ਤੁਹਾਡੇ ਚਿਹਰੇ ਤੋਂ ਸਭ ਤੋਂ ਜ਼ਿਆਦਾ ਤੁਹਾਡੀਆਂ ਅੱਖਾਂ ਬੋਲਦੀਆਂ, ਜਿਹੜੀ ਤੁਹਾਡੀ ਅੱਖ ਦਾ ਅੰਦਾਜ਼ ਨਾ ਉਹ ਜਿਵੇਂ ਕਹਿ ਲਓ ਹਰੇਕ ਬੰਦੇ ਦਾ ਹੁੰਦਾ ਆ, ਪਰ ਜਿਹੜੇ ਤੁਹਾਡੇ ਅੱਖ ਦਾ ਅੰਦਾਜ਼ ਨਾ ਉਹ ਸਾਰਿਆਂ ਤੋਂ ਅਲੱਗ ਆ। ਉਹ ਪਰਮਾਤਮਾ ਦੀ ਦੇਣ ਆਉਂਦੀ ਹੈ। ਮੈਂ ਕਹਿਣਾ ਹੁੰਦਾ ਕਿ ਪਹਿਲਾਂ ਤਾਂ ਜਿਹੜਾ ਐਕਟਰ ਦਾ ਆਈਨਾ ਉਹ ਚਿਹਰਾ ਹੁੰਦਾ, ਚਿਹਰੇ ਦੇ ਉੱਤੇ ਆ ਪਰਮਾਤਮਾ ਨੇ ਜਿਹੜੇ ਆ ਦੋ ਟਿਮਟਮਾਂ ਦੇ ਬਟਨ ਲਾਏ ਆ ਨਾ, ਇਹ ਤਾਂ ਕਮਾਲ ਆ। ਇਹ ਤੁਹਾਡੇ ਅੰਦਰ ਕੀ ਚੱਲ ਰਿਹਾ ਉਹ ਛਪਾਉਣਾ ਬਹੁਤ ਔਖਾ ਹੁੰਦਾ ਜਿਹਦੀ ਅੱਖ ਗੱਲ ਕਰਦੀ ਹੋਵੇ, ਔਰ ਪਰਮਾਤਮਾ ਦੀ ਦੇਣ ਆ, ਮੈਨੂੰ ਮਿਹਰ ਹੈ। ਹਰ ਬੰਦਾ ਹੀ ਕਹਿੰਦਾ, ਮੈਨੂੰ ਖੁਦ ਵੀ ਪਤਾ ਹੈ ਮੇਰੇ ਇਸ ਪਲੱਸ ਪੁਆਇੰਟ ਦਾ ਕਿ ਦਾਤੇ ਨੇ ਮਿਹਰ ਕੀਤੀ ਹੈ। ਅੱਖ 'ਚ ਜਿਹੜਾ ਗਲਿੰਟ ਹੈ, ਸਪਾਰਕ ਹੈ, ਉਹ ਜੋ ਮੇਰੇ ਅੰਦਰ ਚੱਲ ਰਿਹਾ ਹੁੰਦਾ ਉਹ ਦਰਸ਼ਕ ਸਾਹਮਣੇ ਪੜ੍ਹ ਸਕਦੇ ਨੇ, ਇਸੇ ਕਰਕੇ ਦਰਸ਼ਕਾਂ ਨੂੰ ਸ਼ਾਇਦ ਸਰਦਾਰ ਸੋਹੀ ਪਸੰਦ ਹੈ ਕਾਫੀ। ਜੀ ਜੀ, ਅਤੇ ਸੋਹੀ ਸਾਹਿਬ ਤੁਸੀਂ ਕਾਫੀ ਮੂਵੀਆਂ ਕੀਤੀਆਂ, ਜਿਵੇਂ ਕਹਿ ਲਓ ਵੀ ਸਭ ਤੋਂ ਪਹਿਲੀ ਮੂਵੀ ਜਿੱਦਾਂ ਲੌਂਗ ਦਾ ਲਿਸ਼ਕਾਰਾ ਸੀ, ਵਿਵਾਹ ਬੜੀ ਸਾਰੀ ਰਾਤ, ਔਰ ਅੱਜ ਦੇ ਦੌਰ ਦੀ ਗੱਲ ਕਰੀਏ ਬੜੀਆਂ ਸੁਪਰ ਡੁਪਰ ਹਿੱਟ ਮੂਵੀਆਂ ਜਿਵੇਂ ਅਰਦਾਸ, ਉਹਨਾਂ ਦੇ ਵਿੱਚ ਇੱਕ ਮੂਵੀ ਆ ਜਿਹੜੀ ਮੇਰੇ ਹਿਸਾਬ ਨਾਲ ਵੀ ਬੱਚੇ ਨੇ ਦੇਖੀ ਹੈ, ਬੜੀ ਜਿਵੇਂ ਕਹਿ ਲਓ ਇੱਕ ਸੇਧ ਦੇਣ ਵਾਲੀ ਸਟੋਰੀ ਸੀ। ਹੋਰ ਵੀ ਮੇਰੇ ਹਿਸਾਬ ਨਾਲ ਇੰਡਸਟਰੀ ਦੇ ਵਿੱਚ 90% ਮੂਵੀਆਂ ਤੋਂ ਮੇਰੇ ਹਿਸਾਬ ਨਾਲ 100% ਮੂਵੀਆਂ ਦੇ ਵਿੱਚ ਸਰਦਾਰ ਸੋਹੀ ਆਪਾਂ ਨੂੰ ਦੇਖਦੇ ਹੀ ਦੇਖਦੇ ਨੇ ਔਰ ਚੰਗੇ ਕਰੈਕਟਰ ਦੇ ਵਿੱਚ ਵੀ ਦੇਖਦੇ ਨੇ। ਤੋ ਆਪਾਂ ਤੁਹਾਡੇ ਜਿਵੇਂ ਕਹਿ ਲਓ ਇਹ ਫਿਲਮ ਲਾਈਨ ਦੀਆਂ ਗੱਲਾਂ ਆਪਾਂ ਕਰਨੀਆਂ ਸਾਰੀਆਂ ਕਰਨੀਆਂ ਉਹ ਕਰਾਂਗੇ ਬਾਅਦ 'ਚ, ਪਰ ਪਹਿਲਾਂ ਆਪਾਂ ਸਰਦਾਰ ਸੋਹੀ ਜੀ ਨੂੰ ਆਪਾਂ ਲੈ ਕੇ ਜਾਣਾ ਬਚਪਨ ਦੇ ਵਿੱਚ, ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਜਿਹੜਾ ਤੁਹਾਡਾ ਥੋੜ੍ਹਾ ਜਿਹਾ ਸਫ਼ਰ ਹੈ ਆਪਣੀ ਫੈਮਿਲੀ ਬੈਕਗਰਾਉਂਡ ਉਹਦੀ ਥੋੜ੍ਹਾ ਚਾਨਣਾ ਪਾਓ। ਬਚਪਨ ਜੀ ਮੈਂ ਜ਼ਿਲ੍ਹਾ ਸੰਗਰੂਰ ਜੀ ਪਿੰਡ ਟਿੱਬਾ ਦਾ ਜੰਮ ਪਲ ਹਾਂ ਜੀ। ਮੇਰੇ ਪਾਪਾ ਦਾ ਨਾਂ ਸਰਦਾਰ ਸ਼ਿਵਦੇਵ ਸਿੰਘ ਜੀ, ਔਰ ਮਾਤਾ ਜੀ ਸਰੂਪ ਕੌਰ ਜੀ ਜੀ। ਟਿੱਬੇ ਜੰਮਿਆ ਪਲਿਆ ਜੀ, ਜਿਹੜਾ ਮੇਰਾ ਨਾਨਕਾ ਘਰ ਹੈ ਜੀ, ਕਿਉਂਕਿ ਮੇਰਾ ਸਕਾ ਮਾਮਾ ਕੋਈ ਨਹੀਂ ਸੀ, ਇਸ ਕਰਕੇ ਨਾਨਕੇ ਘਰ ਹੀ ਵੱਡਾ ਹੋਇਆ ਜੰਮਿਆ ਪਲਿਆ। ਉੱਥੋਂ ਗੱਲ ਆਪਾਂ ਸ਼ੁਰੂ ਕਰੀਏ ਸਕੂਲ ਦੇ ਟਾਈਮ ਤੋਂ ਜੀ। ਕਈ ਵਾਰੀ ਸੋਚੀਦਾ ਕਿ ਮੈਂ ਐਕਟਰ ਕਿਉਂ ਬਣ ਗਿਆ ਜੀ, ਜਦੋਂ ਇਹ ਸੋਚੀ ਤਾਂ ਫਿਰ ਯਾਦ ਆਉਂਦੇ ਨੇ ਉਹ ਇਹ ਦਿਨ ਜਿਹੜੇ ਤੁਸੀਂ ਸਵਾਲ ਕੀਤਾ ਜੀ ਜੀ। ਕੁਛ ਨਾ ਕੁਛ ਤਾਂ ਪਰਮਾਤਮਾ ਤੁਹਾਡੇ ਅੰਦਰ ਉਦੋਂ ਤੋਂ ਹੀ ਉਹ ਕਣ ਉਹ ਬੀਜ ਪਾ ਕੇ ਭੇਜਦਾ ਕਿ ਹਾਂ ਬਈ ਇਹ ਬੰਦਾ
अगर आर्ट खेत्र अगे जाना तो शुरू ओदियां हरकतां ओदियां आदतां ओदी जिहड़ी इनवॉल्वमेंट है छोटे छोटे इहो जिहे प्रोग्राम हुंदी आ लाज़मी मैनू उदों सैटरडे जदों हुंदा सी बच्चियां तों कुछ सुणदे सी टीचर साहिबान ओदों मैं इक कविता गाउंदा हुंदा सी बाल सभा दे विच बाल सभा च चाह ते चाह की गल चली हूँ आप भी आने तो पहला चाह पीती है हूँ चाह साढ़े आओ भगत शामिल हो गई उदों जमाना यह होंदा सी कि बजुर्ग चाह नूं निंदते होंदे सी कि अंग्रेज इत्थों जांदे जांदे सानू दुध लस्सी पीण वालियां नूं चाह का नशा ला गए चाह नशा मनिया जांदा सी हुण देखो की हो गया हुण मां बाप कहिंदे आ साडा पुत भाई पैग पुग मार के सार ले तां बहुत है जिहड़े दूजे नशे ने बहुत छेती जिहड़े जिंदगी वास्ते बहुत भारू पै जांदे ने कदे भी मौत हो सकती है इहो जिहे नशे जिहड़े आ गए भाव जिवें चरस तंबाकू चिट्टा इत्थे तक गल पहुँच गई हुण पेरेंट्स शुक्रगुजार मुंडा इन्ना की काम ही करता पैग पुग ही लाउंदा ये मतलब नशिया च गिणिया नहीं जा रहा उदो चाह बहुत बुरा मानते जो मैं चौथी पंजवीं पढ़ता हूँ साढ़े पी टी मास्टर ने चुकना मैनू चुकना टेबल ते खड़ा कर देना बच्चे की हाइट छोटी ये तो सारे दिखाई देगा चल बई परमजीत सिंह सुना कविता चाह की वो चाह की कविता पूरी तो नहीं यार थोड़ा जहा मेरा याद है कहूँ तो मैं सुना दें बिल्कुल बिल्कुल मैं तुम्हें कहने लगा तुसी मेरे मुँह का सवाल जो पहले ही तुसी पूछ रहे हो औरत दे पॉइंट औरत की कहती है चाह बारे कि मेरे घर वाला चाह पींदा है की करदा जी कि जदों अमली दा हाथ फिर जावे मुठी भर के नरोई पावे ओनू अजे भी सबर ना आवे कर लैंदा काली कट भैने नहीं दिते चाह चंदरी ने पट पैने क्या बात है सो ये चार पांच अंतरियां दी लंबी सीगी गीत कविता सो सब कविता दा तुसी जिद्दर पर जिहड़ी तुहाडी कंपोजिशन है ना वो भी बड़ी कैम लगी मैनूं वधिया लगी आ तो मैं सोच रहा सी जे सारी सुनी जावे तो बड़ा एक जिवें कह लो जिद्दां रमता जी नहीं चलदे हुंदे सी उस टाइप च मतलब चलेगी उस तरह दे सीगे जी जी ते अगे भी मेरे याद नहीं अगे महीने जो मास कहंदे सी ਹੁਣ ਲੱਸੀ ਹੋਈ ਉਦਾਸ ਹੈ ਚਾਹ ਪੀਂਦੇ ਬਾਰਾਂ ਮਾਸ ਹੈ ਕੁਛ ਇਸ ਤਰ੍ਹਾਂ ਦਾ ਸਟੇਂਜਾ ਸੀ ਸੋ ਉਦੋਂ ਤੋਂ ਫਿਰ ਅਸੀਂ ਭਗਤ ਸਿੰਘ ਦੀ ਘੋੜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਇਹ ਵੀ ਗਾਉਂਦੇ ਰਹੇ ਸੇਵਾ ਸਿੰਘ ਠਿਕਰੀ ਵਾਲਾ ਇੱਕ ਬੜਾ ਦੇਸ਼ ਭਗਤ ਹੋਏ ਸੀ ਸਾਡੇ ਇਲਾਕੇ ਦੇ ਸੀ ਬਰਨਾਲੇ ਕੋਲ ਠਿਕਰੀ ਵਾਲਾ ਪਿੰਡ ਹੈ ਉੱਥੋਂ ਦੇ ਉਹਨਾਂ ਬਾਰੇ ਉਹ ਵੀ ਗਾਉਂਦੇ ਰਹੇ ਆ ਯਾਦ ਹੈ ਮੇਰੇ ਸੋ ਅੰਸ਼ਤਨ ਕਿਧਰੋਂ ਉੱਥੋਂ ਬਚਪਨ ਤੋਂ ਹੀ ਇਹ ਹੈਗਾ ਸੀ ਫਿਰ ਮੇਰੇ ਯਾਦ ਹੈ ਮੈਂ ਪਾਕਿਸਤਾਨ ਨਾਲ ਲੜਾਈ ਲੱਗੀ ਉਦੋਂ ਮੈਂ ਸਾਡੇ ਪਿੰਡ ਅੱਠਵੀਂ ਤੱਕ ਦਾ ਸਕੂਲ ਸੀ ਮਿਡਲ ਸਕੂਲ ਮੈਂ ਸ਼ੇਰਪੁਰ ਸਾਡੇ ਨੇੜੇ ਹੈਗਾ ਸ਼ੇਰਪੁਰ ਥਾਣਾ ਉੱਥੇ ਦਸਵੀਂ ਕਰਨ ਉੱਥੇ ਪੜ੍ਹਦਾ ਸੀ ਮੈਂ ਉੱਥੋਂ ਨੌਵੀਂ ਪੜ੍ਹਦਾ ਪੜ੍ਹਦਾ ਵਾਪਸ ਆਇਆ ਤਾਂ ਪਿੰਡ ਸਾਡੇ ਸਕੂਲ 'ਚ ਫੰਕਸ਼ਨ ਸੀਗਾ ਫੰਕਸ਼ਨ ਮੈਂ ਗਿਆ ਤਾਂ ਪਿੰਡ ਦੇ ਸਰਪੰਚ ਨੇ ਮੈਨੂੰ ਕਿਹਾ ਉਹ ਤੂੰ ਕੁਛ ਸੁਣਾਵੇਂਗਾ ਉਦੋਂ ਨੂੰ ਮੈਂ ਇੱਕ ਉਹ ਜਿਹੜੀ ਪਾਕਿਸਤਾਨ ਨਾਲ ਲਾਈ ਹੋਈ ਸੀ ਉਹਦੇ 'ਤੇ ਇੱਕ ਗੀਤ ਲਿਖੀ ਫਿਰਦਾ ਸੀ ਅੱਛਾ ਜੀ ਉਹ ਉਦੋਂ ਗਾਣਾ ਇੱਕ ਹਿੱਟ ਹੁੰਦਾ ਸੀ ਗੜਵਾਲੇ ਦੇ ਚਾਂਦੀ ਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਉਹਦੇ 'ਤੇ ਮੈਂ ਜੇ ਪਾਕਿਆ ਤੂੰ ਸਾਡੇ ਹੱਥ ਬਈ ਵੇਖਣੇ ਭਜਨਾ ਮੈਦਾਨ ਵਿੱਚੋਂ ਜਾਂ ਵੀ ਉਹ ਕੁਛ ਇਸ ਤਰ੍ਹਾਂ ਦਾ ਸੀ ਉਹ ਮੈਂ ਲਿਖਿਆ ਸੀ ਉਹ ਮੇਰੇ ਯਾਦ ਪਿੰਡ ਦੇ ਸਰਪੰਚ ਨੇ ਮੈਨੂੰ 10 ਰੁਪਏ ਇਨਾਮ ਦਿੱਤਾ ਉਹ ਹੋ ਹੋ ਇੱਦਾਂ ਲੱਗਿਆ ਵੀ ਯਾਰ ਕਮਾਲ ਹੈ ਵੀ ਜ਼ਿੰਦਗੀ ਦੀ ਪਹਿਲੀ ਟੋਪ ਹਾਂ ਪਹਿਲਾ ਸਰਪੰਚ ਸਾਹਿਬ ਦੇ ਹੱਥੋਂ ਪਿੰਡ ਦੇ ਪੜ੍ਹੇ ਲਿਖੇ ਸਰਪੰਚ ਸੀ ਸ਼ੇਰ ਜੰਗ ਸਿੰਘ ਨਾਂ ਸੀ ਉਹਨਾਂ ਦਾ ਉਹਨਾਂ ਨੇ ਮੈਨੂੰ 10 ਰੁਪਏ ਇਨਾਮ ਦਿੱਤਾ ਵੀ ਬਹੁਤ ਸੋਹਣੀ ਕਵਿਤਾ ਲਿਖੀ ਹੈ ਉਹ ਵੀ ਦੇਸ਼ ਭਗਤੀ ਦੀ ਗੀਤ ਲਿਖਿਆ ਸੋ ਇਸ ਤਰ੍ਹਾਂ ਸੀ ਫਿਰ ਇਹ ਸੀਗਾ ਕਿ ਜਿਹੜਾ ਮੇਰੇ ਬੀਬੀ ਜੀ ਦੇ ਤਾਏ ਦੇ ਲੜਕੇ ਸੀ ਉਹ ਕਾਮਰੇਡ ਹੁੰਦੇ ਸੀਗੇ ਸਾਡੇ ਘਰ ਕਾਮਰੇਡਾਂ ਦੀਆਂ ਬੜੀਆਂ ਤੂੰਬੀਆਂ ਵੱਜਦੀਆਂ ਰਹੀਆਂ ਕਾਮਰੇਡ ਜਿਹੜੇ ਪਲੇ ਕਰਦੇ ਹੁੰਦੇ ਸੀ ਨਾ ਸਟੇਜ ਸਟੇਜ ਬਹੁਤ ਸੋਹਣੇ ਪਲੇ ਹੁੰਦੇ ਸੀਗੇ
ਇੱਧਰ ਆਪਣੇ ਰਾਏਕੋਟ ਬਰਨਾਲਾ ਰੋਡ ਤੇ ਜਲਾਲਦੀਵਾਲ ਪਿੰਡ ਹੈ, ਉੱਥੋਂ ਦੇ ਹਿੰਦੂ ਕੁਮਾਰ ਸੀਗੇ ਦਲੀਪ ਸਿੰਘ ਮਸਤ ਜੀ ਜੀ। ਉਹ ਕਾਮਰੇਡਾਂ ਦੇ ਬਹੁਤ ਵੱਡੇ ਅਦਾਕਾਰ ਸੀ ਉਹਨਾਂ ਦੇ, ਮਤਲਬ ਉਹਨਾਂ ਨੇ ਜਿਹੜਾ ਕਮਿਊਨਿਜ਼ਮ ਹੈ ਰਸ਼ੀਆ ਤੋਂ ਜਿਹੜਾ ਇਨਕਲਾਬ ਆਇਆ ਸੀ ਉਹ ਇੰਨਾ ਪੜਿਆ ਹੋਇਆ ਸੀਗਾ, ਮਾਰਕਸਵਾਦ ਲੈਨਨਵਾਦ ਉਹਨਾਂ ਦਾ ਟਿਪਸ 'ਤੇ ਯਾਦ ਹੁੰਦਾ ਸੀ, ਇਨਕਲਾਬ ਆਇਆ ਇਨਕਲਾਬ ਆਇਆ, ਮਤਲਬ ਉਹ ਮਤਲਬ ਇਨਕਲਾਬ ਨੂੰ ਦੇਖ ਰਹੇ ਹੁੰਦੇ ਸੀ ਆ ਰਿਹਾ, ਉਹਨਾਂ ਦੀ ਜ਼ਿੰਦਗੀ 'ਚ ਤਾਂ ਇਨਕਲਾਬ ਆਇਆ ਨਹੀਂ, ਸਾਡੀ ਜ਼ਿੰਦਗੀ 'ਚ ਵੀ ਪਤਾ ਨਹੀਂ ਆਊਗਾ ਨਹੀਂ ਆਊ, ਬਹੁਤ ਬੁਰੀ ਹਾਲਤ ਹੈ ਇਸ ਵਕਤ ਇੰਡੀਆ ਦੀ, ਸਾਰੇ ਲੋਕ ਵੇਟ ਕਰ ਰਹੇ ਨੇ ਬਹੁਤ ਵੱਡੀ ਚੇਂਜ ਆਵੇ ਇੰਡੀਆ 'ਚ ਤਾਂ ਕੁਛ ਜਾ ਕੇ ਸੁਧਾਰ ਹੋ ਸਕਦਾ, ਸਾਰੇ ਨੇਤਾ ਆਉਂਦੇ ਨੇ ਸਾਡੇ ਨਾਲ ਵਾਅਦੇ ਕਰਕੇ 5 ਸਾਲ ਕੁਰਸੀ 'ਤੇ ਬਹਿ ਕੇ ਲਾਂਭੇ ਹੁੰਦੇ ਨੇ ਫਿਰ ਵਾਪਸ ਆ ਜਾਂਦੇ ਨੇ, ਉਹੀ ਕੁਛ ਸੁਧਰ ਨਹੀਂ ਰਿਹਾ। ਸੋ ਉਹ ਜਿਹੜੇ ਦਲੀਪ ਸਿੰਘ ਮਸਤ ਸੀਗੇ ਮੈਂ ਉਹਨਾਂ ਨੂੰ ਕਿਉਂਕਿ ਮਾਮਾ ਜੀ ਦੇ ਦੋਸਤ ਸੀ, ਮਾਮਾ ਜੀ ਕਹਿੰਦਾ ਹੁੰਦਾ ਸੀ, ਉਹ ਖੜੇ ਖੜੇ ਇੰਨੇ ਰੰਗ ਬਦਲਦੇ ਸੀ ਸਟੇਜ 'ਤੇ, ਉਹਨਾਂ ਨੇ ਕਦੇ ਜਿਹੜੀਆਂ ਉਹ ਤਕਲੇ ਖੁਰਚਣੇ ਠੀਕ ਕਰਾ ਲਓ ਹੈ ਉਹ ਫਿਰਦੀਆਂ ਹੁੰਦੀਆਂ ਆਪਣੇ ਭਾਂਡੇ ਵਾਲੇ ਜਿਹੜੇ ਰਾਜਸਥਾਨ ਤੋਂ ਆਉਂਦੇ ਨੇ ਉਹ ਬਠਲ ਉਹ ਉਹਨਾਂ ਦੀ ਘੱਗਰੀ ਜੀ ਪਾ ਕੇ 1 ਮਿੰਟ 'ਚ ਉਹਨਾਂ ਦਾ ਰੋਲ ਕਰ ਜਾਣਾ, ਫਿਰ ਸਿਰ ਪਤਾ ਲੱਗਿਆ ਗੇੜਾ ਦੇ ਕੇ ਆਪਣੇ ਸਿਰ 'ਤੇ ਟੋਪੀ ਰੱਖੀ ਨੇਤਾ ਜੀ ਬਣ ਜਾਣਾ। ਬਹੁਤ ਵਧੀਆ ਐਕਟਰ ਸੀਗੇ ਉਹਨਾਂ ਦਾ ਘਰ ਡਰਾਮਿਆਂ ਦੀਆਂ ਤਿਆਰੀਆਂ ਹੋਣੀਆਂ ਜਦੋਂ ਉਹਨਾਂ ਨੇ ਆਉਣਾ, ਆਉਣ ਤੋਂ ਪਹਿਲਾਂ ਜਦੋਂ ਕਦੇ ਸਾਡੇ ਪਿੰਡ ਵੀ ਡਰਾਮਾ ਆਉਣਾ ਉਹ ਪਹਿਲਾਂ ਸਾਡੇ ਘਰ ਬੈਠ ਕੇ ਉਹਨਾਂ ਨੇ ਤੂੰਬੀਆਂ ਤਾਮੀਆਂ ਸੈੱਟ ਕਰਨੀਆਂ, ਔਰ ਥੋੜ੍ਹੀ ਜਿਹੀ ਕੋਈ ਨਵਾਂ ਮੁੰਡਾ ਆ ਗਿਆ ਵਿੱਚ ਉਹਦੀ ਰਿਹਰਸਲ ਵਗੈਰਾ ਹੋਣੀ, ਉਹ ਦੇਖਦੇ ਹੁੰਦੇ ਸੀ। ਉਹਦਾ ਅਸਰ ਵੀ ਕਿਧਰੇ ਨਾ ਕਿਧਰੇ ਰਿਹਾ ਜੀ ਮੇਰੇ 'ਤੇ। ਫਿਰ ਵੱਡਾ ਯੋਗਦਾਨ ਮੇਰਾ ਇੱਥੇ ਤੱਕ ਪਹੁੰਚਣ 'ਚ ਪਾਪਾ ਜੀ ਦਾ, ਪਾਪਾ ਜੀ ਅੰਗਰੇਜ਼ਾਂ ਦੇ ਟਾਈਮ 'ਤੇ ਮਿਲਟਰੀ 'ਚ ਹੁੰਦੇ ਸੀਗੇ ਤਾਂ ਮੈਡੀਕਲ ਡਿਪਾਰਟਮੈਂਟ ਦੇ ਵਿੱਚ, ਉਹਨਾਂ ਦਾ ਉਰਦੂ ਫਾਰਸੀ ਬਹੁਤ ਅੱਛੀ ਜ਼ਬਾਨ ਸੀ, ਅਤੇ ਥੱਪੜੇ ਜਿਹੜੇ ਉਹਨਾਂ ਦੇ ਪਏ ਹੋਏ ਨੇ ਨਾ ਉਦੋਂ ਦੇ ਜ਼ਬਾਨ ਵਾਸਤੇ, ਉਰਦੂ ਜ਼ਬਾਨ ਬਹੁਤ ਗੁਰਜ਼ਾਰ ਸਾਹਿਬ ਨੇ ਵੀ ਲਿਖਿਆ ਬਹੁਤ ਸ਼ੀਰੀਂ ਜ਼ਬਾਨ, ਸ਼ੀਰੀਆਂ ਦੇ ਮਿਠਾਸ ਮਿੱਠੀ ਜ਼ਬਾਨ ਹੈ, ਅਤੇ ਉਹ ਮਿੱਠੀ ਜ਼ਬਾਨ ਜਿਹੜੀ ਹੈਗੀ ਉਰਦੂ ਸਾਡੀ, ਮੈਂ ਤਾਂ ਨਹੀਂ ਕਹਿੰਦਾ ਕਿ ਕੋਈ ਚੰਗੀ ਗੱਲ ਹੈ, ਬਦਕਿਸਮਤੀ ਹੈ ਕਿ ਸਾਡੇ ਹੌਲੀ 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 ਉਰਦੂ ਨੂੰ ਮੁਸਲਿਮ ਦੀ ਜ਼ਬਾਨ ਸੋਚ ਕੇ ਸਮਝ ਕੇ ਉਹਨੂੰ ਮਨਫੀ ਕੀਤਾ ਜਾ ਰਿਹਾ, ਮਨਫੀ ਹੋ ਗਿਆ ਪਾਸੇ ਕਰੀ ਜਾ ਰਿਹਾ ਅੱਜ ਦੇ ਮੁੰਡਿਆਂ ਨੂੰ, ਮਨਫੀ ਮੀਨ ਮਾਈਨਸ ਮਾਈਨਸ ਕੀਤਾ ਜਾ ਰਿਹਾ ਅੱਜ ਦੇ ਮੁੰਡਿਆਂ ਨੂੰ। ਜਦੋਂ ਮੈਂ ਬੋਲਦੇ ਸੁਣਦੇ ਦੇਖਦਾ ਉਹ ਜਜ਼ਬਾਤ ਕਹਿੰਦੇ ਆ ਮੇਰੇ, ਐਂ ਲੱਗਦਾ ਜਿਵੇਂ ਮੇਰੇ ਥੱਪੜ ਮਾਰਿਆ ਹੁੰਦਾ ਹੈ, ਉਹ ਜਜ਼ਬਾਤ ਜੱਜੇ ਪੈਰ ਨੁਕਤਾ ਲਾਉਣ ਜਾਣਦੇ ਹੀ ਨਹੀਂ ਜੀ ਜੀ। ਇਹ ਜਿਹੜੇ ਪਲੱਸ ਪੁਆਇੰਟ ਨੇ ਜ਼ਬਾਨ ਦੇ, ਜਦੋਂ ਮੈਂ ਥੀਏਟਰ ਜੁਆਇਨ ਕੀਤਾ ਟਿਵਾਣਾ ਸਾਹਿਬ ਨਾਲ, ਹੌਲੀ ਹੌਲੀ ਮੈਂ ਉਹਨਾਂ ਦਾ ਚਹੇਤਾ ਐਕਟਰ ਬਣ ਗਿਆ, ਬਾਅਦ ਦੁਬਾਰਾ ਉੱਥੇ ਆਵਾਂਗੇ। ਉਹ ਮੈਨੂੰ ਕਹਿੰਦੇ ਸੀ ਕਿ ਬੇਟਾ ਤੂੰ ਯਾਰ ਇਹੋ ਜਿਹੇ ਟਿੱਬੇ ਵਰਗੇ ਪਿੰਡ 'ਚ ਜੰਮ ਕੇ ਪੈਦਾ ਹੋ ਕੇ ਤੂੰ ਇੰਨਾ ਵਧੀਆ ਐਕਟਰ ਕਿਵੇਂ ਬਣ ਗਿਆ। ਫਿਰ ਮੇਰੇ ਪਾਪਾ ਦਾ ਇੱਕ ਲੈਟਰ ਕਿੱਥੇ ਗਿਆ ਸੀ ਉਹਨਾਂ ਨੂੰ, ਉਹ ਲੈਟਰ ਜਦੋਂ ਪੜ੍ਹਿਆ ਉਹਨਾਂ ਨੇ ਮੈਨੂੰ ਕਹਿੰਦੇ ਉਹ ਇਹ ਖੋਤਿਆ ਤੂੰ ਮੈਨੂੰ ਦੱਸਿਆ ਹੀ ਨਹੀਂ, ਤੇਰੇ ਪਾਪਾ ਤਾਂ ਇੰਨੀ ਸੋਹਣੀ ਫਾਰਸੀ ਔਰ ਉਰਦੂ ਜਾਣਦੇ ਨੇ ਇਸ ਕਰਕੇ ਤੇਰੀ ਜ਼ਬਾਨ ਬਹੁਤ ਸੋਹਣੀ ਹੈ, ਕਿਉਂਕਿ ਉਹਨਾਂ ਕੋਲ ਜਿਹੜਾ ਮੇਰਾ ਪਹਿਲਾ ਪਲੇ ਸੀ ਟਿਵਾਣਾ ਸਾਹਿਬ ਕੋਲ ਉਹ ਮੈਂ ਕੀਤਾ ਸੀ ਹਿੰਦੀ ਚਾਦਰ। ਹਿੰਦ ਦੀ ਚਾਦਰ ਦੇ ਵਿੱਚ ਜਿਹੜੇ ਮੁਗਲ ਬਾਦਸ਼ਾਹ ਸੀ, ਮੁਗਲ ਕਰੈਕਟਰ ਸੀ ਮੁਸਲਿਮ, ਉਹਨਾਂ ਦੀ ਲਾਜ਼ਮੀ ਹੈ ਉਹਨਾਂ ਦੀ ਜ਼ਬਾਨ 'ਚ ਉਹਨਾਂ ਦੇ ਵਿੱਚ ਉਰਦੂ ਅਲਫਾਜ਼ ਹੁੰਦੇ ਸੀਗੇ। ਤਾਂ ਉਹ ਫਿਰ ਮੈਂ ਉੱਥੇ ਚਮਕੌਰ ਦੀ ਗੱਡੀ ਜ਼ਫਰ ਮੀਆਂ ਦਾ ਕਰੈਕਟਰ ਕੀਤਾ, ਚਮਕੌਰ ਦੀ ਗੱਡੀ ਪਲੇ ਕੀਤਾ ਸੀ ਅਸੀਂ। ਉਹ ਹੁਣ ਤੱਕ ਵੀ ਟਿਵਾਣਾ ਸਾਹਿਬ ਦਾ ਬੇਟਾ ਮਨਪਾਲ ਥੀਏਟਰ ਕਰਦਾ, ਉਹ ਹੁਣ ਤੱਕ ਵੀ ਕਹਿੰਦਾ ਹੁੰਦਾ ਜਿਹੜੇ ਉਹਦੇ ਕੋਲ ਸਟੂਡੈਂਟਸ ਆਉਂਦੇ ਨੇ ਕਿ ਸੁਹੀ ਅੰਕਲ ਵਰਗਾ ਜ਼ਫਰ ਵੇ ਕੋਈ ਨਹੀਂ ਖੇਡ ਸਕਿਆ। ਜਿਹੜੇ ਤੋਂ ਪਹਿਲਾਂ ਓਮਪੁਰੀ ਸਾਹਿਬ ਕਰਦੇ ਹੁੰਦੇ ਸੀ ਇਸੇ ਪਲੇ ਦੇ ਵਿੱਚ, ਟਿਵਾਣਾ ਸਾਹਿਬ ਮੈਨੂੰ ਮਿਸਾਲ ਦਿੰਦੇ ਹੁੰਦੇ ਸੀ ਭਾਈ ਓਮਪੁਰੀ ਬਈ ਆਹ ਸੁਹੀ ਓਮਪੁਰੀ, ਅਸੀਂ ਸੁਣਦੇ ਇੱਦਾਂ ਸੁਣਦੇ ਹੁੰਦੇ, ਬੜੇ ਮਨ 'ਚ ਹੁੰਦਾ ਸੀ ਉਤਸ਼ਾਹ ਯਾਰ ਉਹ ਐਕਟਰ ਨੂੰ ਕਦੋਂ ਦੇਖਾਂਗੇ ਜਿਹਦੀਆਂ ਇੰਨੀਆਂ ਤਾਰੀਫਾਂ ਕਰਦੇ ਨੇ, ਕਿਉਂਕਿ ਮੇਰਾ ਸੀਨੀਅਰ ਸੀ ਓਮਪੁਰੀ ਸਾਹਿਬ ਸੀਨੀਅਰ ਸੀਗੇ। ਤਾਂ ਉਹ ਉਹਨਾਂ ਇੰਸਟੀਚਿਊਟ ਚਲੇ ਗਏ ਐਨ ਐਸ ਡੀ ਤੋਂ ਬਾਅਦ, ਇੱਕ ਦਿਨ ਇੱਥੇ ਲੁਧਿਆਣੇ ਵਾਪਸ ਆਏ, ਉਦੋਂ ਕੁਛ ਬਿਮਾਰ ਹੋ ਗਏ ਸੀ ਉਹ ਥੋੜ੍ਹੇ ਜਿਹੇ, ਡੀ ਐਮ ਸੀ ਵੀ ਰਹੇ ਲੁਧਿਆਣੇ, ਐਡਮਿਟ ਹੋਏ ਠੀਕ ਹੋਏ, ਉਦੋਂ ਮੁਲਾਕਾਤ ਹੋਈ ਸੀ। ਉਹ ਓਮਪੁਰੀ ਦੀਆਂ ਤਾਰੀਫਾਂ ਸੁਣ ਸੁਣ ਕੇ ਮਨ 'ਚ ਵਲਵਲੇ ਉੱਠਦੇ ਸੀ ਕਿ ਯਾਰ ਇਹ ਦਿਨ ਕਦੋਂ ਆਓ ਜਦੋਂ ਮੇਰੀ ਵੀ ਤਾਰੀਫ ਇੱਦਾਂ ਹੀ ਕਰਨਗੇ ਟਿਵਾਣਾ ਸਾਹਿਬ, ਵੀ ਯਾਰ ਮੇਰੇ ਕੋਲ ਸਰਦਾਰ ਸੋਹੀ
ਜਾਂ ਮੈਂ ਓਮਪੁਰੀ ਸਾਹਿਬ ਵਰਗੀ ਮੈਂ ਐਕਟਿੰਗ ਕਰ ਸਕਾਂ। ਆਵਾਜ਼ ਦੇ ਪੱਖੋਂ ਮੇਰੀ ਤਾਰੀਫ ਕਰਦੇ ਸੀ, ਕਹਿੰਦੇ ਤੇਰੀ ਆਵਾਜ਼ ਕਾਫੀ ਹੱਦ ਤੱਕ ਓਮਪੁਰੀ ਨਾਲ ਮਿਲਦੀ ਹੈ, ਤੇ ਕੋਸ਼ਿਸ਼ ਕਰ ਵੀ ਤੂੰ ਉਹੋ ਜਿਹਾ ਜ਼ਫ਼ਰ ਵੇ ਖੇਡ ਜਾਵੇਂ। ਪਤਾ ਨਹੀਂ ਇਨ ਕੰਪੈਰੀਜ਼ਨ ਮੈਂ ਕਿੱਥੇ ਕੁ ਤੱਕ ਠੀਕ ਖੜੇ ਹਾਂ, ਪਰ ਜੋ ਉਹ ਕਰੈਕਟਰ ਖੇਡ ਕੇ ਤਸੱਲੀ ਜੋ ਉਸਤਾਦ ਜੀ ਟਿਵਾਣਾ ਸਾਹਿਬ ਦੇ ਨਾਲ ਐਕਟ ਕਰਨਾ, ਮੇਰੇ ਯਾਦ ਹੈ ਸਾਡਾ ਇੱਥੇ ਪੰਜਾਬੀ ਭਵਨ ਲੁਧਿਆਣੇ ਪਹਿਲਾ ਸ਼ੋਅ ਜਿਸ ਦਿਨ ਹੋਇਆ, ਉਹ ਹਰ ਸ਼ੋਅ ਤੋਂ ਬਾਅਦ ਟਿਵਾਣਾ ਸਾਹਿਬ ਸਾਡੀ ਕਲਾਸ ਲੈਂਦੇ ਸੀ ਵੀ ਤੇਰੀਆਂ ਆਹ ਗਲਤੀਆਂ ਨੇ, ਤੇਰੀ ਆਪ ਤੇਰੇ ਪਲੱਸ ਪੁਆਇੰਟ ਨੇ, ਉਹ ਦੱਸਦੇ ਹੁੰਦੇ ਸੀ। ਪਹਿਲੇ ਸ਼ੋਅ ਤੋਂ ਬਾਅਦ ਮੈਨੂੰ ਕਹਿੰਦੇ ਬੇਟਾ ਤੇਰੀ ਬੋਡੀ ਦੀ ਜਿਹੜੀ ਗਰੇਸ ਮੁਗਲ ਵਾਲੀ ਹੁੰਦੀ ਹੈ ਉਹ ਥੋੜ੍ਹੀ ਜਿਹੀ ਉਹਦੇ 'ਤੇ ਮਿਹਨਤ ਕਰਨ ਵਾਲੀ ਹੈ, ਤੇਰੀ ਜ਼ਬਾਨ ਬਹੁਤ ਸੋਹਣੀ ਹੈ, ਬਹੁਤ ਸੋਹਣਾ ਕਰੈਕਟਰ ਨਿਭਾ ਰਿਹਾ, ਉਹ ਚਾਲ ਢਾਲ ਜਿਹੜੀ ਉਹ ਹੁੰਦੀ ਹੈ ਉਹ ਥੋੜ੍ਹਾ ਜਿਹਾ ਮਿਹਨਤ ਕਰਨ ਵਾਲੀ ਹੈ। ਔਰ ਅੱਜ ਦੇ ਮੁੰਡੇ ਮੈਨੂੰ ਨਹੀਂ ਪਤਾ ਮੈਂ ਕਦੇ ਕਿਸੇ ਕੋਲੋਂ ਇਹੋ ਜਿਹਾ ਐਕਸਪੀਰੀਅੰਸ ਸੁਣਿਆ ਹੋਵੇ ਕਿ ਮੈਂ ਆਹ ਕੀਤਾ। ਮੈਂ ਨੈਕਸਟ ਜਿਹੜੇ 6 ਦਿਨ ਵਿਚਾਲੇ ਸੀਗੇ, 7ਵੇਂ ਦਿਨ ਫੇਰ ਸ਼ੋਅ ਸੀ ਸੰਡੇ ਨੂੰ, ਉਹ 6 ਦਿਨ ਮੈਂ ਰਾਤ ਨੂੰ ਸੁੱਤਾ ਨਹੀਂ, ਜਦੋਂ ਸਾਰੇ ਸੌ ਜਾਂਦੇ ਸੀ ਮੈਂ ਉੱਠਦਾ ਸੀ, ਉੱਠ ਕੇ ਪੰਜਾਬੀ ਭਵਨ ਦੀਆਂ 20-22 ਪੌੜੀਆਂ ਉਹ ਮੈਂ ਪੌੜੀਆਂ ਚੜ੍ਹਨਾ ਇਮੈਜਿਨ ਕਰਨਾ ਕਿ ਮੈਂ ਮਹਿਲਾਂ 'ਚ ਘੁੰਮ ਰਿਹਾ। ਔਰ ਮੇਰੇ ਆਲੇ ਦੁਆਲੇ ਜਿਹੜੀਆਂ ਕਨੀਜ਼ਾਂ ਹੁੰਦੀਆਂ ਮੁਗਲਾਂ ਦੀਆਂ, ਉਹਨਾਂ ਨੇ ਮੇਰਾ ਗਾਊਨ ਫੜਿਆ ਹੋਇਆ ਅਤੇ ਉਹ ਮੈਨੂੰ ਦਰਬਾਰ 'ਚ ਲੈ ਕੇ ਜਾ ਰਹੀਆਂ ਨੇ ਸਲਾਮ ਕਰਦੇ ਕਰਦੇ। ਉਤਰਨਾ ਸੋਚਣਾ ਕਿ ਮੇਰੇ ਸਾਹਮਣੇ ਕਿੰਨੀ ਹੀ ਵੱਡੀ ਤਾਦਾਦ 'ਚ ਫੌਜ ਖੜੀ ਹੈ, ਉਹ ਮੈਨੂੰ ਸਲੂਟਾਂ ਮਾਰ ਰਹੀ ਹੈ, ਉਹ ਕਰ ਰਹੀ ਹੈ। ਜੀ ਜੀ ਤੁਸੀਂ ਇੱਥੇ ਹੁਣੇ ਜਿਹਾ ਇੱਕ ਗੱਲ ਕੀਤੀ ਸੀ ਵੀ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਮਤਲਬ ਕਿ ਉਹ ਇਸ ਚੀਜ਼ ਤੋਂ ਮਤਲਬ ਐਕਸਪੀਰੀਅੰਸ ਇੰਨਾ ਨਹੀਂ ਲੈਂਦੇ ਜਾਂ ਉਹ ਚੀਜ਼ ਨੂੰ ਫੋਲੋਵਰ ਨਹੀਂ ਕਰਦੇ ਜਿੱਦਾਂ ਤੁਸੀਂ ਮਿਹਨਤ ਦੱਸਿਆ ਕਰਦੇ ਹੋ, ਮਤਲਬ ਇਹ ਚੀਜ਼ ਬਾਕੀ ਕਿਤੇ ਨਾ ਕਿਤੇ ਹੈਗੀ ਆ। ਅਤੇ ਆਪਾਂ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਕੰਟੀਨਿਊ ਕਰਾਂਗੇ ਅਤੇ ਆਪਣਾ ਇੱਥੇ ਵੇਲਾ ਹੋ ਗਿਆ ਕਿ ਨਿੱਕਾ ਜਿਹਾ ਬ੍ਰੇਕ ਦਾ, ਬਿਲਕੁਲ ਆਪਾਂ ਨਿੱਕੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਗੱਲਬਾਤ, ਸਾਹ ਲੈਣ ਦਿਓ ਜਿਹੜੇ ਸੁਣ ਰਹੇ ਨੇ। ਸੋ ਇਹ ਜਿਹੜਾ ਆਪਣਾ ਸਫ਼ਰ ਚੱਲ ਰਿਹਾ ਅੱਜ ਸਰਦਾਰ ਸੋਹੀ ਜੀ ਦੇ ਨਾਲ, ਇਸ ਸਫ਼ਰ ਦੇ ਵਿੱਚ ਹੁਣ ਆਪਣਾ ਜਿਵੇਂ ਪਹਿਲਾ ਸਟੋਪ ਆ ਚੁੱਕਿਆ, ਮਤਲਬ ਕਿ ਹੁਣ ਇੱਥੇ ਆਪਾਂ ਜਿਹੜੀਆਂ ਪੁਰਾਣੀਆਂ ਸਵਾਰੀਆਂ ਲਾ ਦੇਣੀਆਂ, ਨਵੀਆਂ ਜਿਹੜੀਆਂ ਜ਼ਿੰਦਗੀ ਦੀਆਂ ਐਕਸਪੀਰੀਅੰਸ ਦੀਆਂ ਨਵੇਂ ਸਫ਼ਰ ਦੀਆਂ ਸਵਾਰੀਆਂ ਉਹ ਚੜ੍ਹਾ ਲੈਣੀਆਂ ਅਤੇ ਆਪਾਂ ਮਿਲਦੇ ਹਾਂ ਜੀ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਪ੍ਰੋਗਰਾਮ ਸਫ਼ਰ ਦੇ ਵਿੱਚ, ਅਤੇ ਅੱਜ ਦੇ ਸਫ਼ਰ ਦੇ ਸਾਥੀ ਨੇ ਆਪਣੇ ਨਾਲ ਸਰਦਾਰ ਸੋਹੀ ਸਾਹਿਬ, ਅਤੇ ਗੱਲਬਾਤ ਚੱਲ ਰਹੀ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੀ। ਮੈਂ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਕਿਹਾ ਸੀ ਕਿ ਆਪਣਾ ਜਿਹੜਾ ਸਫ਼ਰ ਹੈ ਪਹਿਲਾ ਸਟੇ ਆ ਚੁੱਕਿਆ, ਆਪਾਂ ਸਵਾਰੀਆਂ ਪੁਰਾਣੀਆਂ ਲਾ ਦਿੱਤੀਆਂ, ਮਤਲਬ ਕਿ ਪੁਰਾਣੀਆਂ ਜਿਹੜੀਆਂ ਗੱਲਾਂ ਬਾਤਾਂ ਸੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਵਾਲੀਆਂ ਸਵਾਰੀਆਂ ਲਾ ਦਿੱਤੀਆਂ ਸੀ, ਨਵੀਆਂ ਸਵਾਰੀਆਂ ਆਪਾਂ ਚੜ੍ਹਾ ਲਈਆਂ, ਅਤੇ ਅੱਗੇ ਆਪਾਂ ਕੰਟੀਨਿਊ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਸੋਹੀ ਸਾਹਿਬ ਦੇ ਨਾਲ। ਅਤੇ ਸੋਹੀ ਸਾਹਿਬ ਫਿਰ ਆਪਣੀ ਗੱਲਬਾਤ ਚੱਲ ਰਹੀ ਸੀ ਮਤਲਬ ਕਿ ਥੀਏਟਰ ਦੇ ਵਿੱਚ ਤੁਸੀਂ ਜਿਹੜਾ ਓਮਪੁਰੀ ਸਾਹਿਬ ਤੋਂ ਇੱਕ ਕਰੈਕਟਰ ਕਰਵਾਇਆ ਗਿਆ ਸੀ, ਇੱਕ ਕੋਈ ਮੁਗਲ ਕਰੈਕਟਰ, ਅਤੇ ਉਹ ਮਤਲਬ ਕਿ ਉਸ ਟਾਈਮ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਤੋਂ ਵਧੀਆ ਬੈਟਰ ਕੋਈ ਨਹੀਂ ਕਰ ਸਕਦਾ, ਅਤੇ ਇਹ ਜਿਹੜਾ ਇੱਕ ਚੈਲੇਂਜ ਸੀ ਤੁਸੀਂ ਉਹਨੂੰ ਮਤਲਬ ਕਿ ਐਕਸੈਪਟ ਕੀਤਾ ਵੀ ਨਹੀਂ ਮੈਂ ਵੀ ਕਰਾਂਗਾ ਯਾਰ, ਜਿਹੜੀ ਇਹ ਤਾਰੀਫ ਹੈ ਮੈਂ ਵੀ ਐਕਸੈਪਟ ਕਰਾਂਗਾ, ਮੈਨੂੰ ਵੀ ਆਉਣੀ ਚਾਹੀਦੀ ਆ, ਫਿਰ ਉਹ ਤੁਸੀਂ ਮਤਲਬ ਕਿ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਸੀ, ਅਤੇ ਫਿਰ ਉਹਦੇ ਬਾਰੇ ਜਾਣਕਾਰੀ ਜਿਹੜੀ ਪੂਰੀ ਆਪਾਂ ਕੰਪਲੀਟ ਕਰੀਏ। ਹਾਂਜੀ ਉਹ ਫਿਰ ਜਦੋਂ ਅਸੀਂ ਨੈਕਸਟ ਸੰਡੇ ਸ਼ੋਅ ਕੀਤਾ ਜੀ, ਨੈਕਸਟ ਸੰਡੇ ਸ਼ੋਅ ਤੋਂ ਬਾਅਦ ਟਿਵਾਣਾ ਸਾਹਿਬ ਦਾ ਅੰਦਾਜ਼ ਬਹੁਤ ਖਤਰਨਾਕ ਹੁੰਦਾ ਸੀ ਜੀ ਜੀ ਸਟੂਡੈਂਟ ਦੇ ਨਾਲ ਜੀ, ਸਾਰਿਆਂ ਨੂੰ ਦੱਸਿਆ ਵੀ ਤੇਰਾ ਜਾਂ ਪਲੱਸ ਸੀ ਆ ਮਾਈਨਸ ਸੀ ਹੈ, ਵਧੀਆ ਕੀਤਾ ਘਟੀਆ ਕੀਤਾ, ਇੱਥੇ ਤੂੰ ਲਾਈਟ ਨਹੀਂ ਲਈ, ਸਾਹਮਣੋਂ ਅੱਖਾਂ 'ਤੇ ਲਾਈਟ ਪੈਂਦੀ ਸੀ ਜੀ, ਅਤੇ ਅੱਖ ਦੂਰ ਤੱਕ ਥੀਏਟਰ ਦਾ, ਤਾਂ ਇਹਦਾ ਹੀ ਫਰਕ ਹੈ ਸਿਨੇਮੇ ਦਾ ਜਾਂ ਟੀ ਵੀ ਦਾ, ਇੱਥੇ ਤਾਂ ਇੱਦਾਂ ਗੱਲ ਕਰਨੀ, ਇੰਨੀ ਕੁ ਆਵਾਜ਼ 'ਚ ਬੋਲਣਾ, ਉੱਥੇ ਦੂਰ ਤੱਕ ਆਵਾਜ਼ ਜਾਣੀ ਆ, ਦੂਰ ਤੱਕ ਤੁਹਾਡੀ ਅੱਖ ਦਿਖਣੀ ਚਾਹੀਦੀ ਹੈ, ਅਤੇ ਉਹ ਸਾਨੂੰ ਹੁੰਦਾ ਸੀ ਕਿ ਸਾਹਮਣੇ ਬੋਲ ਦੇ ਉੱਤੇ ਲਾਈਟ ਟੰਗੀ ਹੋਈ ਹੈ, ਅੱਖ ਤਰ੍ਹਾਂ ਚੱਕ ਕੇ ਥੋੜ੍ਹੀ ਉਹ ਲਾਈਟ ਲੈਣੀ ਹੁੰਦੀ ਸੀ, ਤਾਂ ਅੱਖ ਚਮਕਦੀ ਦੱਸਦੀ, ਜਿਸ ਤਰ੍ਹਾਂ ਰਾਤ ਨੂੰ ਹਨੇਰੇ 'ਚ ਕੋਈ ਵੀ ਪਸ਼ੂ ਆਉਂਦਾ ਹੁੰਦਾ ਨਾ ਜੀ ਜੀ ਸੜਕਾਂ 'ਤੇ, ਆਪਾਂ ਨੂੰ ਜੋ ਉਹਦੀ ਅੱਖ 'ਚ ਲਾਈਟ ਪੈਂਦੀ ਹੈ, ਕੋਈ ਗਾਂ ਬਲਦ ਕੋਈ ਸਾਨ ਫਿਰਦੇ ਆ,
ਜੇ ਅੱਖ 'ਚ ਲਾਈਟ ਪੈ ਗਈ ਆਪਾਂ ਨੂੰ ਪਤਾ ਲੱਗ ਜਾਵੇ ਪਸ਼ੂ ਆ ਰਿਹਾ ਜੀ ਜੀ ਉਹ ਅੱਖ ਚਮਕਦੀ ਬਹੁਤ ਆ ਲਾਈਟ ਦਾ ਰਾਤ ਨੂੰ ਉਹ ਟੈਕਨੀਕ ਉੱਦਾਂ ਦੀ ਇਹ ਇਹ ਜੇ ਨੁਕਸ ਦਿਵਾਣਾ ਸਾਹਿਬ ਦੱਸ ਰਹੇ ਸੀ ਫਿਰ ਫਾਈਨਲ ਆ ਗਿਆ ਮੇਰਾ ਜੀ ਜੀ ਮੈਨੂੰ ਕਹਿੰਦੇ ਓਏ ਕਦੇ ਆ ਤਿੰਨ ਵਜ ਕੇ ਹੋ ਗਿਆ ਜੀ ਮੈਂ ਕਿਹਾ ਵੀ ਇਹ ਤਾਂ ਕੰਮ ਖਰਾਬ ਹੈ ਮੈਂ ਕੋਈ ਗਲਤੀ ਹੋ ਗਈ ਵੱਡੀ ਕਲਾਸ ਲੱਗ ਗਈ ਕਲਾਸ ਲੱਗ ਗਈ ਜੀ ਜੀ ਮੈਂ ਕਿਹਾ ਸਰ ਕੀ ਹੋ ਗਿਆ ਜੀ ਕੋਈ ਗਲਤੀ ਹੋ ਗਈ ਉਹ ਗਲਤੀ ਦੇ ਬੱਚਿਆ ਤੂੰ ਅੱਜ ਪੂਰੇ ਪਲੇ 'ਚ ਚਾਰ ਪੰਜ ਜਗ੍ਹਾ ਇੱਦਾਂ ਕਿਹਾ ਵੀ ਹੱਟ ਉਸਤਾਦ ਕੀ ਹੁੰਦਾ ਉਹ ਮੈਂ ਕਿਹਾ ਇੰਨੀ ਸੋਹਣੀ ਪਰਫੋਰਮੈਂਸ ਦਿੱਤੀ ਕਹਿੰਦੇ ਮੈਨੂੰ ਕਈ ਥਾਂ ਝਟਕੇ ਲੱਗੇ ਹੋਏ ਯਾਰ ਇਹ ਸੋਈ ਅੱਜ ਇੱਕ ਵਾਰੀ ਡਰ ਕੇ ਵੀ ਲੱਗੀ ਕਲਾਸ ਲੱਗ ਗਈ ਵੀ ਇਹ ਨਹੀਂ ਪਤਾ ਤਰੀਫੋਂ ਲੱਗੀ ਹੈ ਅੱਜ ਬਹੁਤ ਚਾਰਜ ਹੋਇਆ ਅਤੇ ਅੱਜ ਇਹਨੇ ਜੋ ਵਾਕ ਲਈ ਜੋ ਗ੍ਰੇਸ ਦਿਖਾਈ ਉਹ ਮੇਰੀ ਜਿਹੜੀ 6 ਦਿਨ ਦੀ ਮਿਹਨਤ ਸੀ ਜੀ ਇਸ ਤਰ੍ਹਾਂ ਥੀਏਟਰ ਦੇ ਇਹੋ ਜਿਹੇ ਐਕਸਪੀਰੀਅੰਸ ਅਸੀਂ ਹੁਣ ਥੀਏਟਰ ਦੇ ਵਿੱਚ ਇੱਕ ਇਹ ਬੜਾ ਹੁੰਦਾ ਕਿ ਤੁਸੀਂ ਇੱਕ ਪਲੇ ਕਰਦੇ ਕਰਦੇ 6-6 ਮਹੀਨੇ ਸਾਲ ਸਾਲ ਲੰਘ ਜਾਂਦੇ ਆ ਜੀ ਜੀ ਪਲੇ ਨੂੰ ਜਿਹੜੇ ਪ੍ਰੋਫੈਸ਼ਨਲ ਜਿਹੜੇ ਪਲੇ ਕਰਦੇ ਆ ਨਾ ਉਹ ਇਸ ਤਰ੍ਹਾਂ ਹੀ ਹੁੰਦਾ ਕਿ 2-4 ਸ਼ੋਅ ਤੋਂ ਬਾਅਦ ਤਾਂ ਪਲੇ ਦੇ ਵਿੱਚ ਨਿਖਾਰ ਆਉਂਦਾ ਜੀ ਜੀ ਫਿਰ ਪਰਫੋਰਮ ਕਰਨ ਦਾ ਮਜ਼ਾ ਆਉਂਦਾ ਤੇ ਉਹ ਜਿਹੜਾ ਇੱਕ ਪਲੇ ਕਰਦੇ ਕਰਦੇ ਜੋ ਤੁਹਾਡੇ ਉੱਤੇ ਉਹਦਾ ਪ੍ਰਭਾਵ ਪੈ ਜਾਂਦਾ ਤੁਹਾਡੀ ਬੋਡੀ ਲੈਂਗੁਏਜ ਤੁਹਾਡੇ ਇਸ਼ਾਰੇ ਤੁਹਾਡੇ ਆਵਾਜ਼ ਦੇ ਉਤਰਾਅ ਚੜ੍ਹਾਅ ਸਾਰੇ ਉਹ ਕੈਰੇਕਟਰ ਮੁਤਾਬਕ ਹੁੰਦੇ ਨੇ ਜੀ ਜੀ ਫਿਰ ਉਸ ਤੋਂ ਬਾਅਦ ਜੇ ਉਹਨਾਂ ਨਵਾਂ ਪਲੇ ਦੂਜਾ ਸ਼ੁਰੂ ਕਰਨਾ ਫਿਰ ਤੁਹਾਨੂੰ ਜਿਹੜਾ ਉਹ ਪਹਿਲੇ ਪਲੇ ਦਾ ਅਸਰ ਹੈ ਤੁਹਾਡੇ ਦਿਲ ਦਿਮਾਗ 'ਤੇ ਤੁਹਾਡੀ ਬੋਡੀ 'ਤੇ ਉਹ ਸਾਰਾ ਵਾਸ਼ ਆਊਟ ਕਰਨਾ ਪੈਂਦਾ ਹੈ ਉਹ ਨਵੇਂ ਪਾਤਰ ਦੀ ਚਮੜੀ ਦੇ ਵਿੱਚ ਵੜਨ ਵਾਸਤੇ ਫਿਰ ਦੁਬਾਰਾ ਤੋਂ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਉਹ ਜਿਹੜੇ ਇਹੋ ਜਿਹੇ ਐਕਸਪੀਰੀਅੰਸ ਨੇ ਥੀਏਟਰ ਜਿਹੜਾ ਮੈਂ ਕੀਤਾ ਉਹੀ ਹੈ ਉਹ ਜਿਹੜਾ ਬੀਜਿਆ ਸੀ ਉਹ ਹੁਣ ਵੱਢ ਰਿਹਾ ਬੜਾ ਮਿੱਠਾ ਲੱਗਦਾ ਹੁਣ ਫਲ ਉਹ ਜਿਹੜਾ ਉਸ ਥੀਏਟਰ ਬੀਜਿਆ ਸੋ ਮੇਰਾ ਕਹਿਣ ਤੋਂ ਭਾਵ ਜਿਹੜੀ ਪਹਿਲੇ ਮੈਂ ਗੱਲ ਕਹੀ ਸੀ ਕਿ ਇਸ ਤਰ੍ਹਾਂ ਬਾਰੀਕੀ ਨਾਲ ਫਿਲਮਾਂ 'ਚ ਨਾ ਤਾਂ ਹੁਣ ਵਕਤ ਮਿਲਦਾ ਜੀ ਜੀ ਇਸ ਸਿੱਟ ਤੋਂ ਉਸ ਸਿੱਟ 'ਤੇ ਜਾਈਦਾ ਹਾਂਜੀ ਡਾਇਲੋਗ ਦਿਓ ਜੀ ਡਾਇਲੋਗ ਡਾਇਲੋਗ ਯਾਦ ਕੀਤੇ ਐਕਸਪੀਰੀਅੰਸ ਹੋ ਗਿਆ ਉਹਦਾ ਹੁਣ ਮਤਲਬ ਜਲਦੀ ਪਿੱਕ ਕਰ ਲਈਦਾ ਜਲਦੀ ਕਰ ਲਈਦਾ ਲੇਕਿਨ ਜਿਹੜੀ ਉਹ ਡਿਟੇਲਿੰਗ ਜਿਹੜੀ ਥੀਏਟਰ 'ਚ ਕਰੀਦੀ ਸੀ ਕੋਈ ਕੋਈ ਕਦੇ ਕਦੇ ਇਹੋ ਜਿਹਾ ਪ੍ਰੋਜੈਕਟ ਹੱਥ 'ਚ ਆਉਂਦਾ ਜਿਹਦੇ 'ਚ ਤੁਹਾਨੂੰ ਸਕ੍ਰਿਪਟ 10-20 ਦਿਨ ਪਹਿਲਾਂ ਮਿਲ ਜਾਂਦੀ ਹੈ ਮਹੀਨਾ ਪਹਿਲਾਂ ਵੀ ਮਿਲ ਜਾਂਦੀ ਹੈ ਉੱਥੇ ਫਿਰ ਉਹ ਕਰੈਕਟਰ ਖੇਡਣ ਦਾ ਜਿਹੜਾ ਉਹਦਾ ਸਵਾਦ ਹੁੰਦਾ ਉਹ ਵੱਖਰਾ ਹੀ ਹੁੰਦਾ ਉਹ ਤੁਸੀਂ ਕੁਛ ਨਵਾਂ ਸਿੱਝਣਾ ਨਵਾਂ ਕਰਨਾ ਹੈ ਉਹ ਮਜ਼ਾ ਜਿਹੜਾ ਹੈਗਾ ਉਹ ਥੀਏਟਰ ਵਾਲਾ ਉਹ ਫਿਰ ਆਉਂਦਾ ਅਗਰ ਤੁਹਾਡੇ ਕੋਲ ਸਕ੍ਰਿਪਟ ਹੱਥ 'ਚ ਪਹਿਲਾਂ ਹੋਵੇ ਟੀਵੀ 'ਚ ਤਾਂ ਬਿਲਕੁਲ ਹੀ ਆਉਂਦਾ ਟੀਵੀ ਮੀਡੀਆ ਤਾਂ ਇਹ ਹੈ ਤੁਸੀਂ ਜਾਓ ਉੱਥੇ ਫਟਾਫਟ ਐਪੀਸੋਡ ਛਾਪਣੇ ਹੁੰਦੇ ਆ ਉੱਥੇ ਕਰੈਕਟਰ ਨਿਭਾਉਣੇ ਕਰੈਕਟਰ ਖੇਡਣੇ ਉਹ ਨਹੀਂ ਬਣ ਸਕਦਾ ਹਾਲਾਂਕਿ ਅਸੀਂ ਜਿਹੜੇ ਮੈਂ ਸੁਖਵਿੰਦਰ ਧੰਜਲ ਮੇਰੇ ਦੋਸਤ ਡਾਇਰੈਕਟਰ ਸੀਗੇ ਅਸੀਂ ਸੀਰੀਅਲ ਬਣਾਏ ਸਰਹੱਦ ਉਹਦਾ ਡਾਇਲੋਗ ਰਾਈਟਰ ਵੀ ਮੈਂ ਸੀਗਾ ਜਿਸ ਕਰਕੇ ਮੈਨੂੰ ਉੱਥੇ ਦਿੱਕਤ ਤਾਂ ਨਹੀਂ ਸੀ ਆਉਂਦੀ ਉਹਦਾ ਪਤਾ ਹੀ ਹੈ ਮੈਨੂੰ ਜਦੋਂ ਮੈਂ ਡਾਇਲੋਗ ਲਿਖ ਰਿਹਾ ਉਹਦੀ ਡਿਟੇਲਿੰਗ ਕਰੈਕਟਰ ਦੀ ਮੈਨੂੰ ਪਤਾ ਹੈ ਪਰ ਜਿਹੜੇ ਨਵੇਂ ਬੱਚੇ ਆ ਨਵਾਂ ਬੰਦਾ ਕੋਈ ਜਾਂਦਾ ਉਹਨੂੰ ਸਕ੍ਰਿਪਟ ਅਗਰ ਪਹਿਲਾਂ ਹੱਥ 'ਚ ਆ ਜਾਂਦੀ ਹੈ ਤਾਂ ਉਹ ਆਪਣੀ ਸਪੀਚ ਵਰਕ ਆਪਣੇ ਅਨਾਊਂਸਰਸ ਆਪਣੇ ਜਿਹੜੀ ਪੰਕਚੁਏਸ਼ਨ ਹੈ ਉਹ ਪਹਿਲਾਂ ਕਰ ਲੈਂਦਾ ਉਹ ਫਿਰ ਪਰਫੋਰਮੈਂਸ ਵਧੀਆ ਨਿਖਰ ਕੇ ਸਾਹਮਣੇ ਆਉਂਦੀ ਹੈ ਤੇ ਉਹ ਜਿਹੜਾ ਅੱਜ ਜੋ ਹੋ ਰਿਹਾ ਉਹ ਇਸ ਤਰ੍ਹਾਂ ਨਾ ਤਾਂ ਮੈਂ ਕਦੇ ਕੋਈ ਡਿਮਾਂਡ ਕਰਦੇ ਦੇਖੇ ਨੇ ਹਾਂਜੀ ਹਾਂਜੀ ਲਿਆਓ ਜੀ ਕੀ ਹੈ ਜੀ ਅੱਛਾ ਜੀ ਕਈ ਤਾਂ ਪੜ੍ਹਦੇ ਵੀ ਨਹੀਂ ਹੈ ਮੇਕਅਪ ਕਰਾਉਣਗੇ ਹਾਂਜੀ ਐਵੇਂ ਡਾਇਲੋਗ ਬੋਲੀ ਚੱਲ ਡਾਇਲੋਗ ਬੋਲੀ ਚੱਲ ਉਹ ਡਾਇਲੋਗ ਸੁਣ ਕੇ ਤੁਸੀਂ ਕਿਵੇਂ ਫੀਲ ਕਰ ਸਕਦੇ ਹੋ ਕੀ ਪਰਫੋਰਮ ਕਰੋਗੇ ਜੀ ਸੱਤਾਂ ਚੁੱਲ੍ਹਿਆਂ ਦੀ ਉਹ ਡਾਇਲੋਗ ਫੜੋ ਡਾਇਲੋਗ ਪੜ੍ਹੋ ਜਦੋਂ ਪੜ੍ਹੋਗੇ ਜਿੰਨੀ ਵਾਰ ਪੜ੍ਹੋਗੇ ਤੁਹਾਨੂੰ ਹਰ ਵਾਰੀ ਉਹਦੀ ਉਹਨਾਂ ਲਾਈਨਾਂ ਦੇ ਅੰਦਰ ਛੁਪੀ ਹੋਈ ਜਿਹੜੀ ਚੀਜ਼ ਹੈ ਉਹਦੀਆਂ ਨਵੀਆਂ ਤੈਅ ਸਮਝ ਉਹਦੀਆਂ ਲੇਅਰਸ ਕੀ ਨੇ ਲਿਖਿਆ ਹੋਇਆ ਜਿਹੜਾ ਉਹ ਚੀਜ਼ਾਂ ਨੇ ਉਹ ਮਿਹਨਤਾਂ ਉਹ ਜਿਹੜੇ ਬੰਦੇ ਕਰਦੇ ਨੇ ਉਹ ਕਾਮਯਾਬ ਨੇ ਜਿਹੜੇ ਨਹੀਂ ਕਰਦੇ ਉਹ ਮੈਂ ਕਈ ਵਾਰੀ ਜਿਹੜੇ
ਜੂਨੀਅਰ ਨਵੇਂ ਮੁੰਡੇ ਆਉਂਦੇ ਆ ਉਹਨਾਂ ਨਾਲ ਮੈਂ ਇਸ ਗੱਲ 'ਤੇ ਥੋੜ੍ਹੀ ਨਾਰਾਜ਼ਗੀ ਜਿਤਾ ਕੇ ਉਹ ਕਰਕੇ ਪਿਆਰ ਨਾਲ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਐਕਟਰਸ ਨਾਲ ਵੀ ਜਦੋਂ ਅਸੀਂ ਐਕਟ ਕਰਦੇ ਹਾਂ ਮਤਲਬ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਇਆ ਜਾਵੇ ਵੀ ਜਿਹੜੀ ਤੁਸੀਂ ਨੋਟ ਕਰੋ ਬਿਲਕੁਲ 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 ਇਹਦੇ ਵਿੱਚ ਬਹੁਤ ਕੁਝ ਛਿਪਿਆ ਆ ਅਸੀਂ ਵੈਨਿਟੀ ਵੈਨ 'ਚ ਬੈਠੇ ਹੋਏ ਉੱਥੇ ਹੋਰ ਗੱਪਾਂ ਮਾਰਨ ਦੀ ਬਜਾਏ ਜੇ ਅਸੀਂ ਸਕ੍ਰਿਪਟ ਲੈ ਕੇ ਬੈਠ ਜਾਂਦੇ ਹਾਂ ਉਨੀ ਦੇਰ ਉਹ ਫਿਰ ਉਹ ਸੀਨ ਉਹ ਫਿਰ ਉਹ ਦੇਖਣ ਵਾਲਾ ਹੀ ਹੁੰਦਾ ਇੱਕ ਤਾਂ ਕੰਮ ਸੈੱਟ 'ਤੇ ਜਾਣਾ ਕੰਮ ਛੇਤੀ ਹੁੰਦਾ ਹਰ ਬੰਦੇ ਨੂੰ ਆਪਣੀ ਲਾਈਨਸ ਪਤਾ ਹੁੰਦਾ ਹਰ ਬੰਦੇ ਨੂੰ ਆਪਦੇ ਭਾਵ ਪਤਾ ਹੁੰਦਾ ਹਰ ਬੰਦੇ ਨੂੰ ਇਹ ਸਮਝ ਹੁੰਦੀ ਹੈ ਕਿ ਮੈਂ ਕੀ ਕਿਰਦਾਰ ਨਿਭਾਉਣਾ ਮੈਂ ਕਿਸ ਤਰ੍ਹਾਂ ਬੋਲਣਾ ਕੀ ਕਰਨਾ ਜੇ ਵੈਲ ਰਿਹਰਸਲ ਜਾਂਦਾ ਉਹ ਜਿਵੇਂ ਥੀਏਟਰ 'ਚ ਕਰਦੇ ਸੀ ਉਸ ਤਰ੍ਹਾਂ ਦੀਆਂ ਮਿਹਨਤਾਂ ਨੇ ਜਿਹੜੀਆਂ ਉਹ ਸਕਰੀਨ 'ਤੇ ਸਾਫ਼ ਨਜ਼ਰ ਆਉਂਦੀਆਂ ਜਦੋਂ ਅਸੀਂ ਦੇਖਦੇ ਹਾਂ ਫਿਲਮ ਬੈਠੇ ਇਹ ਤੁਸੀਂ ਨਾ ਸਰਦਾਰ ਸਾਹਿਬ ਬੜੀ ਪੁਆਇੰਟ ਦੀ ਗੱਲ ਕਹੀ ਆ ਇਹ ਤਾਂ ਹੋ ਗਈਆਂ ਜਿਵੇਂ ਇੱਕ ਬਰੀਕੀ ਵਾਲੀਆਂ ਗੱਲਾਂ ਹੋ ਗਈਆਂ ਤੁਸੀਂ ਦੱਸਿਆ ਸਕ੍ਰਿਪਟ ਜਿਵੇਂ ਆਪਾਂ ਪੜ੍ਹ ਲਈਆਂ ਆਪਾਂ ਕੋਈ ਫਿਲਮ ਵੇਖ ਲਈਏ ਨਾ ਆਪਾਂ ਕੋਈ ਫਿਲਮ ਵੇਖ ਲਈਏ ਫਿਲਮ ਨੂੰ ਆਪਾਂ ਇੱਕ ਵਾਰੀ ਵੇਖ ਲਿਆ ਦੂਜੀ ਵਾਰੀ ਉਹੀ ਫਿਲਮ ਦੇਖੀਏ ਨਾ ਆਪਾਂ ਕਹੀਏ ਯਾਰ ਆਹ ਵੀ ਚੀਜ਼ਾਂ ਹੈਗੀਆਂ ਸੀ ਵਿੱਚ ਜਾਂ ਆ ਇੱਥੇ ਨੇ ਆਹ ਕਿਹਾ ਸੀ ਉਹ ਤਾਂ ਇੱਕ ਜਿਵੇਂ ਕਹਿ ਲਓ ਇੱਕ ਆਪਾਂ ਵੇਖ ਰਹੇ ਹਾਂ ਸਾਰਾ ਕੁਝ ਪ੍ਰੈਜੈਂਟ ਹੋ ਰਿਹਾ ਉਦੋਂ ਦੂਜੀ ਵਾਰ ਬੰਦੇ ਨੂੰ ਕੁਛ ਜਿਹੜੀਆਂ ਚੀਜ਼ਾਂ ਹਾਲਾਂਕਿ ਸਾਹਮਣੇ ਬੋਲੀਆਂ ਗਈਆਂ ਉਹ ਵੀ ਜਿਹੜੀਆਂ ਦੂਜੀ ਵਾਰ ਪਤਾ ਲੱਗਦੀਆਂ ਇਹ ਤਾਂ ਫਿਰ ਇੱਕ ਜਿਵੇਂ ਤੁਸੀਂ ਦੱਸਿਆ ਵੀ ਸਕ੍ਰਿਪਟ ਪੜ੍ਹੋ ਕੁਝ ਟੈਕਨੀਕਲ ਚੀਜ਼ਾਂ ਜਿਹੜੀਆਂ ਬਰੀਕੀਆਂ ਉਹ ਬੰਦੇ ਦੇ ਦਿਮਾਗ 'ਚ ਕ੍ਰੀਏਟ ਹੁੰਦੀਆਂ ਵੀ ਨਹੀਂ ਆਹ ਕਰੈਕਟਰ ਇਦਾਂ ਨਹੀਂ ਦੇਖੋ ਆਮ ਆਦਮੀ ਜਿਹੜਾ ਹੁੰਦਾ ਉਹ ਬਰੀਕੀਆਂ ਉਹਨੂੰ ਨਹੀਂ ਪਤਾ ਹੁੰਦਾ ਲੇਕਿਨ ਉਹਨੂੰ ਫਿਲਮ ਵਧੀਆ ਵਧੀਆ ਕਿਉਂ ਲੱਗਦੀ ਹੈ ਜਾਂ ਤੁਸੀਂ ਕਹਿ ਲਓ ਕੋਈ ਮੇਰੇ ਵਰਗਾ ਕੋਈ ਹੋਰ ਵੀ ਐਕਟਰ ਬਹੁਤ ਨੇ ਉਹ ਐਕਟਰ ਕਿਉਂ ਲੋਕਾਂ ਨੂੰ ਪਸੰਦ ਆਉਂਦੇ ਕਿਉਂ ਵਧੀਆ ਲੱਗਦੇ ਆ ਉਹ ਇਹ ਨਹੀਂ ਦੱਸ ਸਕਦੇ ਕਿ ਉਹਨੇ ਆਹ ਨੁਕਤਾ ਵਰਤਿਆ ਇਹ ਵਰਤਿਆ ਉਹ ਕਹਿੰਦੇ ਯਾਰ ਉਹ ਕਰਦਾ ਤਾਂ ਬਹੁਤ ਵਧੀਆ ਲੱਗਦਾ ਸਾਨੂੰ ਆਮ ਲੋਕਾਂ ਨੂੰ ਇਹ ਬਰੀਕੀਆਂ ਜਾਂ ਸਾਨੂੰ ਵੀ ਕੋਈ ਕਹਿੰਦੇ ਉਹ ਕੋਈ ਯਾਰ ਫਲਾਣੇ ਬੰਦੇ ਦੀ ਸਕ੍ਰਿਪਟ ਲਿਖੀ ਉਹਨੇ ਉਹ ਸਕ੍ਰਿਪਟ ਲਿਖਣ ਵੇਲੇ ਕਿੰਨੀਆਂ ਮਿਹਨਤਾਂ ਕੀਤੀਆਂ ਕੀ ਕੀਤਾ ਸਾਨੂੰ ਉਹ ਬਰੀਕੀਆਂ ਨਹੀਂ ਪਤਾ ਹੁੰਦਾ ਪਰ ਪੜ੍ਹਨ ਵੇਲੇ ਉਹ ਲਿਖੇ ਹੋਏ ਆ ਤੁਹਾਡੇ ਦਿਲ ਦਿਮਾਗ 'ਚ ਤੁਹਾਡੇ ਦਿਲ 'ਚ ਉਤਰਦੇ ਜਾਂਦੇ ਨੇ ਲਫ਼ਜ਼ ਸੋ ਉਹ ਚੀਜ਼ ਹੈ ਉਹ ਸਾਡਾ ਫਰਜ਼ ਬਣਨਾ ਹੁੰਦਾ ਕਿ ਅਸੀਂ ਉਨੀ ਬਰੀਕੀ ਨਾਲ ਉਸੇ ਤਰ੍ਹਾਂ ਹੀ ਕੰਮ ਕਰੀਏ ਤਾਂ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਦਰਸ਼ਕ ਸਾਡਾ ਆਉਂਦਾ ਉਹ ਮੰਤਰ ਮੁਗਧ ਹੋਇਆ ਬੈਠਾ ਨਹੀਂ ਬੜੀ ਵਧੀਆ ਤੁਸੀਂ ਇਹ ਗੱਲ ਕਹੀ ਕਿਉਂਕਿ ਇਹ ਚੀਜ਼ਾਂ ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਸੀ ਵੀ ਉਹ ਬੰਦੇ ਨੇ ਬੜੀ ਮਿਹਨਤ ਕੀਤੀ ਹੁੰਦੀ ਆ ਬੜਾ ਉਹਨੂੰ ਨਿਖਾਰਿਆ ਹੁੰਦਾ ਉਹਦੇ ਜਿਵੇਂ ਕਹਿ ਲਓ ਵੀ ਨਿਖਾਰ ਤਾਂ ਸਾਰਿਆਂ ਨੂੰ ਦਿਸ ਪੈਂਦਾ ਪਰ ਉਹਦੇ ਪਿੱਛੇ ਜਿਵੇਂ ਕਹਿ ਲਓ ਚਮਕ ਸਾਰਿਆਂ ਨੇ ਦਿੱਤੀ ਪਰ ਪਿੱਛੇ ਹਨੇਰੇ ਕਿੰਨੇ ਵੇਖੇ ਨੇ ਉਹ ਕੋਈ ਨਹੀਂ ਵੇਖਦਾ ਅਤੇ ਉਹਨੂੰ ਜਿਹੜੇ ਉਹਦੀ ਮਿਹਨਤ ਨੂੰ ਰੰਗ ਲਾਉਣਾ ਜਿਵੇਂ ਤੁਸੀਂ ਦੱਸਿਆ ਵੀ ਜੇ ਆਪਾਂ ਉਹਨੂੰ ਚੰਗੀ ਤਰ੍ਹਾਂ ਪੜ੍ਹਾਂਗੇ ਕਰਾਂਗੇ ਅਤੇ ਫਿਰ ਉਹਦੀ ਜਿਹੜੀ ਮਿਹਨਤ ਨੂੰ ਰੰਗ ਲੱਗੇਗਾ ਜੇ ਕਿਉਂਕਿ ਫਿਲਮ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਆਮ ਬੰਦੇ ਨੂੰ ਟੈਕਨੀਕਲ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਨੂੰ ਤਾਂ ਜੋ ਆਪਾਂ ਪ੍ਰਜੈਂਟ ਕਰਾਂਗੇ ਉਹਦੇ ਵਿੱਚ ਹੁਣ ਜਿਵੇਂ ਕਹਿ ਲਓ ਤੜਕੇ 'ਚ ਮਸਾਲੇ ਜਿਹੜੇ ਪਾਉਣੇ ਆਪਾਂ ਪਾਉਣੇ ਆ ਚੰਗੇ ਪਾਵਾਂਗੇ ਤਾਂ ਖਾਣਾ ਸਵਾਦ ਬਣੇਗਾ ਅਤੇ ਪਬਲਿਕ ਖਾਏਗੀ ਤਾਰੀਫ ਕਰੇਗੀ ਕਰੇਗੀ ਪਰ ਉਹਦੇ 'ਚ ਪਾਏ ਕੀ ਰਿਹਾ ਉਹਦੀ ਵਰਾਇਟੀ ਕੀ ਪੈ ਰਹੀ ਆ ਉਹ ਆਪਾਂ ਪਾਉਣੀ ਆ ਬਿਲਕੁਲ ਅਤੇ ਸੋਈ ਸਾਹਿਬ ਹੁਣੇ ਹੀ ਮਤਲਬ ਤੁਸੀਂ ਆਪਾਂ ਥੀਏਟਰ ਦੀ ਗੱਲ ਵੀ ਕਰ ਲਈ ਅਤੇ ਆਪਾਂ ਫਿਲਮ ਲਾਈਨ ਦੀਆਂ ਵੀ ਜਿਹੜੀਆਂ ਬਰੀਕੀਆਂ ਦੀ ਉਹ ਵੀ ਗੱਲਾਂ ਕੀਤੀਆਂ ਔਰ ਮੈਨੂੰ ਇੱਕ ਚੀਜ਼ ਤੁਸੀਂ ਦੱਸੋ ਵੀ ਥੀਏਟਰ ਲਾਈਨ ਦੇ ਵਿੱਚ ਜਿਹੜਾ ਪਹਿਲੀ ਸਟੇਜ ਤੁਹਾਨੂੰ ਮਤਲਬ ਕਿੰਨੇ ਮਤਲਬ ਇਹ ਇਸ ਲਾਈਨ ਦੇ ਵਿੱਚ ਮਤਲਬ ਕਿ ਤੁਹਾਨੂੰ ਪਹਿਲੀ ਸਟੇਜ ਕਿੱਦਾਂ ਮਿਲੀ ਸੀ ਥੀਏਟਰ ਲਾਈਨ ਦੀ ਫਿਰ ਉਹੀ ਵਾਪਸ ਬਚਪਨ ਤੋਂ ਜਵਾਨੀ 'ਚ ਪੈਰ ਰੱਖ ਲਿਆ ਸੀ ਜੀ ਜੀ ਇਹ ਵੀ ਇੱਕ ਬਹੁਤ ਵੱਡਾ ਐਕਸਪੀਰੀਅੰਸ ਹੈ ਮੈਂ ਸ਼ੇਅਰ ਕਰਦਾ ਹੁੰਦਾ ਕਿ ਤੁਸੀਂ ਜਲਦਬਾਜ਼ੀ 'ਚ ਜਿਹਨੂੰ ਕਹਿੰਦੇ ਆ ਮੁੰਡਪਣਾ ਜੀ ਜੀ ਉਹਦੇ 'ਚ ਹੁਣੇ ਮੈਨੂੰ ਇੱਕ ਮੁੰਡਾ ਮਿਲਿਆ ਮੈਨੂੰ ਕਹਿੰਦਾ ਸਰਦਾਰ ਸਾਹਿਬ ਫਿਲਮਾਂ 'ਚ ਕੰਮ ਕਰਨਾ ਹੈ ਅਤੇ ਕੋਈ ਰੋਲ ਮਿਲ ਸਕਦਾ ਮੈਂ ਕਿਹਾ ਹਾਂ ਮਿਹਨਤ ਕਰੇਗਾ ਮਿਲ ਜੂ ਕਹਿੰਦਾ ਨਹੀਂ ਤੁਸੀਂ ਦਵਾ ਦਿਓ ਅਤੇ ਕਿੰਨੇ ਕੁ ਪੈਸੇ ਲੱਗਣਗੇ ਜੀ ਮੈਂ ਕਿਹਾ ਕਾਕਾ ਜਿਸ ਦਿਨ ਤੂੰ ਸਿੱਖ ਗਿਆ ਮੈਂ ਕਿਹਾ ਤੈਨੂੰ ਪੈਸੇ ਮਿਲਣਗੇ ਜੀ ਜੀ ਤੂੰ ਕਹਿੰਦਾ ਕਿੰਨੇ ਪੈਸੇ ਲੱਗਣਗੇ ਤੂੰ ਪੈਸੇ ਦੇ ਕੇ ਕੰਮ ਕਰਨ ਨੂੰ ਫਿਰਦਾ ਤਾਂ ਮਾਰ ਖਾਏਗਾ ਜ਼ਿੰਦਗੀ 'ਚ ਉਹੋ ਜਿਹੇ ਐਕਸਪੀਰੀਅੰਸ ਹਰ ਬੰਦੇ ਨਾਲ ਹੁੰਦੇ ਨੇ ਮੈਂ ਵੀ ਬਹੁਤ ਯੰਗ ਏਜ ਦੇ ਵਿੱਚ ਐਕਟਰ ਬਣਨ ਦਾ ਸੁਪਨਾ ਲਿਆ ਇੱਥੋਂ ਟਿਕਟ ਖਰੀਦੀ ਫਰੰਟੀਅਰ ਮੇਲ ਹੁੰਦੀ ਸੀ ਗੋਲਡਨ ਟੈਂਪਲ ਪਹਿਲਾਂ ਫਰੰਟੀਅਰ ਮੇਲ ਟ੍ਰੇਨ 'ਚ ਬੈਠੇ ਲੁਧਿਆਣੇ ਤੋਂ ਸਿੱਧਾ ਬੰਬੇ ਜੀ ਬੰਬੇ ਗਏ ਧਰਮ ਜੀ ਦੇ ਸਹੁਰਿਆਂ ਤੋਂ ਬਨਭੌਰ ਆਇਆ ਮਲੇਰਕੋਟਲੇ ਕੋਲ ਪਿੰਡ ਹੈ ਉੱਥੇ ਸਹੁਰੇ ਨੇ ਉਹਨਾਂ ਦੇ ਉਹ ਸਾਡੇ ਨਾਲ ਜਾਣ ਪਛਾਣ ਸੀ ਮੈਂ ਉਹਨਾਂ ਦਾ ਮੁੰਡਾ ਨਾਲ ਲਿਆ ਅਤੇ ਸਿੱਧਾ ਧਰਮ ਜੀ ਦੇ ਬੰਗਲੇ ਪਹੁੰਚ ਗਿਆ ਉੱਥੇ ਪਹੁੰਚਿਆ ਸਾਲ 6 ਮਹੀਨੇ ਧੱਕੇ ਧੁੱਕੇ ਇੱਧਰ ਉੱਧਰ ਤੁਰੇ ਫਿਰਦੇ ਨਾਲ ਉਹਨਾਂ ਦੇ ਉਹ ਸ਼ੂਟਿੰਗ ਦੇਖ ਲਈ ਉਹ ਦੇਖ ਲਈ ਉਹ ਦੇਖ ਲਈ ਪਰ ਪਰਮਾਤਮਾ ਦੀ ਇੰਨੀ ਮਿਹਰ ਰਹੀ ਕਿ ਮੈਨੂੰ ਅਕਲ ਆ ਗਈ ਕਿ ਬਈ ਤੂੰ ਤਾਂ ਕੱਚਾ ਭਾਂਡਾ ਹੈ ਅਜੇ ਜਿਸ ਦਿਨ ਤੈਨੂੰ ਕੋਈ ਰੋਲ ਵਧੀਆ ਕਰਨ ਨੂੰ ਇੱਥੇ ਬਾਈ ਚਾਂਸ ਹੋ ਗਿਆ ਮਿਲ ਗਿਆ ਤੂੰ ਵਿਚਾਲੇ ਖਿੰਡ ਜਾਏਗਾ ਫਿਰ ਵਾਪਸ ਆਇਆ ਵਾਪਸ ਆ ਕੇ ਟਿਵਾਣਾ ਸਾਹਿਬ ਦਾ ਥੀਏਟਰ ਜੁਆਇਨ ਕੀਤਾ ਮੈਂ ਤਾਂ ਇਹ ਕਹਿੰਦਾ ਥੀਏਟਰ ਜੁਆਇਨ ਕੀਤਾ ਮੈਂ ਕੱਚਾ ਭਾਂਡਾ ਸੀ
ਟਿਵਾਣਾ ਸਾਹਿਬ ਦੇ ਆਵੇ ਜਾ ਕੇ ਪੱਕਿਆ ਜੀ ਜੀ 12 ਸਾਲ ਤੇ ਫਿਰ ਜਦੋਂ 12 ਸਾਲ ਤੋਂ ਬਾਅਦ ਨਿਕਲਿਆ ਜੇ ਮੇਰੇ ਤੇ ਐ ਉਹ ਭਾਂਡੇ ਦੇ ਛੜੀ ਮਾਰਦੇ ਨਾ ਟਣ ਦੀ ਆਵਾਜ਼ ਆਉਂਦੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਮਤਲਬ ਤੁਸੀਂ ਉਹ ਜਿਹੜੀ ਪੰਜਾਬੀ ਦੀ ਕਹਾਵਤ ਆ ਵੀ ਸਿਆਣੇ ਕਹਿੰਦੇ ਵੀ ਜਿਹੜੀ ਅਗਲ ਧੱਕੇ ਖਾ ਕੇ ਉਹਦੀ ਬਦਾਮ ਖਾ ਕੇ ਨਹੀਂ ਆਉਂਦੀ, ਪਰ ਜਿਹੜਾ ਬੰਦਾ ਉਸ ਚੀਜ਼ ਨੂੰ ਐਕਸੈਪਟ ਕਰ ਲਏ, ਤੁਸੀਂ ਦੇਖਿਆ ਆਪਣਾ ਜ਼ਿੰਦਗੀ ਦਾ ਚੈਲੇਂਜ, ਤੁਸੀਂ ਦੇਖਿਆ ਵੀ ਨਹੀਂ ਅਜੇ ਸਰਦਾਰ ਸੋਹੀ ਜਿਹੜਾ ਮਤਲਬ ਕਿ ਇਸ ਲਾਈਨ 'ਚ ਬੜਾ ਕੱਚਾ, ਇਹਨੂੰ ਜਿਹੜਾ ਪੱਕਾ ਕਰਨਾ, ਜਿਵੇਂ ਤੁਸੀਂ ਦੱਸਿਆ ਪੱਕਾ ਤੁਸੀਂ ਆ ਕੇ ਟਿਵਾਣਾ ਸਾਹਿਬ ਦੀ ਸੰਗਤ ਦੇ ਵਿੱਚ ਹੋਏ ਤੇ ਭਾਂਡਾ ਜਿਹੜਾ ਅੱਜ ਪੱਕਾ ਹੋਣਾ ਬਹੁਤ ਜ਼ਰੂਰੀ ਹੈ, ਤੰਨ ਕਰਕੇ ਜਿਹੜਾ ਹੁਣ ਭਾਂਡਾ ਮਤਲਬ ਕਿ ਜਿਹੜਾ ਖੜਕਦਾ, ਤਾਂ ਇਹ ਤਾਂ ਉਹੀ ਥੀਏਟਰ ਦੀ ਗੱਲ ਆ। ਔਰ ਫਿਲਮ ਲਾਈਨ ਦੇ ਵਿੱਚ ਆਪਾਂ ਜਿੱਦਾਂ ਗੱਲ ਕਰੀਏ, ਸਭ ਤੋਂ ਪਹਿਲੀ ਤੁਹਾਡੀ ਫਿਲਮ ਸੀ ਲੌਂਗ ਦਾ ਲਿਸ਼ਕਾਰਾ, ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਵੀ ਫਿਲਮ ਦੇਖੀ ਆਪਾਂ ਨੂੰ ਅੱਜ ਵੀ ਨਵੀਂ ਲੱਗਦੀ ਹੈ, ਅੱਜ ਵੀ ਜਿਹੜੇ ਕਰੈਕਟਰ ਨੇ ਉਹ ਜਵਾਨ ਲੱਗਦੇ ਨੇ, ਔਰ ਜਿਹੜਾ ਛੱਲਾ ਆ ਉਹ ਤਾਂ ਹੁਣ ਤੱਕ ਵੀ ਚੱਲਦਾ ਤੇ ਗਾਂ ਵੀ ਚੱਲਦਾ ਰਹੂਗਾ। ਔਰ ਉਹਦੇ ਵਿੱਚ ਸੋਈ ਸਾਹਿਬ ਜਿੰਨੇ ਵੀ ਕਰੈਕਟਰ ਸੀ ਉਹ ਆਪਣੇ ਆਪ ਦੇ ਵਿੱਚ ਨਾ ਇੱਕ ਮਤਲਬ ਕਿ ਇੱਕ ਅਲੱਗ ਹੀ ਪਰਸਨੈਲਿਟੀ ਸੀ ਸਾਰੇ ਕਰੈਕਟਰਾਂ ਦੀ। ਦੇਖੋ ਉਹ ਵਜ੍ਹਾ ਹੋਈ ਹੈ ਕਿ ਉਸ ਫਿਲਮ ਦੇ ਸਾਰੇ ਕਰੈਕਟਰ ਹਰ ਬੰਦਾ ਜੀ ਜੀ ਰਾਈਟਰ ਤੋਂ ਲੈ ਕੇ ਡਾਇਰੈਕਟਰ ਤੱਕ ਹਰ ਬੰਦਾ ਥੀਏਟਰ 'ਚੋਂ ਆਇਆ ਸੀ, ਜੁੜਿਆ ਹੋਇਆ ਜੀ ਜੀ ਅਸੀਂ। ਔਰ ਉੱਪਰੋਂ ਇਹ ਸੀ ਕਿ ਇਹ ਜਿਹੜਾ ਲੌਂਗ ਦਾ ਲਿਸ਼ਕਾਰਾ ਫਿਲਮ ਸੀ ਇਹ ਪਹਿਲਾਂ ਅਸੀਂ ਨਾਟਕ ਕਰਦੇ ਹੁੰਦੇ ਸੀਗੇ ਜੀ ਜੀ, ਔਰ ਨਾਟਕ ਦਾ ਜਦੋਂ ਫਿਲਮੀਕਰਨ ਹੋਇਆ ਤਾਂ ਉਹਦੀ ਜਿਹੜੀ ਰੂਹ ਹੈ ਜੀ ਜੀ ਰੂਹ ਤਾਂ ਸਾਨੂੰ ਸਾਰਾ ਪਤਾ ਸੀ ਪਹਿਲਾਂ ਹੀ ਜੀ ਜੀ, ਪਾਤਰਾਂ ਦੀ ਰੂਹ ਵੀ ਪਤਾ ਸੀ ਜੀ ਜੀ, ਕੁਛ ਕੁ ਨਵੇਂ ਕਰੈਕਟਰ ਫਿਲਮ ਨੂੰ ਹੋਰ ਇੰਟਰਟੇਨਿੰਗ ਬਣਾਉਣ ਵਾਸਤੇ ਵਿੱਚ ਥੋੜ੍ਹੇ ਜਿਹੇ ਜੋੜੇ ਗਏ, ਪਰ ਉਹ ਉਹਦੇ ਪਿੱਛੇ ਉਹਦਾ ਪਿਛੋਕੜ ਸੀ ਜਿਹੜਾ ਉਹ ਫਿਲਮ ਦਾ ਉਹ ਥੀਏਟਰ ਸੀ, ਥੀਏਟਰ ਵਾਲੇ ਬੰਦੇ ਜੁੜੇ ਸੀ। ਔਰ ਉਸ ਫਿਲਮ ਦੀ ਸਕ੍ਰਿਪਟਿੰਗ 'ਤੇ ਇੰਨੀ ਮਿਹਨਤ ਹੋਈ ਸੀ ਜਿਹਨੂੰ ਕਹਿੰਦੇ ਆ ਆਪਾਂ ਪ੍ਰੀ ਪ੍ਰੋਡਕਸ਼ਨ। ਪ੍ਰੀ ਪ੍ਰੋਡਕਸ਼ਨ ਫਿਲਮ ਸੈੱਟ 'ਤੇ ਜਾਣ ਤੋਂ ਪਹਿਲਾਂ ਜਿਹੜੀ ਹੁੰਦੀ ਹੈ ਉਹ ਜਿੰਨੀ ਜਿੰਨਾ ਟਾਈਮ ਲਗਾ ਲਓਗੇ ਉਹ ਓਨਾ ਹੀ ਉਹ ਵਧੀਆ ਮਿੱਠਾ ਮਿੱਠਾ ਬਣੂ। ਮਤਲਬ ਕਿ ਤੁਸੀਂ ਉਹਨੂੰ ਪਹਿਲਾਂ ਪੂਰੀ ਤਰ੍ਹਾਂ ਪੋਲਿਸ਼ ਕੀਤਾ ਵੀ ਜਦੋਂ ਲੱਗਿਆ ਵੀ ਹੁਣ ਬਈ ਟੀਮ ਆਪਣੀ, ਕਿਉਂਕਿ ਆਲ ਓਵਰ ਥੀਏਟਰ ਵਾਲੇ ਬੰਦੇ ਸੀ ਬਿਲਕੁਲ, ਕਿਉਂਕਿ ਸਾਰੇ ਐਕਸਪੀਰੀਅੰਸ ਬੰਦੇ ਸੀ ਉਹਨਾਂ ਨੂੰ ਪਤਾ ਸੀ ਕਿਉਂਕਿ ਥੀਏਟਰ ਕੀਤਾ ਆ, ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਲਿਖੀ ਸੀ ਸਕ੍ਰਿਪਟ ਨੂੰ ਇੱਕ ਵਾਰੀ ਪੜਾਂਗੇ ਦੋ ਵਾਰੀ ਪੜਾਂਗੇ ਉਹਦੇ 'ਚ ਬਰੀਕੀਆਂ ਨਿਕਲਣਗੀਆਂ, ਅਤੇ ਉਹ ਆਲ ਓਵਰ ਤੁਹਾਡੇ ਵਾਲੀ ਸੋਚ ਵਾਲੇ ਹੀ ਸਾਰੇ ਬੰਦੇ, ਉਹਦੇ ਸਾਰੇ ਡਿਪਾਰਟਮੈਂਟ ਹੀ ਉਹਦਾ, ਉਹਦੀ ਲੋਕੇਸ਼ਨ ਹੰਟਿੰਗ, ਉਹਦੀ ਸੈੱਟ ਡਿਜ਼ਾਇਨਿੰਗ ਜਿਹੜਾ ਵੀ ਕਿਤੇ ਛੋਟਾ ਮੋਟਾ ਕਦੇ ਸੈੱਟ ਖੜਾ ਕਰਨਾ ਪਿਆ, ਉਹਦੀਆਂ ਡਰੈਸਿਸ ਹਰ ਚੀਜ਼ ਮਾਈਨਿਊਟਲੀ ਬਰੀਕੀ ਨਾਲ ਪੇਸ਼ ਕੀਤੀ ਸੀ। ਇਸੇ ਕਰਕੇ ਅੱਜ ਤੱਕ ਲੌਂਗ ਦਾ ਲਿਸ਼ਕਾਰਾ, ਚੰਨ ਪਰਦੇਸੀ, ਮਾਈਲ ਸਟੋਨ ਨੇ ਇਹਨਾਂ ਦੋਨਾਂ ਫਿਲਮਾਂ ਦਾ ਤੋੜ ਨਹੀਂ ਆਇਆ। ਫਿਲਮਾਂ ਹਿੱਟ ਹੋਣੀਆਂ ਅਲੱਗ ਅਲੱਗ, ਉਹ ਹਿੱਟ ਵੀ ਹੋਈਆਂ ਔਰ ਉਹ ਅੱਜ ਤੱਕ ਯਾਦ ਕੀਤੀ ਜਾਂਦੀ ਯਾਰ, ਉਹ ਮਿਸਾਲ ਨੇ ਉਹਦੇ ਵਿੱਚ ਸੋਈ ਸਾਹਿਬ ਵਾਕਈ ਨਾ, ਕਿਉਂਕਿ ਜੇ ਉਹਦੇ 'ਚ ਆਪਾਂ ਉਹ ਜਿਵੇਂ ਕਹਿ ਲਈਏ ਆਪਣਾ ਤੁਹਾਡਾ ਕਰੈਕਟਰ ਸੀ, ਤੁਹਾਡੀ ਵਾਈਫ ਦਾ ਕਰੈਕਟਰ ਸੀ, ਓਮਪੁਰੀ ਸਾਹਿਬ ਦਾ ਕਰੈਕਟਰ ਸੀ ਔਰ ਮਾਨ ਸਾਹਿਬ ਦਾ ਕਰੈਕਟਰ, ਉਹ ਆਪਣੇ ਆਪ ਦੇ ਵਿੱਚ ਨਾ ਜੇ ਵੇਖੀਏ ਉਹਨਾਂ ਦੇ ਹਰੇਕ ਦੇ ਕਰੈਕਟਰ ਨੂੰ ਉਹਨਾਂ ਦੇ ਪੱਖ ਤੋਂ ਦੇਖੀਏ ਤੇ ਉਹ ਬੜੇ ਮਤਲਬ ਕਿ ਨਾ ਆਪਣੇ ਆਪ 'ਚ ਖੁੱਭੇ ਹੋਏ ਸੀ ਸਾਰੇ, ਮਤਲਬ ਕਿ ਉਹਦੇ 'ਚ ਆਪਾਂ ਕੋਈ ਕਮੀ ਨਹੀਂ ਕੱਢ ਸਕਦੇ, ਲੱਗਦਾ ਨਹੀਂ ਸੀ ਵੀ ਇੱਦਾਂ ਜਿਵੇਂ ਤੁਹਾਡਾ ਇੱਕ ਠੇਠ ਜਿਵੇਂ ਪੇਂਡੂ ਵਾਲਾ ਗੱਲ ਸੀ ਮੱਲਾ ਕੀ ਕਹਿੰਦਾ, ਉਹ ਮੈਨੂੰ ਹਲੇ ਵੀ ਡਾਇਲੋਗ ਯਾਦ ਨੇ ਕਿਉਂਕਿ ਮੇਰੇ ਐਕਚੁਅਲੀ ਨਾ ਲੈਪਟਾਪ ਦੇ ਵਿੱਚ ਉਹ ਫਿਲਮ ਅੱਜ ਵੀ ਹੈਗੀ ਆ। ਉਹ ਤਾਂ ਨਹੀਂ, ਉਹ ਤਾਂ ਮਿਹਰ ਹੈ ਪਰਮਾਤਮਾ ਦੀ, ਉਹ ਥੀਏਟਰ ਕੀਤਾ ਉਹਦੀ ਦੇਣ ਹੈ। ਹੁਣ ਵੀ ਮੇਰਾ ਖਿਆਲ ਮੈਨੂੰ ਪਤਾ ਨਹੀਂ ਕਿੰਨੀ ਦੇਰ ਹੋ ਗਈ ਜਦੋਂ ਮੇਰੀ ਲੌਂਗ ਦਾ ਲਿਸ਼ਕਾਰਾ ਤੋਂ ਬਾਅਦ ਦੁਬਾਰਾ ਵਾਪਸੀ ਹੋਈ, ਜਿਹਨੇ ਮੇਰਾ ਦਿਲ ਲੁੱਟਿਆ ਫਿਲਮ ਤੋਂ, ਉਹਦਾ ਡਾਇਲੋਗ ਹੁਣ ਤੱਕ ਮੈਂ ਸਟੇਜ 'ਤੇ ਜਾਣਾ ਤਾਂ ਥੱਲੋਂ ਨੌਜਵਾਨ ਪੀੜ੍ਹੀ ਬੈਠੀ ਹੁੰਦੀ ਸਾਹਮਣੇ, ਉਹਨਾਂ ਦਾ ਇੱਕੋ ਹੀ ਹੁੰਦਾ ਉਹ ਜੀ ਐਂ ਕਿਵੇਂ ਲੰਘ ਜੂ ਖੇਤਾਂ 'ਚ ਪਾਣੀ, ਉਹ ਡਾਇਲੋਗ ਸੁਣਾ ਦਿਓ। ਸੋ ਉਹ ਇਸੇ ਕਰਕੇ ਹੀ ਹੈ, ਨਹੀਂ ਫਿਰ ਉਹ ਫਿਰ ਡਾਇਲੋਗ ਫਿਰ ਆਪਾਂ ਵੀ ਸੁਣੀਏ, ਕਿਉਂਕਿ ਉਹ ਡਾਇਲੋਗ, ਕਿਉਂਕਿ ਆਪਾਂ ਬ੍ਰੇਕ ਲੈਣੀ ਹੈ ਪਰ ਬ੍ਰੇਕ ਤੋਂ ਪਹਿਲਾਂ ਜਿਹੜਾ ਉਹ ਡਾਇਲੋਗ ਆਪਾਂ ਸੁਣਨਾ ਹੀ ਸੁਣਨਾ। ਬਿਲਕੁਲ ਉਹ ਡਾਇਲੋਗ ਜ਼ਰੂਰ, ਮੈਂ ਬੜੀ ਦੇਰ ਦਾ ਵੇਟ ਕਰ ਰਿਹਾ ਐਕਚੁਅਲੀ ਨਾ, ਮੇਰੇ ਨਾ ਸਹੀ ਸਾਹਿਬ ਮੇਰੇ ਅੰਦਰ ਨਾ ਬੜੇ ਜਿਵੇਂ ਕਹਿ ਲਓ ਜਦੋਂ ਕੋਈ ਮੇਰੇ ਸਾਹਮਣੇ ਐਡਾ ਵੱਡਾ ਐਕਸਪੀਰੀਅੰਸ ਬੈਠਾ, ਹੁਣ ਮੈਨੂੰ ਵੀ ਹੈਗੀ ਹੈ ਵੀ ਮੈਂ ਵੀ ਐਕਸਪੀਰੀਅੰਸ ਲੈ ਕੇ ਜਾਵਾਂ, ਸੋ ਸਭ ਤੋਂ ਪਹਿਲਾਂ ਜਿਵੇਂ ਆਪਣਾ ਉਹ ਡਾਇਲੋਗ ਹੋ ਜਾਏ, ਬਿਲਕੁਲ ਬਿਲਕੁਲ ਡਾਇਲੋਗ ਤੋਂ ਬਾਅਦ ਫਿਰ ਆਪਾਂ ਡਾਇਲੋਗ ਕਿਉਂ ਵਧੀਆ ਹੋਇਆ ਇਹਦੇ ਪਿੱਛੇ ਵੀ ਰੀਜ਼ਨ ਹੈ ਕਿ ਜਿਹੜੀ ਮਲਵਈ ਹੈ ਨਾ ਮੇਰੀ ਜ਼ਬਾਨ ਉਹ ਬਹੁਤ ਵਧੀਆ, ਪਿੰਡਾਂ 'ਚ ਜੰਮਣ ਦਾ ਇਹ ਫਾਇਦਾ ਹੋ ਗਿਆ, ਸ਼ਹਿਰ ਜੰਮ ਕੇ ਪਿੰਡ ਵੱਲ ਨੂੰ ਵਾਪਸ ਜਾਣਾ ਔਖਾ ਹੁੰਦਾ, ਪਿੰਡ ਜੰਮ ਕੇ ਸ਼ਹਿਰ ਵੱਲੋਂ ਆਉਣਾ ਤੁਸੀਂ ਚੜ੍ਹਾਈ ਵੱਲੋਂ ਜਾ ਲਓ, ਢਲਾਣ ਵੱਲ ਜਾਣਾ ਬਹੁਤ ਔਖਾ ਜੀ ਜੀ। ਅਤੇ ਉਹਦੇ 'ਚ ਡਾਇਲੋਗ ਸੀਗਾ, ਮੇਰੇ ਸਾਹਮਣੇ ਬੈਠੇ ਸੀਗੇ ਤੇਜ ਸਪਰੂ ਜੀ, ਪ੍ਰੀਤ ਸਪਰੂ ਦੇ ਬ੍ਰਦਰ, ਉਹਨਾਂ ਦੀ ਪੰਜਾਬੀ ਥੋੜ੍ਹੀ ਢਿੱਲੀ, ਉਹਨਾਂ ਦਾ ਕਸੂਰ ਹੀ ਵਿਚਾਰਿਆਂ ਦਾ, ਅਤੇ ਉਹਨਾਂ ਨੇ ਡਾਇਲੋਗ ਬੋਲਿਆ ਕਿ ਲਓ ਜੀ ਪੰਚਾਇਤ 'ਚ ਫੈਸਲਾ ਹੋ ਗਿਆ ਕਿ ਪਾਣੀ ਅਤੇ ਕਰਤਾਰੇ ਦੇ ਖੇਤ ਹੀ 'ਚੋਂ ਲੰਘੋ, ਉਹਨਾਂ ਦੀ ਇਹੋ ਜਿਹੀ ਪੰਜਾਬੀ। ਸਾਹਮਣੇ ਮੇਰੇ ਵਾਲੀ ਪੰਜਾਬੀ ਆਈ, ਐਂ ਕਿਵੇਂ ਲੰਘ ਜੂ ਖੇਤਾਂ 'ਚ ਪਾਣੀ, ਨੱਕਾ ਮੋੜ ਕੇ ਦਿਖਾ ਜੇ ਕਹੀ ਨਾਲ ਕਾਟਾ ਨਾ ਲਾ ਦਿਆਂ। ਉਹ ਜਦੋਂ ਡਾਇਲੋਗ ਆਇਆ ਆਡੀਅੰਸ ਨੇ ਸਿਨੇਮਿਆਂ ਦੇ ਵਿੱਚ ਕਲੈਪਿੰਗ ਕੀਤੀ, ਕਲੈਪਿੰਗ ਐਕਟਿੰਗ ਨੂੰ ਘੱਟ ਜਿਹੜੀ ਪੰਜਾਬੀ ਭਾਸ਼ਾ ਉਹਨੂੰ ਵੱਧ,
ਪੰਜਾਬੀ ਸਿਨੇਮਾ ਜਿਹੜਾ ਹੋਣਾ ਉਹਦੇ ਪੰਜਾਬੀ ਸਿਨੇਮੇ 'ਚ ਇੱਥੋਂ ਦੇ ਪੰਜਾਬ ਦੀਆਂ ਜੜ੍ਹਾਂ ਜਿਹੜੀਆਂ ਜੁੜੀਆਂ ਜਿਹੜੇ ਉਹ ਐਕਟਰ ਕਿਉਂ ਐਕਸੈਪਟਡ ਜ਼ਿਆਦਾ ਹੋ ਗਏ? ਕਿਉਂਕਿ ਜਿਹੜੇ ਉਦੋਂ ਹੁੰਦੇ ਸੀ ਵਿਚਾਰੇ ਸਤੀਸ਼ ਕੌਲ ਹੋਣੀ ਹੋਰ, ਉਹਨਾਂ ਦੀ ਪੰਜਾਬੀ ਢਿੱਲੀ ਸੀ, ਜੈਰਾਮ ਜੀ ਇਹੋ ਜਿਹੀ ਪੰਜਾਬੀ ਹੁੰਦੀ ਸੀ ਉਹਨਾਂ ਦੀ, ਮਜ਼ਬੂਰੀ ਵੀ ਸੀ ਪੰਜਾਬੀ ਸਿਨੇਮੇ ਦੇ ਉਦੋਂ ਐਕਟਰ ਹੁੰਦੇ ਨਹੀਂ ਸੀ। ਹੁਣ ਇੱਥੇ ਵਾਲੇ ਐਕਟਰ ਇਹਨਾਂ ਦੇ ਸਾਹਮਣੇ ਬਾਲੀਵੁੱਡ ਦੇ ਐਕਟਰ ਟਿਕਦੇ ਹੀ ਨਹੀਂ, ਖੜਦੇ ਹੀ ਨਹੀਂ, ਕਿਉਂਕਿ ਜਦੋਂ ਅਸੀਂ ਕੋਈ ਵੀ ਓਰੀਜਨਲ ਸਿਨੇਮਾ ਲੈਂਗੁਏਜ ਬੇਸ ਸਿਨੇਮਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਕੰਨਾਂ 'ਚ ਰਸ ਤੁਹਾਡੀ ਜ਼ਬਾਨ ਨੇ ਘੁਲਣਾ, ਉਹ ਘੁਲਣਾ ਚਾਹੀਦਾ। ਸੋ ਮੇਰੀ ਤੁਸੀਂ ਡਿਮਾਂਡ ਜਿਹੜੀ ਉਹ ਡਾਇਲੋਗ ਵਾਲੀ ਹੁਣੇ ਪੂਰੀ ਹੋ ਚੁੱਕੀ ਆ, ਅਤੇ ਹੁਣ ਇੱਕ ਵੈਸੇ ਹੁਣ ਮੈਂ ਤਾਂ ਡਾਇਲੋਗ ਸੁਣ ਕੇ ਨਾ ਮੈਂ ਥੋੜ੍ਹਾ ਜਿਹਾ ਡਰ ਗਿਆ, ਹੁਣ ਮੈਂ ਪੁੱਛ ਲੈਂਦਾ ਤੁਹਾਡੇ ਕੋਲ ਬ੍ਰੇਕ ਲੈ ਲਈਏ ਆਪਾਂ, ਟਾਈਮ ਹੋ ਗਿਆ, ਮੈਂ ਕਿਹਾ ਪੁੱਛ ਲਈਏ ਕਿਤੇ ਕਹਿਣ ਐਂ ਕਿਵੇਂ ਐਂ ਕਿਵੇਂ ਮੱਲਾ ਬ੍ਰੇਕ ਲੈ ਲਿਆ। ਨਹੀਂ ਨਹੀਂ ਦੱਸੋ, ਬੇਨਤੀ ਕਰ ਲੈਂਦੇ ਹਾਂਜੀ ਬ੍ਰੇਕ ਲੈ ਲਈਏ। ਸੋ ਤੁਸੀਂ ਕਿਤੇ ਨਹੀਂ ਜਾਣਾ, ਸਫ਼ਰ ਚੱਲ ਰਿਹਾ ਸੋਈ ਸਾਹਿਬ ਦੇ ਨਾਲ, ਅਤੇ ਆਪਾਂ ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਫਿਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਪ੍ਰੋਗਰਾਮ ਸਫ਼ਰ ਦੇ ਵਿੱਚ, ਅਤੇ ਸਫ਼ਰ ਦੇ ਸਾਥੀ ਨੇ ਸਰਦਾਰ ਸੋਹੀ ਜੀ, ਮੈਂ ਉਹੀ ਗੱਲ ਕਰ ਰਿਹਾ ਆਪਣੇ ਸਫ਼ਰ ਦੀ ਜਿਹੜੀ ਗੱਡੀ ਅੱਗੇ ਅੱਗੇ ਵੱਧ ਰਹੀ, ਪੁਰਾਣੀਆਂ ਗੱਲਾਂ ਆਪਾਂ ਪਿੱਛੇ ਪਿੱਛੇ ਲਾ ਰਹੇ ਹਾਂ ਅਤੇ ਨਵੀਆਂ ਗੱਲਾਂ ਨੂੰ ਆਪਾਂ ਅੱਗੇ ਅੱਗੇ ਸੋਹੀ ਸਾਹਿਬ ਲੈ ਕੇ ਜਾਣਾ ਤੁਸੀਂ। ਅਤੇ ਸਰਦਾਰ ਸਾਹਿਬ ਆਪਾਂ ਗੱਲ ਕਰ ਰਹੇ ਸੀ, ਪਹਿਲਾਂ ਆਪਾਂ ਥੀਏਟਰ ਦੀ ਗੱਲ ਵੀ ਕਰ ਲਈ, ਤੁਹਾਡੀਆਂ ਜਿਹੜੀਆਂ ਪਹਿਲੀਆਂ ਫਿਲਮਾਂ ਸੀ ਜਿਹੜੇ ਸਦਾ ਭਾਰ ਜਿਹਨਾਂ ਨੂੰ ਆਪਾਂ ਫਿਲਮਾਂ ਦੀ ਗੱਲ ਕਰ ਲਈਏ, ਉਹਨਾਂ ਦੀ ਆਪਾਂ ਗੱਲ ਕਰ ਲਈ, ਅਤੇ ਉਸ ਤੋਂ ਬਾਅਦ ਆਪਾਂ ਨਵੀਆਂ ਫਿਲਮਾਂ ਦੀ ਵੀ ਗੱਲ ਕਰਨੀ, ਪਰ ਉਹਨਾਂ ਦੇ ਵਿਚਾਲੇ ਨਾ ਇੱਕ ਤੁਹਾਡੇ ਦੋ ਸੀਰੀਅਲ ਸੀ ਉਦੋਂ, ਹਾਂਜੀ ਹਾਂਜੀ, ਤੇ ਇੱਕ ਫਿਲਮ ਵੀ ਸੀ ਮੇਲਾ, ਹਾਂਜੀ, ਔਰ ਸੀਰੀਅਲ ਸੀ ਮਨ ਜੀਤੇ ਜਗਜੀਤ ਸਰਹੱਦ ਤੇ ਸਰਹੱਦ, ਦੋ ਤੁਹਾਡੇ ਸੀਰੀਅਲ ਸੀ, ਤੇ ਆਪਾਂ ਉਹਨਾਂ ਦੀ ਗੱਲ ਕਿਉਂਕਿ ਉਸ ਟਾਈਮ ਦੇ ਨਾ ਬੜੇ ਸੁਪਰ ਡੁਪਰ ਹਿੱਟ ਸੀਰੀਅਲ, ਹਾਂਜੀ ਹਾਂਜੀ, ਤੇ ਉਸ ਤੋਂ ਪਹਿਲਾਂ ਆਪਾਂ ਮੇਲਾ ਦੀ ਗੱਲ ਕਰਾਂਗੇ ਵੀ ਮੇਲਾ ਵਿਖਾਓ ਪਹਿਲਾਂ ਸਾਨੂੰ। ਮੇਲਾ ਪੰਜਾਬੀ ਦੀ ਬਹੁਤ ਖੂਬਸੂਰਤ ਫਿਲਮ ਸੀ ਜੀ ਜੀ। ਮੇਲਾ ਵੇਲੇ ਜਿਹੜਾ ਪੰਜਾਬੀ ਸਿਨੇਮੇ ਦਾ ਦੌਰ ਸੀ ਉਹ ਪਾਕਿਸਤਾਨੀ ਫਿਲਮਾਂ ਦੀ ਉਹ ਨਕਲ ਲਾਊਡ ਜਿਹਾ ਸਿਨੇਮਾ ਉਦੋਂ ਚੱਲ ਰਿਹਾ ਸੀਗਾ, ਜਿਹੜੇ ਸਿਨੇਮੇ ਨੇ ਜਿਹੜੇ ਸ਼ਹਿਰੀ ਵਰਗ ਸੀਗਾ ਉਹ ਫਿਲਮਾਂ ਤੋਂ ਹਟ ਗਿਆ ਸੀ, ਉਹ ਜਿਹੀਆਂ ਲਾਊਡ ਫਿਲਮਾਂ ਦੇਖ ਦੇਖ ਕੇ ਉਹ, ਅਤੇ ਉਹ ਜਿਹੜੀ ਮੇਲਾ ਫਿਲਮ ਸੀ ਉਹ ਸਿਨੇਮੇ ਦਾ ਦਰਸ਼ਕ ਨਾ ਤਾਂ ਉਹਨਾਂ ਨੂੰ ਬਾਈ ਯੋਗਰਾਜ ਤੱਕ ਗੂਗਲ ਲੱਭਣ ਜੀ ਜੀ, ਅਤੇ ਨਾ ਹੀ ਉਹਨਾਂ ਨੂੰ ਉਹੋ ਜਿਹੀ ਫਿਲਮ ਲੱਭੇ। ਹਿੰਦੀ ਸਿਨੇਮਾ ਵਾਲਾ ਜਾਂ ਸ਼ਹਿਰੀ ਵਰਗ ਕਹਿ ਲਓ ਉਹ ਤਾਂ ਵੈਸੇ ਹੀ ਪੰਜਾਬੀ ਸਿਨੇਮੇ ਤੋਂ ਦੂਰ ਹੋ ਚੁੱਕਿਆ ਸੀ, ਇਸ ਕਰਕੇ ਉਹ ਫਿਲਮ ਮਾਰ ਖਾ ਗਈ ਜੀ ਜੀ। ਅਤੇ ਜਿਹੜੇ ਪੇਂਡੂ ਦਰਸ਼ਕ ਸੀ ਉਹਨਾਂ ਵਾਸਤੇ ਅਸੀਂ ਸਾਰੇ ਨਵੇਂ ਨਵੇਂ ਲੱਗਦੇ ਸੀ, ਅਤੇ ਜਿਹੜਾ ਸ਼ਹਿਰੀ ਵਰਗ ਸੀ ਉਹ ਉਦੋਂ ਫਿਲਮ ਤੋਂ ਦੂਰ ਹਟ ਚੁੱਕਿਆ ਸੀ। ਉਹ ਫਿਲਮ ਬਹੁਤ ਖੂਬਸੂਰਤ ਸੀ, ਉਹਦੇ 'ਚ ਮੈਂ ਹਾਰਡ ਕੋਰ ਵਿਲਨ ਬਹੁਤ ਕਮੀਣਾ ਬਹੁਤ ਗਾਲਾਂ ਖਾਧੀਆਂ, ਰੱਜ ਕੇ ਗਾਲਾਂ ਖਾਧੀਆਂ। ਮੇਰੀ ਯਾਦ ਹੈ ਇੱਥੇ ਲੁਧਿਆਣੇ ਅਰੋੜਾ ਪੈਲਸ ਫਿਲਮ ਲੱਗੀ ਸੀ, ਮੇਰੀ ਸਿਸਟਰ ਜੀਜਾ ਜੀ ਉਹ ਫਿਲਮ ਦੇਖਣ ਆਏ ਪਿੰਡੋਂ, ਕੈਬਨ 'ਚ ਬਿਠਾ ਤੇ, ਜਦੋਂ ਫਿਲਮ ਖਤਮ ਹੋਈ ਭੈਣ ਕਹਿੰਦੀ ਵੀਰੇ ਇੰਨੀਆਂ ਗਾਲਾਂ ਕੱਢੀਆਂ ਲੋਕਾਂ ਨੇ, ਸਾਨੂੰ ਸ਼ਰਮ ਵੀ ਆਵੇ ਸਾਨੂੰ ਇਹ ਵੀ ਲੱਗੇ ਬਈ ਇਹ ਰੋਲ ਨੂੰ ਗਾਲਾਂ ਪੈ ਰਹੀਆਂ ਵੀਰ ਨੂੰ ਥੋੜੇ ਪੈ ਰਹੀਆਂ। ਮੈਂ ਕਿਹਾ ਸ਼ੁਕਰ ਹੈ ਜੀ ਇੰਨਾ ਕੁ ਤੁਹਾਨੂੰ ਪਤਾ ਹੈ, ਕਿਉਂਕਿ ਫੈਮਿਲੀ ਸਾਰੇ ਮੈਂਬਰ ਮੇਰੇ ਥੀਏਟਰ ਪਲੇ ਪਲੂ ਦੇਖਦੇ ਰਹੇ ਸੀ, ਉਹਨਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਸਭ। ਮੈਂ ਇਹੀ ਗੱਲ ਮੈਂ ਮੇਰਾ ਸਵਾਲ ਬੜਾ ਉਹੀ ਪੁਆਇੰਟ 'ਤੇ ਆ ਗਿਆ, ਜਿੱਦਾਂ ਬੰਦਾ ਕਰੈਕਟਰ ਕਰਦਾ ਆ ਵਿੱਚ ਫਿਲਮ ਦੇ ਵਿੱਚ ਉਹ ਬੰਦੇ ਦੀ ਇਮੇਜ ਬਣ ਜਾਂਦੀ ਆ, ਤਾਂ ਚਲੋ ਲੋਕਾਂ ਨੂੰ ਜ਼ਿਆਦਾ ਸਮਝ ਆ ਚੁੱਕੀ ਆ ਚੀਜ਼ਾਂ ਦੀ, ਉਦੋਂ ਨਾ ਇੱਕ ਇਮੇਜ ਹੋ ਜਾਂਦੀ ਸੀ ਯਾਰ ਇਹ ਬੰਦਾ ਨਾ ਵਿਲਨ ਹੈ ਜਾਂ ਇੱਦਾਂ, ਉਹ ਰੀਅਲ ਲਾਈਫ 'ਚ ਵੀ ਬੰਦੇ ਨੂੰ ਉੱਦਾਂ ਨਾ ਸਮਝਣ ਲੱਗ ਪਈ। ਹੁਣ ਤੱਕ ਮੈਂ ਇੱਥੇ ਅੱਜ ਇੱਥੇ ਆਪਾਂ ਹੁਣ ਬੈਠੇ ਸ਼ੂਟ ਕਰ ਰਹੇ ਹਾਂ ਘਰ 'ਚ, ਜਦੋਂ ਮੈਂ ਘਰ ਬਣਾਇਆ ਇੱਥੇ ਨੇੜੇ ਪ੍ਰੋਪਰਟੀ ਵਾਲੇ ਬੰਦੇ ਉਹ ਇੱਥੇ ਸਾਡੇ ਗੁਆਂਢ 'ਚ ਮੁੰਡਾ ਹੈਗਾ ਇੰਦਰਜੀਤ ਜੀ ਜੀ, ਉਹਦੀ ਮੇਰੇ ਨਾਲ ਹੈਲੋ ਹਾਏ ਹੋ ਗਈ। ਅੱਛਾ ਹੈਲੋ ਹਾਏ ਹੋ ਗਏ ਮੈਨੂੰ ਆਹ ਮੁਹੱਲੇ ਦੇ ਲੋਕਾਂ ਨੇ ਆਲੇ ਦੁਆਲੇ ਵਾਲਿਆਂ ਨੇ ਦੇਖਿਆ ਵੀ ਯਾਰ ਇੱਥੇ ਮੈਨੂੰ ਭੁੱਲਰ ਹੀ ਕਹਿੰਦੇ ਜੀ ਜੀ, ਉਹ ਕੇਰਿਓ ਜੱਟਾ ਵਾਲਾ ਜੀ ਜੀ, ਉਹ ਭੁੱਲਰ ਦਾ ਇਹੋ ਜਿਹਾ ਲੱਗਿਆ ਕਿ ਮੈਂ ਕਿਹਾ ਯਾਰ ਵੀਰ ਮੈਂ ਭੁੱਲਰ ਨਹੀਂ ਮੈਂ ਸਰਦਾਰ ਸੋਹੀ ਹਾਂ, ਕਹਿੰਦੇ ਨਹੀਂ ਜੀ ਅਸੀਂ ਤਾਂ ਭੁੱਲਰ ਦੇ ਨਾਂ ਨਾਲ ਹੀ ਜਾਣਦੇ ਹਾਂ। ਉਹ ਕਹਿੰਦੇ ਇੰਦਰਜੀਤ ਨੂੰ ਯਾਰ ਤੂੰ ਭੁੱਲਰ ਨਾਲ ਕਿਉਂ ਤੁਰਿਆ ਫਿਰਦਾ ਉਹਨਾਂ,
ਕਹਿੰਦਾ ਕਿਉਂਕਿ ਉਹ ਕਹਿੰਦੇ ਫਿਲਮਾਂ 'ਚ ਬਦਮਾਸ਼ ਦੇ ਰੋਲ ਕਰਦਾ ਇਹੋ ਜਿਹਾ ਭੈੜਾ ਬੰਦਾ ਇਹਦੇ ਨਾਲ ਨਾ ਉੱਧਰ ਕਹਿੰਦਾ ਮੇਰੇ 'ਤੇ ਵੀ ਅਸਰ ਇਸ ਗੱਲ ਦਾ ਹੈਗਾ ਸੀ ਕਹਿੰਦਾ ਮੈਂ ਕਿਹਾ ਯਾਰ ਨਹੀਂ ਮੈਨੂੰ ਹਾਲੇ ਤੱਕ ਤਾਂ ਬੰਦਾ ਠੀਕ ਲੱਗਿਆ ਉਹਨੇ ਮੈਨੂੰ 3-4 ਮਹੀਨੇ ਬਾਅਦ ਦੱਸਿਆ ਕਹਿੰਦਾ ਭਾਅ ਜੀ ਉਹ ਜੋ ਤੁਸੀਂ ਫਿਲਮਾਂ 'ਚ ਹੋ ਇਹਦਾ ਜ਼ਿੰਦਗੀ 'ਚ ਬਿਲਕੁਲ ਵੀ ਉਹਦੇ ਆਸ ਪਾਸ ਦੀ ਗੱਲ ਹੀ ਨਹੀਂ ਕੋਈ ਤੁਸੀਂ ਬਹੁਤ ਵਧੀਆ ਬੰਦੇ ਹੋ ਕਹਿੰਦਾ ਮੈਂ ਤਾਂ ਡਰਦਾ ਸੀਗਾ ਇਹ ਗੱਲ ਹੁੰਦੀ ਹੈ ਜਿਹੜੇ ਕੈਰੈਕਟਰ ਐਕਟਰ ਪੁਰਾਣੇ ਈਵਨ ਪੁਰਾਣ ਸਾਹਿਬ ਨਾਲ ਵੀ ਹੋਈ ਆਪਣੇ ਜਿਹੜੇ ਖੁਸ਼ਵੰਤ ਸਿੰਘ ਐਡੇ ਵੱਡੇ ਰਾਈਟਰ ਸੀ ਉਹਨਾਂ ਨੇ ਲਿਖਿਆ ਸੀ ਪੁਰਾਣ ਸਾਹਿਬ ਬਾਰੇ ਕਿ ਕੋਈ 30-35 ਸਾਲ ਪੂਰੇ ਨੌਰਥ ਇੰਡੀਆ 'ਚ ਕਿਸੇ ਬੰਦੇ ਨੇ ਆਪਦੀ ਔਲਾਦ ਦਾ ਨਾਂ ਪੁਰਾਣ ਨਹੀਂ ਰੱਖਿਆ ਕਹਿੰਦੇ ਇਹੋ ਜਿਹੇ ਕੰਜਰ ਵਾਲਾ ਨਾਂ ਥੋੜ੍ਹੀ ਰੱਖਣਾ ਮਤਲਬ ਐਂ ਗਾਲਾਂ ਕੱਢਦੇ ਸੀ ਲੋਕ ਚੰਡੀਗੜ੍ਹ ਨਾ ਪਾਰਕ ਦੇ ਵਿੱਚ ਸੈਰ ਕਰ ਰਹੇ ਸੀ ਫਾਦਰ ਸਾਹਿਬ ਸੀ ਨਾਲ ਤੇ ਸਾਹਮਣੇ ਮਤਲਬ ਕਿ ਦੋ ਕਪਲ ਜਾ ਰਹੇ ਸੀ ਉਹ ਜਦੋਂ ਕੋਲੋ ਕ੍ਰੋਸ ਹੋਣ ਲੱਗੇ ਨਾ ਤੇ ਉਹਨਾਂ ਨੇ ਮਤਲਬ ਕਿ ਆਪਣੀ ਵਾਈਫ ਨੂੰ ਲੈ ਕੇ ਨਾ ਸਾਈਡ ਨੂੰ ਹੋ ਗਏ ਕਹਿੰਦੇ ਪ੍ਰੇਮ ਚੋਪੜਾ ਤੁਰਿਆ ਆਉਂਦਾ ਤੇ ਮੇਰੇ ਫਾਦਰ ਸਾਹਿਬ ਨੇ ਪੁੱਛਿਆ ਵੀ ਕੀ ਚੱਕਰ ਕੀ ਬਈ ਤੈਨੂੰ ਵੇਖ ਕੇ ਐਨੂੰ ਹੋ ਗਏ ਨੇ ਕਹਿੰਦੇ ਫਿਰ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਸਮਝਾਇਆ ਭਾਈ ਅਸੀਂ ਰੀਅਲ ਲਾਈਫ 'ਚ ਇੱਦਾਂ ਦੇ ਨਹੀਂ ਹੈਗੇ ਉਹ ਤਾਂ ਇੱਕ ਫਿਲਮ ਦਾ ਕਰੈਕਟਰ ਹੁੰਦਾ ਤੇ ਉਹਨੂੰ ਡੀਪਲੀ ਉਹਨਾਂ ਨੂੰ ਸਮਝਾਇਆ ਫਿਰ ਉਹਨਾਂ ਨੂੰ ਫਿਰ ਵੀ ਕਹਿੰਦੇ ਉਹਨਾਂ ਨੂੰ ਜਿਵੇਂ ਕਹਿ ਲਓ 100 ਚੋਂ 50% ਯਕੀਨ ਆਇਆ 50% ਯਕੀਨ ਨਹੀਂ ਆਇਆ ਆਪਾਂ ਉਹਦੀ ਗੱਲ ਕਰ ਰਹੇ ਸੀ ਨਾ ਸਰਹੱਦ ਦੀ ਜੀ ਸਰਹੱਦ ਸੀਰੀਅਲ ਵੇਲੇ ਮੈਂ ਉਹਦਾ ਡਾਇਲੋਗ ਰਾਈਟਰ ਵੀ ਸਰਹੱਦ ਸੀਰੀਅਲ ਦਾ ਮਨਜੀਤ ਤੇ ਜਗਜੀਤ ਦਾ ਵੀ ਉਸ ਵੇਲੇ ਅਸੀਂ ਜਿਹੜੇ ਨਵੇਂ ਮੁੰਡੇ ਆ ਜੇ ਤੇ ਛੱਡ ਦੇ ਜਿਹਦੇ ਕਰਕੇ ਤੈਨੂੰ ਨਿੱਕੇ ਹੁੰਦੇ ਨੂੰ ਜੇਲ੍ਹ ਜਾਣਾ ਪਿਆ ਨੁਕਸਾਨ ਆਪਣਾ ਦੋਹਾਂ ਧਿਰਾਂ ਦਾ ਜਮਾਂ ਇੱਕੋ ਜਿਹਾ ਹੋਇਆ ਇੱਧਰੋਂ ਬਾਈ ਬਲਦੇਵ ਗਿਆ ਤਾਂ ਉੱਧਰੋਂ ਤੇਰਾ ਚਾਚਾ ਵੀ ਗਿਆ ਰਹੀ ਗੱਲ ਬਾਹਰ ਵਾਲੀ ਹਵੇਲੀ ਦੀ ਉਹ ਸ਼ਦਾਈਆ ਤੂੰ ਇਕੱਲਾ ਕਾਰਾ ਬੰਦਾ ਤੂੰ ਦੱਸ ਐਡੀ ਵੱਡੀ ਹਵੇਲੀ 'ਚ ਚੱਕਰਾਂ ਮਾਰਨੀਆਂ ਰਾਣਾ ਰਣਵੀਰ ਵਿਨੂ ਢਿੱਲੋਂ ਦਿਲਾਵਰ ਸਿੱਧੂ ਇਹ ਜਦੋਂ ਇੰਟਰਵਿਊ ਦੇਣ ਆਏ ਮੈਨੂੰ ਦਿਲਾਵਰ ਬਾਅਦ 'ਚ ਦੱਸਦਾ ਹੁੰਦਾ ਹੈ ਕਹਿੰਦਾ ਭਾਅ ਜੀ ਕਹਿੰਦਾ ਮੈਂ ਤੁਹਾਡੇ ਕੋਲ ਇੰਨਾ ਡਰਦਾ ਸੀ ਕਹਿੰਦਾ ਮੈਂ ਕਿਹਾ ਯਾਰ ਬਾਕੀ ਤਾਂ ਜਿਹੜਾ ਡਾਇਰੈਕਟਰ ਹੈ ਉਹ ਤਾਂ ਠੀਕ ਹੈ ਜਿਹੜਾ ਆਹ ਬੰਦਾ ਨਾ ਅੰਗਰੇਜ਼ ਟਾਈਪ ਜਿਹਾ ਅਤੇ ਉਦੋਂ ਮੈਂ ਪੱਗ ਨਹੀਂ ਸੀ ਬੰਨ੍ਹਦਾ ਕਹਿੰਦੇ ਅੰਗਰੇਜ਼ ਟਾਈਪ ਜਿਹਾ ਬੰਦਾ ਇਹ ਯਾਰ ਖਤਰਨਾਕ ਇਹ ਤਾਂ ਬੜਾ ਡਰ ਲੱਗਦਾ ਇੱਕ ਤਾਂ ਆਵਾਜ਼ ਬੜੀ ਭੈੜੀ ਜੀ ਹੈ ਭੈੜੀ ਕਹੇ ਜਿਹੜੀ ਲੋਕ ਤਾਰੀਫ ਕਰਦੇ ਆ ਉਹਨੂੰ ਆਵਾਜ਼ ਬੜੀ ਭੈੜੀ ਜੀ ਹੈ ਘੁਰ ਘੁਰ ਕਰਕੇ ਬੋਲਦਾ ਅਤੇ ਇਹ ਤਾਂ ਬੜਾ ਡਰ ਲੱਗਦਾ ਯਾਰ ਇਹ ਪਤਾ ਨਹੀਂ ਅੱਗੇ ਜਾ ਕੇ ਕਿ ਤੰਗ ਕਰੂ ਆਪਾਂ ਨੂੰ ਕਹਿੰਦੇ ਪਰ ਜਦੋਂ ਅਸੀਂ ਤੁਹਾਡੇ ਨਾਲ ਬਾਅਦ 'ਚ ਰੋਲ ਕੀਤਾ ਤੁਸੀਂ ਸਾਨੂੰ ਸਮਝਾਉਂਦੇ ਸੀ ਫਿਰ ਯਾਰ ਤਾਂ ਬੰਦਾ ਤਾਂ ਬੜਾ ਵਧੀਆ ਫਿਰ ਵਧੀਆ ਲੱਗਿਆ ਸੋ ਇਹ ਜਿਹੜੇ ਇਹੋ ਜਿਹੇ ਅਸਰ ਨੇ ਹੁੰਦੇ ਨੇ ਇਹ ਜਦੋਂ ਮੇਲਾ ਫਿਲਮ ਕੀਤੀ ਮੈਂ ਤੁਸੀਂ ਮੇਲਾ ਦਾ ਜ਼ਿਕਰ ਕੀਤਾ ਮੇਲਾ ਫਿਲਮ ਕੀਤੀ ਉਹਦੇ 'ਚ ਦੇਖੋ ਐਕਟਰ ਦਾ ਕੀ ਹੁੰਦਾ ਕਿ ਆਸ ਪਾਸ ਸਾਰੀਆਂ ਚੀਜ਼ਾਂ ਬਹੁਤ ਨੇੜੇ ਨੇੜੇ ਨੇ ਸੰਗੀਤ ਡਾਂਸ ਐਕਟਿੰਗ ਇਹ ਕਿੰਨਾ ਸੁਮੇਲ ਆਪਸ ਵਿੱਚ ਇਹਨਾਂ ਚੀਜ਼ਾਂ ਦਾ ਅਗਲਾ ਕਹਿੰਦਾ ਯਾਰ ਆਹ ਐਕਟਰ ਵਧੀਆ ਲੱਗਦਾ ਯਾਰ ਲੈ ਨਹੀਂ ਹੈਗੀ ਯਾਰ ਬੰਦੇ 'ਚ ਲੈ ਨਹੀਂ ਇਹ ਗੱਲ ਮੈਨੂੰ ਮੇਲਾ ਫਿਲਮ ਕਰਕੇ ਜਦੋਂ ਅਸੀਂ ਉਹਦਾ ਟਰਾਇਲ ਰੱਖਿਆ ਸੀ ਟਰਾਇਲ ਸਦੀਕ ਸਾਹਿਬ ਮੁਹੰਮਦ ਜੀ ਉਹਨਾਂ ਨੇ ਦੇਖਿਆ ਦੇਖਿਆ ਤਾਂ ਕਹਿੰਦੇ ਬਈ ਸੋਈ ਉਹ ਪਹਿਲੀ ਵਾਰ ਮੈਂ ਦੇਖਿਆ ਕੋਈ ਜਿਹੜਾ ਵਿਲਨ ਹੈ ਉਹ ਮੁਰਕੀਆਂ ਮਾਰਦਾ ਐਕਟਿੰਗ ਦੇ ਵਿੱਚ ਮੁਰਕੀਆਂ ਮਾਰਦਾ ਮੁਰਕੀਆਂ ਭਾਅ ਜੀ ਆਹੋ ਹਰਕਤ ਅਸੀਂ ਕਹਿੰਦੇ ਜੇ ਉਹ ਮੁਰਕੀਆਂ ਤੂੰ ਬਹੁਤ ਕਮਾਲ ਕਰ ਗਿਆ ਮੈਂ ਜੀ ਸਮਝਿਆ ਨਹੀਂ ਕਿੱਥੇ ਮੁਰਕੇ ਮਾਰ ਗਿਆ ਮੈਂ ਕਹਿੰਦੇ ਜਿੱਥੇ ਉਹ ਅਮਰ ਰੋਰੀ ਨਾਲ ਜਿਹੜਾ ਸੀਨ ਸੀ ਉੱਥੇ ਤੂੰ ਸ਼ਰਾਬ ਪੀ ਕੇ ਘਰੇ ਆਉਣਾ ਉੱਥੇ ਮੁਰਕੀ ਮਾਰੀ ਕਮਾਲ ਦੀ ਮੈਂ ਕਿਹਾ ਅੱਛਾ ਅੱਛਾ ਉਹ ਡਾਇਲੋਗ ਓਕੇ ਫਿਰ ਉਹ ਡਾਇਲੋਗ ਫਿਰ ਹੋਣਾ ਏਦਾਂ ਨਹੀਂ ਭਾਜੀ ਮੁਰਕੀ ਵੱਜਣੀ ਮੈਨੂੰ ਲੱਗਦਾ ਵੀ ਉਹ ਡਾਇਲੋਗ ਸੁਣਾਓਗੇ ਤੇ ਫਿਰ ਸਾਨੂੰ ਵੀ ਪਤਾ ਲੱਗੂਗਾ ਦਰਸ਼ਕਾਂ ਨੂੰ ਵੀ ਫਿਰ ਪਤਾ ਲੱਗੂਗਾ ਵੀ ਕਿੱਥੇ ਮੁਰਕੀ ਵੱਜੀ ਤੇ ਕੀ ਡਾਇਲੋਗ ਸੀ ਉਹ ਡਾਇਲੋਗ ਬਹੁਤ ਬਹੁਤ ਕਮਾਲ ਸੀ ਅੱਛਾ ਜੀ ਉਹਦੇ 'ਚ ਗਿਰਜਾ ਸ਼ੰਕਰ ਸੀ ਅਮਰ ਨੂਰੀ ਗਿਰਜਾ ਸ਼ੰਕਰ ਹੀਰੋ ਦਾ ਵੱਡਾ ਭਰਾ ਬਣਿਆ ਸੀ ਜੀ ਉਹ ਜਿਹੜੀ ਜਿਹੜਾ ਕਰੈਕਟਰ ਨੂਰੀ ਮੈਡਮ ਨੇ ਕੀਤਾ ਸੀ ਉਹਦੀ ਪਹਿਲਾਂ ਮੇਰੀ ਮਤਲਬ ਮੰਗੇਤਰ ਹੁੰਦੀ ਹੈ ਬਦਮਾਸ਼ ਦੀ ਉਹ ਬਾਪੂ ਆ ਕੇ ਮੁੰਦਰੀ ਮੋੜ ਜਾਂਦਾ ਵੀ ਇਹ ਮੁੰਡਾ ਦਾ ਬਦਮਾਸ਼ ਹੈ ਔਰ ਮੈਂ ਉਹ ਬਦਮਾਸ਼ ਦਾ ਰੋਲ ਕਰ ਰਿਹਾ ਸੀ ਅੱਛਾ ਜੀ ਉਹ ਮੁੰਦਰੀ ਜੇਬ 'ਚ ਪਾਈ ਫਿਰਦਾ ਅੱਛਾ ਜੀ ਆਹ ਮੁੰਦਰੀ ਤੇਰਾ ਪਿਓ ਮੋੜ ਕੇ ਗਿਆ ਸੀ ਮੈਂ ਉਹਨੂੰ ਲੱਭੋ ਕਿੱਥੇ ਆ ਉਹ ਕਿੱਥੇ ਵਿਆਹੀ ਗਈ ਹੈ ਉਹ ਘਰੇ ਜਾ ਵੜਦਾ ਉਹਨੂੰ ਸ਼ਰਾਬੀ ਸ਼ਰੂਬੀ ਕਰਕੇ ਸੁੱਟ ਦਿੰਦਾ ਤੇ ਫਿਰ ਉਹ ਡਾਇਲੋਗ ਆ
ਲੂਰੀ ਮੈਡਮ ਆਏ, ਉਹਨਾਂ ਨੇ ਗੜਬੀ ਪਾਣੀ ਦੀ ਰੱਖੀ ਤੇ ਮੁੜਨ ਲੱਗੇ, ਮੈਂ ਹੱਥ ਫੜ ਲਿਆ। ਹੱਥ ਫੜ ਕੇ ਕਿਉਂ ਪਛਾਣਿਆ ਮੈਨੂੰ? ਮੈਂ ਆ ਗਿੱਲਾਂ ਵਾਲਾ ਬਖਤੌਰਾ, ਤੇਰਾ ਪਹਿਲਾ ਖਸਮ। ਆਹੀ ਮੁੰਦਰੀ ਹੈ ਨਾ ਜਿਹੜੀ ਤੇਰੇ ਪਿਓ ਨੇ ਮੋੜੀ ਸੀ? ਇਹੀ ਮੁੰਦਰੀ ਮੋੜ ਕੇ ਜੇ ਤੇਰੀ ਚੇਚੀ ਚ ਨਾ ਪਾਈ ਤਾਂ ਮੈਨੂੰ ਬਖਤੌਰਾ ਕਿਹਨੇ ਆਖਣਾ? ਕਿਉਂਕਿ ਮੈਂ ਬੇਸ਼ੱਕ ਦੀ ਕਮੇਡੀ ਆ, ਮੈਨੂੰ ਸਾਈਡ ਤੇ ਰੱਖ ਦਿੱਤਾ ਕਿਉਂਕਿ ਮੇਰੇ ਸਾਹਮਣੇ ਬਹੁਤ ਵੱਡਾ ਐਕਸਪੀਰੀਅੰਸ ਪਿਆ। ਇਹਨਾਂ ਕੋਲ ਕਾਮੇਡੀ ਵੀ ਬਹੁਤ ਆ, ਐਕਟਿੰਗ ਵੀ ਬਹੁਤ ਆ, ਔਰ ਜਿਵੇਂ ਕਹਿ ਲਓ ਹਰ ਤਰ੍ਹਾਂ ਦਾ ਤਜਰਬਾ, ਚਾਹੇ ਸੀਰੀਅਸ ਰੋਲ ਕਰਾ ਲਓ, ਚਾਹੇ ਵਿਲਨ ਕਰਾ ਲਓ, ਅੱਖ ਦੀ ਘੂਰ ਤੋਂ ਜਿਵੇਂ ਕਹਿ ਲਓ ਕਿ ਬੰਦਾ ਸੜ ਦਿੰਦੇ ਨੇ। ਅੱਖ ਦੀ ਭੂਰ ਤਾਂ ਬਹੁਤ ਕਮਾਲ ਹੁੰਦੀ ਹੈ ਪਿੰਡਾਂ 'ਚ, ਘਰਾਂ 'ਚ, ਆਪਣੇ ਖੁਦ ਦੇ ਐਕਸਪੀਰੀਅੰਸ ਹੁੰਦੇ ਨੇ ਘਰੇ। ਮੇਰੇ ਯਾਦ ਆ ਛੋਟੇ ਹੁੰਦੇ ਬਹੁਤ ਸ਼ਰਾਰਤੀ ਲੱਤੀ ਲੜਾਈਆਂ ਝਗੜੇ ਹੁੰਦੇ ਸੀ। ਮੈਂ ਇੱਕ ਮੁੰਡਾ ਕੁੱਟਦਾ, ਉਹ ਸਾਡੇ ਘਰ ਦੇ ਦੋ ਦਰਵਾਜ਼ੇ ਸੀ। ਮੈਨੂੰ ਪਤਾ ਸੀ ਵੀ ਇਹ ਮੇਰੇ ਪਿੱਛੇ ਉਲਾਂਭਾ ਲੈ ਕੇ ਆਊ। ਮੈਂ ਆਪਦਾ ਬਸਤਾ ਜਿਹਾ ਘਰੇ ਰੱਖਿਆ, ਘਰੇ ਬੋਰੀ ਜਿਹੀ ਵਿਛਾਈ ਸੀ ਦੁਪਹਿਰੇ ਰੋਟੀ ਖਾਣ ਨੂੰ। ਬੋਰੀ ਵਿੱਚ ਉੱਤੇ ਉੱਤੇ ਬੈਠ ਕੇ ਨਿਗਾਹ ਮੇਰੀ ਉੱਧਰ ਵੀ ਆ ਨਾ ਜਾਵੇ, ਆ ਨਾ ਜਾਵੇ, ਆ ਨਾ ਜਾਵੇ। ਇੰਨੇ 'ਚ ਪਤਾ ਲੱਗਿਆ ਉਹਨੂੰ ਘੋਗਾ ਕਹਿੰਦੇ ਸੀ, ਨਿਰੰਜਣ ਸਿੰਘ ਨਾਂ ਸੀ। ਉਹ ਆਵੜਿਆ ਅੰਦਰ, ਮੈਂ ਕਿਹਾ ਲੈ ਵੀ ਕੰਮ ਹੋ ਗਿਆ ਆਪਣਾ। ਅੱਛਾ ਜੀ। ਉਹਦੇ ਵਿਚਾਰੇ ਦੇ ਕੁੱਟ ਕੁੱਟ ਕੱਟਤਾ ਸੀ, ਉਹਦੇ ਵਿਚਾਰੇ ਦੇ ਨਲੀਆਂ ਬੁਰਾ ਹਾਲ ਆ ਗਿਆ। ਉਹ ਦੂਜੇ ਦਰਵਾਜ਼ੇ ਮੈਨੂੰ ਕੁੱਟਿਆ, ਮੇਰਾ ਤਾਂ ਖਾਣਾ ਹੁਣ ਉੱਥੇ ਹੀ ਖਿੰਡ ਗਿਆ। ਬੀਬੀ ਨੇ ਜੁੱਤੀ ਲਾ ਲਈ, ਖੜਕਾਇਆ ਚੰਗਾ। ਮਤਲਬ ਮੈਂ ਮੇਰੀ ਮਾਂ ਦੀ ਅਕਸਰ ਇਹ ਐਗਜ਼ਾਮਪਲ ਦੇਣਾ ਹੁੰਦਾ, ਉਹਨੇ ਬੀਬੀ ਨੇ ਬੈਠੀ ਨੇ ਕਹਿ ਦੇਣਾ ਵੀ ਮੁੰਡਿਆ ਬਸ ਇੰਨੀ ਨੇ ਜਾਨ ਕੱਢ ਲੈਣੀ, ਜਾਨ ਕੱਢ ਲਈ ਉੱਥੇ ਹੀ ਵਾਪਸ। ਘਰੋਂ ਖਿਸਕਣ ਦੀ ਕੋਸ਼ਿਸ਼ ਕਰਨੀ, ਜੇ ਪਿੱਛੋਂ ਆਵਾਜ਼ ਮਾਰਦੀ ਵੇ ਮੁੰਡਿਆ ਉੱਥੇ ਮੁੜਿਆ ਆਉਣਾ, ਬਖਸ਼ਣਾ ਨਹੀਂ। ਇੱਕ ਤਾਂ ਇਹ ਹੁੰਦਾ ਕਿ ਚੱਲ ਯਾਰ ਉਹ ਖੇਡਣ ਚਲੇ ਗਏ, ਘੰਟੇ ਕੁ ਬਾਅਦ ਮੁੜ ਕੇ ਆਵਾਂਗੇ, ਉਦੋਂ ਮਾਂ ਭੁੱਲ ਜੂ ਨਾ, ਜਦੋਂ ਮੁੜ ਕੇ ਆਉਣਾ ਛਿੱਤਰ ਪੈਣੇ ਵੀ ਤੂੰ ਮੇਰੀ ਆਵਾਜ਼ ਸੁਣ ਕੇ ਖੜਿਆ ਕਿਉਂ ਨਹੀਂ, ਖੜਾ ਕਿਉਂ। ਇਹ ਹੁੰਦੀ ਹੈ ਘੂਰ ਜੀ। ਬੈਠੇ ਬੈਠੇ ਆ ਸਿਆਣੇ ਮਾਂ ਬਾਪ ਬੱਚਿਆਂ ਦੇ ਵਿੱਚ, ਬੱਚੇ ਬੈਠੇ ਨੇ, ਬਾਹਰੋਂ ਮਹਿਮਾਨ ਆਏ ਨੇ, ਬੱਚੇ ਵਿੱਚ ਸ਼ਰਾਰਤਾਂ ਕਰਦੇ ਨੇ, ਜਿਹੜੇ ਮਾਂ ਬਾਪ ਦੀ ਘੂਰ ਬੱਚੇ ਮੰਨਦੇ ਨੇ, ਉਹ ਬੈਠੇ ਬੈਠੇ ਬੱਚਾ ਖਪ ਕਰ ਲਿਆ, ਐਂ ਦੇਖ ਲਿਆ ਬੱਚਾ ਚੁੱਪ ਉੱਥੇ। ਇਹ ਹੁੰਦੀ ਹੈ ਅੱਖ ਦੀ ਘੂਰ, ਹਯਾ ਸ਼ਰਮ ਅੱਖ ਦੀ, ਜਿਹੜੀ ਹੁਣ ਜਾਂਦੀ ਰਹੀ ਹੈ ਨਹੀਂ, ਹੁਣ ਨਹੀਂ ਹੈਗੀ। ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਤਾਂ ਬਹੁਤ ਘੱਟ ਹੋ ਗਿਆ ਜੀ। ਪਹਿਲਾਂ ਵਾਕਈ ਜਿਵੇਂ ਪਹਿਲਾਂ ਮਾਂ ਪਿਓ ਦਾ ਡਰ ਵਾਕਈ ਬੜਾ ਹੁੰਦਾ ਸੀ, ਅੱਜ ਕੱਲ੍ਹ ਥੋੜ੍ਹਾ ਜਿਹਾ ਜਿਵੇਂ ਕਿ ਥੋੜ੍ਹਾ ਜਿਹਾ ਕਿਤੇ ਮਾਂ ਪਿਓ ਦਾ ਵੀ ਕਸੂਰ ਹੈਗਾ ਜੀ, ਇਕੱਲਾ ਆਪਾਂ ਬੱਚਿਆਂ ਦਾ ਨਹੀਂ ਕੱਢਦੇ, ਮਾਂ ਪਿਓ ਦਾ ਵੀ ਕਸੂਰ ਹੈਗਾ। ਅਤੇ ਸੋਈ ਸਾਹਿਬ ਗੱਲ ਚੱਲਦੀ ਪਈ ਸੀ, ਮਤਲਬ ਆਪਾਂ ਤੁਹਾਡੀ ਮੇਲਾ ਫਿਲਮ ਦੀ ਵੀ ਗੱਲ ਕਰ ਰਹੇ, ਮਨਜੀਤੇ ਜਗਜੀਤ ਸੀਰੀਅਲ ਦੀ ਤੁਸੀਂ ਥੋੜ੍ਹੀ ਜਿਹੀ ਮੈਨੂੰ ਉਹਦੇ ਬਾਰੇ ਨਹੀਂ ਦੱਸੋ, ਕਿਉਂਕਿ ਮੈਂ ਅੱਗੇ ਵੀ ਗੱਲ ਕੀਤੀ ਬੜਾ ਸੁਪਰ ਡੁਪਰ ਹਿੱਟ ਉਸ ਟਾਈਮ ਦਾ। ਦੇਖੋ ਜੀ, ਉਹ ਸੀਰੀਅਲ ਕਈ ਵਾਰੀ ਮੈਂ ਇੱਕ ਹੋਰ ਵੀ ਗੱਲ ਕਰਦਾ ਨਾ, ਦੋਨਾਂ ਸੀਰੀਅਲਾਂ ਨੇ ਮੈਨੂੰ ਐਂਗਜ਼ਾਇਟੀ ਕਰਤੀ ਸੀ, ਐਂਗਜ਼ਾਇਟੀ ਅਟੈਕ ਆਉਣ ਲੱਗ ਗਿਆ ਸੀ ਮੈਨੂੰ। ਅਸੀਂ ਮੈਂ ਕਦੇ ਪਹਿਲਾਂ ਸੁਣਦੇ ਹੁੰਦੇ ਸੀ ਦਲੀਪ ਕੁਮਾਰ ਨੇ ਜਦੋਂ ਬਾਬਿਆਂ ਨੇ ਕੀਤੀ ਦੇਵਦਾਸ ਫਿਲਮ, ਦੇਵਦਾਸ ਤੋਂ ਬਾਅਦ ਉਹਨਾਂ ਨੂੰ ਸਾਈਕਾਟ੍ਰਿਸਟ ਕੋਲ ਜਾਣਾ ਪੈ ਗਿਆ ਸੀ, ਦਿਮਾਗੀ ਤੌਰ 'ਤੇ ਉਹਨਾਂ ਦੇ ਉਹ ਇੰਨਾ ਹਾਵੀ ਹੋ ਗਿਆ ਸੀਗਾ, ਉਹ ਜਾਣਾ ਪੈ ਗਿਆ ਸੀ। ਉਹੀ ਹਾਲ ਮੇਰਾ ਹੋਇਆ ਸੀ। ਸਰਹੱਦ ਸੀਰੀਅਲ ਕੀਤਾ, ਉਸ ਸਾਰੇ ਸੀਰੀਅਲ 'ਚ ਫੌਜੀ ਵਿਚਾਰਾ ਗਰੀਬ ਅੰਦਰੋਂ ਟੁੱਟਿਆ ਹੋਇਆ, ਪਿੰਡ ਦਾ ਹੋਕਾ ਦਿੰਦਾ ਫਿਰਦਾ, ਜਾਗਦੇ ਰਹਿਣਾ ਵੀ ਹੈ, ਚੌਕੀਦਾਰੀ ਕਰਦਾ। ਮਨਜੀਤ ਜਗਜੀਤ ਦੇ ਵਿੱਚ ਬੰਦਾ ਕਾਤਲ ਹੁੰਦਾ, ਪੈਸੇ ਲੈ ਕੇ ਕਤਲ ਕਰਦਾ, ਉਹਦਾ ਪੂਰਾ ਚੇਂਜ ਓਵਰ, ਫਿਰ ਉਹ ਛੱਡ ਕੇ ਸਾਧੂ ਟਾਈਪ ਬਣ ਜਾਂਦਾ ਬੰਦਾ। ਉਹ ਜਿਹੜਾ ਚੇਂਜ ਓਵਰ ਸੀ ਆਪਦੇ ਅੰਦਰ ਨਾਲ, ਸੈਲਫ ਨਾਲ ਲੜਦਾ ਬੰਦਾ ਕਿ ਮੈਂ ਇਹੋ ਜਿਹਾ ਕਿਉਂ ਕੀਤਾ, ਇਹ ਕਿਉਂ ਹੋ ਗਿਆ, ਮੈਂ ਆਹ ਕਤਲ ਕਿਉਂ ਕੀਤਾ। ਉਸੇ ਕੁੜੀ ਨੂੰ ਭੈਣ ਕਹਿੰਦਾ ਹੁੰਦਾ ਜਿਹਦੇ ਹਸਬੈਂਡ ਦਾ ਕਤਲ ਕਰਦਾ, ਉਹਦੇ ਘਰੇ ਰਹਿਣਾ ਪੈਂਦਾ ਮਜਬੂਰੀ 'ਚ। ਜਿਹੜਾ ਬੰਦਾ ਉਹਨੂੰ ਦੇਖ ਲੈਂਦਾ ਕਤਲ ਕਰਦੇ ਹੋਏ, ਉਹ ਗੁਰਦੁਆਰੇ ਦਾ ਗਰੰਤੀ ਹੁੰਦਾ, ਉਹ ਭਾਈ ਜੀ ਨੂੰ ਮਾਰਨ ਵਾਸਤੇ ਗੁਰਦੁਆਰੇ ਜਾਣ ਲੱਗ ਜਾਂਦਾ, ਗੁਰਦੁਆਰੇ ਕੰਨਾਂ 'ਚ ਬਾਣੀ ਪੈਂਦੀ ਹੈ, ਉਹ ਕਦੇ ਜੋੜੇ ਸਾਫ਼ ਕਰਨ ਦੀ ਸੇਵਾ ਲੈ ਲੈਂਦਾ, ਕਦੇ ਭਾਂਡੇ ਮਾਂਜਣ ਦੀ ਵੀ, ਕਿਸੇ ਬਹਾਨੇ ਮੈਨੂੰ ਭਾਈ ਜੀ ਇਕੱਲਾ ਮਿਲੇ ਤਾਂ ਮੈਂ ਉਹਨੂੰ ਮਾਰ ਦਿਆਂ। ਉਹਨੂੰ ਮਾਰਦਾ, ਮਾਰ ਨਹੀਂ ਸਕਦਾ, ਪਰ ਉਹਦੀ ਅੰਦਰ ਦੀ ਉਹ ਜਿਹੜੀ ਬਦਮਾਸ਼ੀ ਹੈ ਮੈਂ ਹੈ, ਉਹ ਮਰ ਜਾਂਦੀ ਹੈ, ਉਹ ਸ਼ੈਤਾਨ ਖਤਮ ਹੋ ਜਾਂਦਾ ਗੁਰਦੁਆਰਾ ਸਾਹਿਬ ਹਰ ਰੋਜ਼ ਸੇਵਾ ਕਰਦੇ ਕਰਦੇ, ਬਾਣੀ ਸੁਣਦੇ ਸੁਣਦੇ। ਬਹੁਤ ਵੰਡਰਫੁਲ ਸੀਰੀਅਲ ਸੀ, ਕਮਾਲ ਦਾ। ਅੱਛਾ, ਉਹਦੇ 'ਚ ਇੱਕ ਹੋਰ ਚੀਜ਼ ਸੀ, ਹੁਣ ਮੈਂ ਹੈਗਾ ਪਿਓਰ ਮਲਵਈ, ਉਹਦੇ 'ਚ ਮੈਂ ਭਾਵਾਂ ਵਾਲੀ ਲੈਂਗੁਏਜ ਬੋਲੀ। ਕਿਆ ਬਾਤ ਹੈ। ਕੋਈ ਅਸੀਂ ਤਾਂ ਸਿੱਧੇ ਸਾਦੇ ਬੰਦੇ, ਪਤਾ ਹੀ ਕੋਈ ਨਹੀਂ ਹੁੰਦਾ ਸੀ ਕਿ ਪਿਆਰ ਹੁੰਦਾ ਕੀ ਹੈ। ਬੰਦਾ ਮਾਰੇ ਤੇ ਪੈਸੇ ਬੋਝੇ, ਮੈਂ ਗਾਂ ਤੁਰਦੇ ਹੋਏ। ਕਿਆ ਬਾਤ ਹੈ।
ਵੇਲਾ ਹੋ ਗਿਆ ਇੱਕ ਨਿੱਕੀ ਜਿਹੀ ਬ੍ਰੇਕ ਦਾ, ਤੁਸੀਂ ਕਿਤੇ ਨਹੀਂ ਜਾਣਾ, ਮਤਲਬ ਕਿ ਸਫ਼ਰ ਜਿਹੜਾ ਉਹ ਆਪਣਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਬਸ ਨਿੱਕਾ ਜਿਹਾ ਇੱਕ ਵਿਸ਼ਰਾਮ ਆ ਜੀ, ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਪ੍ਰੋਗਰਾਮ ਸਫ਼ਰ ਦੇ ਵਿੱਚ, ਅਤੇ ਅੱਜ ਦੇ ਆਪਣੇ ਸਫ਼ਰ ਦੇ ਸਾਥੀ ਨੇ ਸਰਦਾਰ ਸੋਹੀ ਸਾਹਿਬ, ਅਤੇ ਇਹਨਾਂ ਦੇ ਜ਼ਿੰਦਗੀ ਦੇ ਜਿਹੜੇ ਸਫ਼ਰ ਦੀਆਂ ਬਰੀਕੀਆਂ ਆਪਾਂ ਜਾਣ ਰਹੇ ਹਾਂ, ਔਰ ਸਭ ਤੋਂ ਵੱਧ ਜਿਹੜਾ ਇਹ ਫਾਇਦਾ ਉਹਨਾਂ ਨੂੰ ਹੋਊਗਾ ਆਪਣਾ ਪ੍ਰੋਗਰਾਮ ਵੇਖਣ ਦਾ, ਵੇਖੇ ਤਾਂ ਸਾਰਿਆਂ ਨੂੰ ਵੇਖਣ ਦਾ ਫਾਇਦਾ ਹੋਊਗਾ, ਪਰ ਜਿਹੜੇ ਐਕਟਿੰਗ ਲਾਈਨ ਦੇ ਵਿੱਚ ਸ਼ੌਂਕ ਰੱਖਦੇ ਨੇ ਔਰ ਜਿਹੜੀਆਂ ਐਕਟਿੰਗ ਲਾਈਨ ਦੀਆਂ ਥੀਏਟਰ ਦੀਆਂ ਜਿਹੜੀਆਂ ਬਰੀਕੀਆਂ ਉਹ ਬੜੀਆਂ ਕੁਝ ਸਿੱਖਣ ਨੂੰ ਮਿਲ ਰਹੀਆਂ, ਮੈਂ ਵੀ ਸਿੱਖ ਰਿਹਾ, ਅਤੇ ਜਿਹੜਾ ਬੰਦਾ ਐਕਟਿੰਗ ਦਾ ਸ਼ੌਂਕ ਰੱਖਦਾ ਉਹਦੇ ਲਈ ਬੜੀਆਂ ਬਰੀਕੀਆਂ। ਅਤੇ ਸੋਹੀ ਸਾਹਿਬ, ਆਪਾਂ ਪੁਰਾਣੀਆਂ ਗੱਲਾਂ ਸਾਰੀਆਂ ਕਰ ਲਈਆਂ, ਆਪਾਂ ਪੁਰਾਣੇ ਤੁਹਾਡੇ ਥੀਏਟਰ ਦੀਆਂ ਗੱਲਾਂ ਵੀ ਕਰ ਲਈਆਂ, ਪੁਰਾਣੀਆਂ ਫਿਲਮਾਂ ਦੀਆਂ ਵੀ ਕਰ ਲਈਆਂ, ਸੀਰੀਅਲ ਦੀਆਂ ਵੀ ਕਰ ਲਈਆਂ, ਹੁਣ ਆਪਾਂ ਜਿਵੇਂ ਕਹਿ ਲਈ ਇੱਕਵੀਂ ਸਦੀ ਦੇ ਵਿੱਚ ਆ ਜਾਈਏ, ਇੱਕਵੀਂ ਸਦੀ ਦੀ ਸਭ ਤੋਂ ਤੁਹਾਡੀ ਜਿਹੜੀ ਸੁਪਰ ਡੁਪਰ ਹਿੱਟ ਫਿਲਮ ਹੋਈ ਸੀ ਕੈਰੀ ਔਨ ਜੱਟਾ, ਉਹਦੇ 'ਚ ਤੁਹਾਡਾ ਇੱਕ ਜਿਹੜਾ ਅੰਦਾਜ਼ ਵੀ ਸਾਨੂੰ ਅਲੱਗ ਹੀ ਵੇਖਣ ਨੂੰ ਮਿਲਿਆ, ਮਤਲਬ ਕਾਮੇਡੀ ਵਾਲਾ ਅੰਦਾਜ਼ ਸੀ, ਉਹਦਾ ਐਕਸਪੀਰੀਅੰਸ ਕਿੱਦਾਂ ਰਿਹਾ ਫਿਰ? ਬਹੁਤ ਵਧੀਆ, ਉਹਦੇ 'ਚ ਮੈਂ ਥੀਏਟਰ 'ਚ ਕਰਦਾ ਰਿਹਾ ਕਾਮੇਡੀ ਜੀ, ਪਰ ਫਿਲਮ 'ਚ ਪਹਿਲੀ ਵਾਰੀ ਕੀਤੀ ਸੀ ਜੀ, ਉਹ ਫਿਲਮ ਕੈਰੀ ਔਨ ਜੱਟਾ, ਔਰ ਮੇਰੇ ਸਾਹਮਣੇ ਦਿੱਗਜ ਕਾਮੇਡੀਅਨ ਪੱਲਾ ਸਾਹਿਬ, ਉਹ ਕਮਾਲ ਸੀ। ਪੱਲਾ ਸਾਹਿਬ ਇੱਕ ਜਗ੍ਹਾ ਮੈਨੂੰ ਪੁੱਛਦੇ ਆ ਕਿ ਮੇਰੇ ਨਾਲ ਰਾਣਾ ਰਣਵੀਰ, ਉਹ ਮੇਰੇ ਬੇਟੇ ਬਣੇ ਸੀ, ਕਹਿੰਦੇ ਵੀ ਕਾਕਾ ਕੀ ਕਰਦਾ? ਫਿਲਹਾਲ ਤਾਂ ਤੰਗ ਹੀ ਕਰਦਾ ਬਾਹਰ ਜਾ ਰਹੇ ਸੀ। ਉਹ ਅੱਗੇ ਜਾ ਕੇ ਫਿਰ ਇੱਕ ਥਾਂ ਦੇ ਰਾਣਾ ਨਾਲ ਹੀ ਮੇਰੇ ਕੋਲ ਕਰਮਜੀਤ ਅਨਮੋਲ ਆਉਂਦਾ, ਬੜਾ ਤਪਿਆ ਬਾਹਰੋਂ ਗੁੱਸੇ ਹੋਇਆ, ਉਹ ਲਲਕਾਰੇ ਮਾਰਦਾ ਬਾਹਰ ਖੜਾ, ਉਹ ਭੁੱਲਰਾ ਨਿਕਲ ਬਾਹਰ। ਮੈਂ ਰਾਣਾ ਨੂੰ ਕਹਿਣਾ ਜਗ ਦੇਖ ਕੌਣ ਹੈ, ਮੈਂ ਤਾਂ ਛੋਟਾ ਭੁੱਲਰਾਂ, ਤੂੰ ਦੇਖ ਬੜਾ ਭੁੱਲਰ ਗਿਆ, ਤੁਹਾਨੂੰ ਗਿਆ, ਮੈਂ ਛੋਟਾ ਭੁੱਲਰ। ਬਹੁਤ ਵਧੀਆ ਕਮਾਲ, ਉਹ ਫਿਲਮ ਇੱਕ ਟਰਨਿੰਗ ਪੁਆਇੰਟ ਸੀ ਪੰਜਾਬੀ ਸਿਨੇਮਾ ਵਾਸਤੇ, ਉਹਨੇ ਦਰਸ਼ਕ ਇੰਨੇ ਦੁਬਾਰਾ ਤੋਂ ਖਿੱਚੇ ਸਿਨੇਮੇ 'ਚ, ਅੱਜ ਤੱਕ ਦੀ ਕੌਮੇਡੀ 'ਚ ਸਭ ਤੋਂ ਵੱਡੀ ਹਿੱਟ ਫਿਲਮ ਹੈ ਕੈਰੀ ਔਨ ਜੱਟਾ। ਉਹਦਾ ਸ਼ਾਇਦ ਹੁਣ ਪਾਰਟ 2 ਵੀ ਸ਼ੂਟ ਕਰਨ ਜਾ ਰਹੇ ਨੇ, ਪਤਾ ਨਹੀਂ ਉਹਦੇ 'ਚ ਮੈਂ ਹੈ ਕਿ ਨਹੀਂ ਹੈ, ਪਰ ਮੈਨੂੰ ਪਤਾ ਲੱਗੇ ਬਣਾ ਰਹੇ ਨੇ, ਪੋਸਟਰ ਵਗੈਰਾ ਵੀ ਉਹਦਾ ਉਹਨਾਂ ਨੇ ਸ਼ੇਅਰ ਕੀਤਾ ਸੀ ਗਿੱਪਾ ਜੀ ਨੇ ਆਪਣੇ ਪੇਜ 'ਤੇ। ਅਤੇ ਸੋਹੀ ਸਾਹਿਬ, ਉਸ ਤੋਂ ਬਾਅਦ ਜਿਹੜੀ ਤੁਹਾਡੀ ਇੱਕ ਜਿਵੇਂ ਕਹਿ ਲਓ ਪੁਰਾਤਨ ਸਮਿਆਂ 'ਚ ਆਪਾਂ ਫਿਰ ਥੋੜ੍ਹਾ ਜਿਹਾ ਜਾਂਦੇ ਹਾਂ, ਫਿਲਮ ਵੈਸੇ ਨਵੇਂ ਦੌਰ ਦੀ ਆ ਪਰ ਉਹ ਬਣੀ ਪੁਰਾਤਨ ਸਮਿਆਂ 'ਤੇ ਆ, ਤੁਸੀਂ ਮੇਰਾ ਇਸ਼ਾਰਾ ਸਮਝ ਗਿਆ ਹੋਗੇ, ਮੈਂ ਗੱਲ ਕਰਨ ਜਾ ਰਿਹਾ ਅੰਗਰੇਜ਼ ਦੀ, ਅੰਗਰੇਜ਼ ਦੀ ਗੱਲ ਵੀ, ਅੰਗਰੇਜ਼ ਮੂਵੀ ਜਿਵੇਂ ਕਹਿ ਲਓ 47 ਤੋਂ ਪਹਿਲਾਂ ਦੀਆਂ ਗੱਲਾਂ 'ਤੇ ਬਣਾਈ ਹੋਈ ਆ, ਔਰ ਉਦੋਂ ਕੀ ਵਿਆਹ ਹੁੰਦੇ ਸੀ, ਕੀ ਸਿਸਟਮ ਹੁੰਦੇ ਸੀ, ਉਹਦਾ ਸਭ ਤੋਂ ਮੇਨ ਜਿਹੜਾ ਤੁਹਾਡਾ ਕਰੈਕਟਰ ਸੀ, ਕਰੈਕਟਰ ਤੁਹਾਡਾ ਜਿਵੇਂ ਕਹਿ ਲਓ ਇੱਕ ਡਾਇਲੋਗ ਚਾਹੇ ਘੱਟ ਸੀ ਪਰ ਜਿਹੜਾ ਉਹ ਅੰਦਾਜ਼ ਸੀ, ਕਿਉਂਕਿ ਉਹ ਡਾਇਲੋਗ ਤੋਂ ਵੀ ਜ਼ਿਆਦਾ ਔਖਾ ਸੀ, ਉਹ ਬੜਾ ਅਲੱਗ ਸੀ, ਐਕਸਪੀਰੀਅੰਸ ਵੀ ਅਲੱਗ ਸੀ, ਤੇ ਉਹਦੇ ਤੇ ਤੁਸੀਂ ਥੋੜੀ ਰੋਸ਼ਨੀ ਪਾਓ। ਉਹ ਕਰੈਕਟਰ ਸੱਪ ਲੜਨ ਤੋਂ ਬਾਅਦ ਇਦਾਂ ਦਾ ਹੁੰਦਾ ਜੀ, ਉਸ ਤੋਂ ਪਹਿਲਾਂ ਦੋ ਬੰਦਿਆਂ ਦੀ ਦੋਸਤੀ ਦਿਖਾਈ ਸੀ ਉਹਦੇ 'ਚ, ਇੱਕ ਹੌਬੀ ਥਾਲੇ ਵਾਲਾ ਤੇ ਇੱਕ ਮੇਰੀ, ਉਹ ਦੋਨੇ ਖੁੰਡ ਬਦਮਾਸ਼ ਹੁੰਦੇ ਆ ਪੂਰੇ, ਇਸੇ ਕਰਕੇ ਇਹ ਜਿਹੜਾ ਮੇਰੇ ਵਾਲਾ ਕਰੈਕਟਰ ਸੀ ਉਹ ਜਦੋਂ ਸੱਪ ਲੜ ਜਾਂਦਾ ਹੈ ਉਹ ਬੋਲਣ ਅਸਮਰਥ ਹੋ ਜਾਂਦਾ ਬੰਦਾ, ਪਰ ਕਿਉਂਕਿ ਉਹ ਉਹਨੇ ਇਹੋ ਜਿਹਾ ਕੁਛ ਬਹੁਤ ਕੀਤਾ ਹੁੰਦਾ ਜਵਾਨੀ ਵੇਲੇ ਜਿਹੜਾ ਐਮੀ ਵਿਰਕ ਸਾਡੇ ਘਰੇ ਵੜ ਕੇ ਕਰਦਾ, ਮੈਂ ਤਾਂ ਅਕਸਰ ਉਹ ਘਰ ਵਾਲੀ ਜਮਾਂ ਸਿੱਧੜੀ ਜਮਾਂ ਸਿੱਧੜੀ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਮੁੰਡਾ ਅੰਦਰ ਪਾਣੀ ਪੀਣ, ਲੱਸੀ ਪੀਣ, ਆਨੇ ਬਹਾਨੇ ਅੰਦਰ ਨੂੰ ਕਿਉਂ ਵੜਦਾ, ਅਤੇ ਬੁੜੇ ਨੂੰ ਪਤਾ ਹੁੰਦਾ ਸਾਰਾ ਕੁਛ। ਉਹ ਔਖਾ ਸੀ ਕਿਉਂਕਿ ਬੋਲ ਤਾਂ ਸਕਦਾ ਨਹੀਂ, ਉਹ ਫਿਰ ਜੋ ਉਹਦਾ ਮੂੰਹ ਵੀ ਟੇਢਾ ਹੋਇਆ ਹੁੰਦਾ ਅਤੇ ਤੁਰ ਨਹੀਂ ਸਕਦਾ, ਕੋਈ ਨਾਲ ਗੰਡਾਸੀ ਹਰ ਵੇਲੇ ਰੱਖਦਾ, ਪੁਰਾਣਾ ਬੇਲੀ ਹੁੰਦਾ, ਅਤੇ ਉਹ ਫਿਰ ਜੋ ਬੈਠਾ ਬੈਠਾ ਉਹਨੂੰ ਕਹਿੰਦਾ ਜਦੋਂ ਮੁੰਡਾ ਅੰਦਰ ਜਾਂਦਾ
ਬਹੁਤ ਬਹੁਤ ਵਧੀਆ ਲੱਗਿਆ ਮੈਨੂੰ ਉੱਥੇ ਉੱਥੇ ਜਦੋਂ ਸੈੱਟ 'ਤੇ ਨਾ ਅਸੀਂ ਵੈਨਟੀ ਵੈਨ 'ਚ ਬੈਠੇ ਹੁੰਦੇ ਉੱਥੋਂ ਜਿਹੜਾ ਮਕਾਨ ਬਣਾਇਆ ਉਹਦੇ ਬਾਹਰ ਲੱਗੀਆਂ ਹੁੰਦੀਆਂ ਵੈਨਾਂ ਉੱਥੋਂ ਬੈਠੇ ਜਦੋਂ ਬੁਲਾਵਾ ਆਉਂਦਾ ਸੀ ਤਾਂ ਮੈਂ ਸੈੱਟ 'ਤੇ ਜਾਣ ਤੋਂ ਪਹਿਲਾਂ ਲੰਘਦਾ ਤਾਂ ਉਹ ਕਾਫੀ ਲੰਬਾ ਆਇਆ ਰਸਤਾ ਜਿਹਾ ਸੀਗਾ ਘਰ ਦੇ ਵਿੱਚ ਦੀ ਉਹ ਘਰ 'ਚ ਇੱਕ ਪਾਸੇ ਡਰੈੱਸਾਂ ਪਈਆਂ ਉੱਥੇ ਸਾਡਾ ਡਰੈੱਸ ਡਿਪਾਰਟਮੈਂਟ ਦੇ ਬੰਦੇ ਬੈਠੇ ਉੱਥੇ ਸੈੱਟ ਕਾਸਟ ਵੱਡੀ ਸੀ ਡਰੈੱਸਾਂ ਉੱਥੇ ਬਣਦੀਆਂ ਸੀ ਉੱਥੇ ਬਿਠਾਇਆ ਸੀਗਾ ਆਪਣਾ ਦਰਜੀ ਉੱਥੋਂ ਦੀ ਜਾਣਾ ਤਾਂ ਮੈਨੂੰ ਕਈਆਂ ਨੇ ਟੋਕਣਾ ਉਹ ਭਾਅ ਜੀ ਉੱਥੇ ਜਾ ਕੇ ਐਕਟਿੰਗ ਕਰ ਲਿਓ ਉੱਥੇ ਜਿਹੜਾ ਕਰੈਕਟਰ ਨੂੰ ਕੈਰੀ ਕਰਨਾ ਹੁੰਦਾ ਉੱਥੇ ਸੈੱਟ 'ਤੇ ਮੇਰਾ ਤੁਰੇ ਫਿਰਦਾ ਮਤਲਬ ਸੈੱਟ 'ਤੇ ਤੁਰਿਆ ਫਿਰਦਾ ਇੱਦਾਂ ਹੀ ਤੁਰਿਆ ਫਿਰਦਾ ਇੱਦਾਂ ਇੱਦਾਂ ਕਰਕੇ ਹਾਂਜੀ ਹਾਂਜੀ ਉਹ ਕਹਿੰਦੇ ਯਾਰ ਉਹ ਕਰੈਕਟਰ 'ਚੋਂ ਬਾਹਰ ਆ ਜਾਇਆ ਕਰੋ ਕਦੇ ਉਹਦਾ ਮੈਂ ਬਾਹਰ ਨਹੀਂ ਸੀ ਆਉਂਦਾ ਉਹਦਾ ਫਿਰ ਸਿਲਾ ਇਹ ਮਿਲਿਆ ਹਰ ਬੰਦੇ ਨੇ ਕਿਹਾ ਯਾਰ ਉਹ ਬਹੁਤ ਔਖਾ ਰੋਲ ਸੀ ਅਤੇ ਉਹ ਸੋਈ ਕਰ ਗਿਆ ਸੋ ਇਸ ਤਰ੍ਹਾਂ ਦੇ ਚੈਲੇਂਜਿੰਗ ਕਰੈਕਟਰ ਕਦੇ ਕਦੇ ਮਿਲਦੇ ਨੇ ਉਹ ਕਰੈਕਟਰ ਦੇਖ ਕੇ ਮੈਨੂੰ ਸਾਡੇ ਮੇਰੇ ਸੀਨੀਅਰ ਆਰਟਿਸਟ ਨੇ ਮੈਡਮ ਨਿਰਮਲ ਰਿਸ਼ੀ ਉਹ ਹੀ ਦਿਵਾਣਾ ਸਾਹਿਬ ਦੇ ਸ਼ਾਗਿਰਦ ਸੀਗੇ ਮੈਂ ਵੀ ਉਹ ਮੇਰੇ ਤੋਂ ਸੀਨੀਅਰ ਸੀਗੇ ਉਹ ਹੁਣ ਜਦੋਂ ਵੀ ਕਦੇ ਸਾਡੀ ਗੱਲ ਚੱਲਦੀ ਹੈ ਤਾਂ ਰਿਸ਼ੀ ਮੈਡਮ ਮੈਨੂੰ ਕਹਿਣਗੇ ਮੈਂ ਤਾਂ ਭੈਣ ਜੀ ਕਹਿਣਾ ਹੁੰਦਾ ਬਹੁਤ ਸਾਡੇ ਘਰੇਲੂ ਤਾਲੁਕਾਤ ਘਰ ਆਉਣਾ ਜਾਣਾ ਸਾਰਾ ਉਹ ਕਹਿਣਗੇ ਵੇ ਸੋਹੀ ਵੇ ਤੂੰ ਇੰਨੇ ਰੋਲ ਕਰ ਗਿਆ ਸਾਡੇ ਨਾਲ ਥੀਏਟਰ ਵੀ ਕਰ ਲਿਆ ਇੰਨੀਆਂ ਫਿਲਮਾਂ ਕਰ ਲਈਆਂ ਪਰ ਜਿਹੜਾ ਉਹ ਨਾ ਅੰਗਰੇਜ਼ ਵਾਲਾ ਤੇਰਾ ਰੋਲ ਹੈ ਉਹ ਰੋਲ ਮੁੜ ਕੇ ਉਹ ਜਾਂ ਨਾ ਤੂੰ ਕਦੇ ਕੀਤਾ ਨਾ ਹੋਣਾ ਨਾ ਹੀ ਮਿਲਣਾ ਉਹ ਜਿਹੜਾ ਅੰਦਾਜ਼ ਨਾ ਹੀ ਤੈਨੂੰ ਮਿਲਣਾ ਉਹ ਮੈਡਮ ਰਿਸ਼ੀ ਦਾ ਅੰਦਾਜ਼ ਹੈ ਜਿਹੜਾ ਉਹ ਵਾਕਈ ਉਹ ਨਹੀਂ ਮਿਲਦਾ ਉਹ ਜਿਵੇਂ ਤੁਸੀਂ ਹੁਣੇ ਗੱਲ ਕਹੀ ਆ ਵੀ ਮੈਂ ਸੈੱਟ ਤੇ ਵੀ ਮੈਂ ਕਰੈਕਟਰ 'ਚ ਰਹਿੰਦਾ ਹੁੰਦਾ ਸੀ ਮੈਨੂੰ ਤੁਹਾਡੀ ਫਿਰ ਉਹ ਪੁਰਾਣੀ ਗੱਲ ਜਿੱਤੇ ਆ ਗਈ ਉਹ ਮੁਗਲ ਵਾਲੀ ਵੀ ਤੁਸੀਂ ਫਿਰ ਜਿਹੜਾ ਤਜਰਬਾ ਪਤਾ ਜ਼ਿੰਦਗੀ ਦਾ ਤਜਰਬਾ ਕਿਵੇਂ ਇਕੱਠਾ ਕੀਤਾ ਉਦੋਂ ਵੀ ਤੁਸੀਂ ਦੱਸਿਆ ਮੈਂ ਇਕੱਲਾ ਹੀ ਮਤਲਬ ਉਹ ਆਪਣੇ ਆਪ ਨੂੰ ਫੀਲ ਕਰਦਾ ਹੁੰਦਾ ਸੀ ਮੈਂ ਬਾਦਸ਼ਾਹ ਆ ਮੈਂ ਮੇਰੇ ਨਾਲ ਮੇਰੇ ਨੌਕਰ ਚੱਕਰ ਨੇ ਸਾਰੇ ਉਹ ਤੁਸੀਂ ਮਤਲਬ ਉਹ ਜਿਹੜੀ ਚੀਜ਼ ਫਿਰ ਪੁਰਾਣੀ ਸਿੱਖੀ ਹੋਈ ਹੈ ਐਕਸਪੀਰੀਅੰਸ ਜਿਹੜਾ ਫਿਰ ਉਹਨੂੰ ਵਰਤਿਆ ਤੁਸੀਂ ਕਿਉਂਕਿ ਸੈੱਟ ਦੇ ਉੱਪਰ ਜਦੋਂ ਪਤਾ ਵੀ ਕਰੈਕਟਰ ਤੁਸੀਂ ਘੁੱਪਣਾ ਆ ਔਰ ਇਹਨੂੰ ਕਰਨਾ ਆ ਅਤੇ ਉਹਨੂੰ ਕੀਤਾ ਉਹਨੇ ਕਿਉਂਕਿ ਉਹ ਕਰੈਕਟਰ ਨੇ ਇੱਕ ਸ਼ਾਪ ਵੀ ਅਲੱਗ ਹੀ ਛੱਡੀ ਸੀ ਅਲੱਗ 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 ਵੈਸੇ ਕਰੈਕਟਰ ਘੱਟ ਲਿਖੇ ਜਾਂਦੇ ਨੇ ਕਦੇ ਕਦੇ ਲਿਖੇ ਜਾਂਦੇ ਨੇ ਔਰ ਉਹ ਜਦੋਂ ਲਿਖਿਆ ਸੀ ਕਹਿੰਦੇ ਅਸੀਂ ਡਿਸਾਈਡ ਕਰ ਲਿਆ ਸੀ ਵੀ ਇਹ ਕਰੈਕਟਰ ਸਿਰਫ ਸਰਦਾਰ ਸੋਹੀ ਹੀ ਕਰੂਗਾ ਉਹੀ ਕਰ ਸਕਦਾ ਇਸ ਤਰ੍ਹਾਂ ਦਾ ਮੈਂ ਖੁਸ਼ਕਿਸਮਤ ਆ ਮੇਰੇ ਇਹੋ ਜਿਹਾ ਕੁਛ ਬਹੁਤ ਆਉਂਦਾ ਇੱਕ ਫਿਲਮ ਮੈਂ ਹੋਰ ਪਿੱਛੇ ਜੇ ਕੀਤੀ ਸੀ ਸਾਹਿਬ ਬਹਾਦਰ ਸਾਹਿਬ ਬਹਾਦਰ ਚ ਕਾਤਲ ਦਾ ਕਰੈਕਟਰ ਸੀ ਜਿਹੜਾ ਦੇਖੀ ਵੀ ਫਿਲਮ ਹਾਂ ਉਹ ਅਖੀਰ ਚ ਆਉਂਦਾ ਉਹਨਾਂ ਨੇ ਨਾਮ ਜੀ ਪਹਿਲਾਂ ਦੱਸਿਆ ਸੀ ਆਡੀਅੰਸ ਨੂੰ ਕਿ ਇੱਕ ਬਣਿਆ ਰਹੇ ਪਤਾ ਨਹੀਂ ਕੌਣ ਹੈ ਪਤਾ ਨਹੀਂ ਕੌਣ ਜੇ ਟਾਈਟਲ ਪਹਿਲਾਂ ਨਾਂ ਦੇ ਤਾ ਸਰਦਾਰ ਸੋਈ ਦਾ ਪਤਾ ਲੱਗ ਜੂ ਵੀ ਯਾਰ ਨਹੀਂ ਨਿਕਲੂਗਾ ਤੇ ਉਹ ਇਸ ਕਰਕੇ ਸਸਪੈਂਸ ਫਿਲਮ ਸੀ ਉਹ ਰੱਖਿਆ ਸੀ ਤੇ ਉਹ ਕਰੈਕਟਰ ਉਹ ਵੀ ਵੀਲ ਚੇਅਰ ਤੇ ਬੈਠਾ ਵੀਲ ਚੇਅਰ ਤੇ ਬੈਠਾ ਔਰ ਉਹ ਕੈਂਚੀ ਲੈ ਕੇ ਕਿਵੇਂ ਕਿਵੇਂ ਪੌੜੀਆਂ ਚੜ੍ਹ ਕੇ ਚੁਬਾਰੇ ਜਾ ਕੇ ਕਤਲ ਕਰਕੇ ਆਉਂਦਾ ਬਹੁਤ ਉਹ ਵੀ ਔਖਾ ਕਰੈਕਟਰ ਸੀ ਹੌਬੀ ਤਾਲੀਬਾਨ ਹਾਂ ਹੌਬੀ ਤਾਲੀਬਾਨ ਦਾ ਕਤਲ ਕਰਦਾ ਉਹ ਵੀ ਉਹ ਇਹੋ ਜਿਹੇ ਕਰੈਕਟਰ ਉਹ ਮੈਨੂੰ ਜਸ ਗਰੇਵਾਲ ਰਾਈਟਰ ਸੀ ਉਹ ਕਹਿੰਦਾ ਸਰਦਾਰ ਸਾਹਿਬ ਇਹ ਰੋਲ ਵਾਸਤੇ ਯੈਸ ਕਰੋ ਰੋਲ ਛੋਟਾ ਹੈ ਲੈਂਥ ਘੱਟ ਹੈ 10-12 ਮਿੰਟ ਅਖੀਰ ਲਿਆ ਤੁਹਾਡੇ ਕੋਲ ਪਰ ਉਹ ਤੁਹਾਡੇ ਹੀ ਨੇ 10-12 ਮਿੰਟ ਜਿਹੜਾ ਐਂਡ ਵਾਲੇ ਨੇ ਬਾਕੀ ਐਕਟਰਾਂ ਨੂੰ ਹੁੰਦਾ ਵੀ ਯਾਰ ਛੋਟੇ ਰੋਲ ਲੱਗਦੇ ਪੈਸੇ ਪੂਸੇ ਨਹੀਂ ਘੱਟ ਕਰ ਦੇਣਗੇ ਉਹ ਕਹਿੰਦੇ ਪੈਸੇ ਜਿਹੜੇ ਮੰਗੋਗੇ ਉਹ ਸਾਨੂੰ ਪਤਾ ਇਹ ਤੁਹਾਡੇ ਬਿਨਾਂ ਕੋਈ ਨਹੀਂ ਕਰ ਸਕਦਾ ਤੁਹਾਡੇ ਕਰਨ ਵਾਲਾ ਰੋਲ ਹੈ ਇਸ ਕਰਕੇ ਮੈਂ ਕਿਹਾ ਮੈਂ ਆਈ ਐਮ ਲੱਕੀ ਕਿਸਮਤ ਵਾਲਾ ਕਿ ਮੇਰੇ ਵਾਸਤੇ ਰਾਈਟਰ ਜਦੋਂ ਲਿਖਦਾ ਉਹਦੀ ਡਿਸਾਈਡ ਹੋ ਜਾਂਦਾ ਵੀ ਆਹ ਰੋਲ ਸਰਦਾਰ ਸੋਈ ਕਰੂਗਾ ਬਹੁਤ ਕੁਛ ਇਸ ਤਰ੍ਹਾਂ ਦਾ ਹੋ ਰਿਹਾ ਮੇਰੇ ਨਾਲ ਜੋ ਮੈਂ ਫਖਰ ਮੈਨੂੰ ਹੁੰਦਾ ਕਿ ਮੈਂ ਥੀਏਟਰ ਕੀਤਾ ਇਸ ਕਰਕੇ ਸ਼ਾਇਦ ਉੱਥੇ ਕੋਈ ਹੋਰ ਇਹ ਹੁੰਦੇ ਨਹੀਂ ਕਿਸੇ ਨੂੰ ਹੋਰ ਨਾਲ ਟਿੱਕ ਮਾਰਕ ਕੀਤਾ ਹੋਵੇ ਯਾਰ ਸਰਦਾਰ ਸੋਹੀ ਨਹੀਂ ਤਾਂ ਆਹ ਸਰਦਾਰ ਸੋਹੀ ਹੀ ਹੁੰਦਾ ਫਿਰ ਕਿਤੇ ਨਾ ਕਿਤੇ ਸੋਹੀ ਸਾਹਿਬ ਇਹ ਵੀ ਚੁਆਇਸ ਹੁੰਦੀ ਆ ਕਿਉਂਕਿ ਤੁਸੀਂ ਐਜ਼ ਏ ਰਾਈਟਰ ਵੀ ਤੁਸੀਂ ਹੋ ਮਤਲਬ ਡਾਇਲੋਗਸ ਵਗੈਰਾ ਤੁਸੀਂ ਸਕ੍ਰਿਪਟਾਂ ਵੀ ਕਾਫੀ ਲਿਖੀਆਂ ਜਾਂ ਡਾਇਲੋਗਸ ਤੁਸੀਂ ਕਾਫੀ ਲਿਖੇ 6-7 ਫਿਲਮਾਂ ਲਿਖੀਆਂ ਨੇ ਕਿਤੇ ਨਾ ਕਿਤੇ ਦਿਮਾਗ 'ਚ ਇਹ ਹੁੰਦਾ ਕਈ ਵਾਰੀ ਤੁਸੀਂ ਜਿੱਦਾਂ ਕੋਈ ਅਲੱਗ ਅਲੱਗ ਪ੍ਰੋਡਕਸ਼ਨਾਂ 'ਚ ਕੰਮ ਕੀਤਾ ਅਲੱਗ ਅਲੱਗ ਤੁਸੀਂ ਮੂਵੀਆਂ 'ਚ ਕੰਮ ਕੀਤਾ ਜਦੋਂ ਕੋਈ ਨਵੀਂ ਸਕ੍ਰਿਪਟ ਆਉਂਦੀ ਕਿਤੇ ਨਾ ਕਿਤੇ ਦਿਮਾਗ 'ਚ ਇਹ ਹੁੰਦਾ ਵੀ ਯਾਰ ਆਹ ਕਰੈਕਟਰ ਮੇਰਾ ਨਾ ਮੈਨੂੰ ਇਸ ਤਰੀਕੇ ਨਾਲ ਮਿਲਣਾ ਚਾਹੀਦਾ ਆਪਣੀ ਚੁਆਇਸ ਹੁੰਦੀ ਆ ਬੰਦੇ ਦੀ
ਉਦਾਂ ਦਾ ਕੋਈ ਐਕਸਪੀਰੀਅੰਸ ਤੁਹਾਡਾ ਮਤਲਬ ਜਿੱਥੇ ਤੁਸੀਂ ਇਹ ਸੋਚਿਆ ਹੋਵੇ ਵੀ ਯਾਰ ਆਹ ਕਰੈਕਟਰ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਜਾਂ ਹੋਏ ਅੱਗੋਂ ਚੀਜ਼ ਮਿਲੀ ਜਾਂ ਨਾ ਮਿਲੀ ਉਹ ਅਲੱਗ ਚੀਜ਼ ਆ, ਫਿਰ ਉੱਥੇ ਜਾ ਕੇ ਕਿੰਨਾ ਕੁ ਚੈਲੰਜ ਆ ਜਾਂਦਾ? ਜਦੋਂ ਤਾਂ ਮਨਪਸੰਦ ਦਾ ਕਰੈਕਟਰ ਮਿਲਦਾ ਹੈ ਜੀ, ਫਿਰ ਤਾਂ ਜਦੋਂ ਕੰਮ ਹੀ ਤੁਹਾਡੇ ਮਨਪਸੰਦ ਦਾ ਮਿਲ ਗਿਆ ਜੀ, ਫਿਰ ਅੱਧਾ ਮੈਦਾਨ ਤਾਂ ਉੱਥੇ ਹੀ ਮਾਰ ਲਿਆ ਤੁਸੀਂ ਜੀ ਜੀ, ਤੁਹਾਡੇ ਮਨਪਸੰਦ ਹੈ ਇਹਦਾ ਮਤਲਬ ਤੁਸੀਂ ਉਹ ਕਰੈਕਟਰ ਨੂੰ ਬਹੁਤ ਛੇਤੀ ਫੜ ਲਓਗੇ, ਪਕੜ ਲਓਗੇ ਉਹ, ਔਰ ਫਿਰ ਜਿਹੜਾ ਉਹ ਕਰੈਕਟਰ ਖੇਡਣ ਦਾ ਜੋ ਆਨੰਦ ਜੋ ਮਜ਼ਾ ਆਉਂਦਾ ਜੋ ਮਨਪਸੰਦ ਦਾ ਕਰੈਕਟਰ ਮਿਲਦਾ ਉਹਦਾ ਤਾਂ ਫਿਰ ਤੋੜ ਹੀ ਨਹੀਂ ਹੁੰਦਾ। ਅਜੇ ਬਹੁਤ ਕੁਛ ਪਿਆ, ਬਹੁਤ ਕੁਛ ਕਰਨ ਵਾਲਾ, ਹੁਣ ਵੀ ਅੱਗੇ ਵੀ ਮੈਂ ਫਿਲਮਾਂ ਕਰ ਰਿਹਾ ਦੋ ਚਾਰ, ਜਿਹਦੇ 'ਚ ਰਾਈਟਰਸ ਕਹਿੰਦੇ ਨੇ ਕਿ ਯਾਰ ਆਹ ਤਾਂ ਰੋਲ ਸੋਹੀ ਹੀ ਕਰੂਗਾ, ਉੱਦਾਂ ਦਾ ਵੀ ਉੱਦਾਂ ਦੇ ਕਰ ਰਿਹਾ ਮੈਂ, ਉਹ ਆਉਣ ਵਾਲੀਆਂ ਫਿਲਮਾਂ 'ਚ ਨਜ਼ਰ ਵੀ ਆਊਗਾ ਉਹ। ਚੈਲੇਂਜ ਵਾਲੀ ਗੱਲ ਜਿਹੜੀ ਹੁੰਦੀ ਹੈ ਉਹ ਤੁਸੀਂ ਜਦੋਂ ਚੈਲੇਂਜ ਕਬੂਲ ਕਰਦੇ ਹੋ ਫਿਰ ਤੁਸੀਂ ਤੁਹਾਡੇ ਲਾਲਸਾ ਜਾਗਦੀ ਹੈ ਮਿਹਨਤ ਕਰਨ ਦੀ, ਹੋਰ ਵਧੀਆ ਕਰਾਂ ਹੋਰ ਵਧੀਆ ਕਰਾਂ, ਔਰ ਉਹ ਉਹੀ ਆ ਜਿਹਦੇ ਅੰਦਰੋਂ ਇਹ ਲਾਲਸਾ ਮਰ ਗਈ ਕਿ ਹੁਣ ਮੈਂ ਆਡੀਅੰਸ ਨੇ ਮੈਨੂੰ ਕਬੂਲ ਕਰ ਲਿਆ, ਮੈਂ ਜੋ ਕਰੂੰਗਾ ਆਡੀਅੰਸ ਉਹਨੂੰ ਵਾਹਵਾ ਵਾਹਵਾ ਕਰੂਗੀ, ਜਿੱਦਣ ਇਹ ਭੁਲੇਖੇ ਪੈਣ ਲੱਗ ਗਏ ਉੱਦਾਂ ਤੋਂ ਐਕਟਰ ਖਤਮ ਹੋ ਗਿਆ। ਉਹ ਇੱਕ ਜਿਵੇਂ ਆਪਾਂ ਕਹਿ ਦਈਏ ਜਿਹੜਾ ਇੱਕ ਆਰਟਿਸਟ ਬੰਦਾ ਆ ਉਹ ਕਹਿੰਦੇ ਵੀ ਉਹ ਆਪਣਾ ਨਹੀਂ ਹੁੰਦਾ, ਉਹ ਆਪਣੇ ਘਰਦਿਆਂ ਦਾ ਵੀ ਨਹੀਂ ਹੁੰਦਾ, ਉਹ ਹੁੰਦਾ ਆਡੀਅੰਸ ਦਾ। ਉਹ ਆਡੀਅੰਸ ਤਾਂ ਬਾਹਲੀ ਬਹੁਤ ਬਾਹਲੀ ਸੋਹਣੀ ਮੇਰੇ ਬਿਲਕੁਲ ਪਤੇ ਦੀ ਗੱਲ ਕਰਤੀ, ਕਿਉਂਕਿ ਮੈਂ ਹੁਣੇ ਕੱਲ੍ਹ ਪਰਸੋਂ ਸਿਸਟਰ ਦਾ ਫੋਨ ਆਇਆ, ਇੱਕ ਮੈਰਿਜ ਹੈ ਸਾਡੇ ਰਿਸ਼ਤੇਦਾਰਾਂ 'ਚ, ਸਿਸਟਰ ਨੇ ਘਰਦਿਆਂ ਨੂੰ ਵੀ ਪਤਾ ਉਹਨੇ ਪਹਿਲਾਂ ਹੀ ਕਹਿਤਾ ਵੀ ਇਹ ਦੇਖੋ ਜੇ ਤਾਂ ਵੀਰ ਦੀ ਸ਼ੂਟਿੰਗ ਸ਼ਾਟਿੰਗ ਹੋਈ ਫਿਰ ਤਾਂ ਨਹੀਂ ਆਉਂਦਾ ਉਹ, ਨਹੀਂ ਹੋਈ ਫਿਰ ਆਜੂਗਾ। ਸੋ ਉਹ ਹੈ ਉਹ ਸਾਰਿਆਂ ਨੂੰ ਕਲੀਅਰ ਹੈ ਕਿ ਮੇਰਾ ਜਿਹੜਾ ਫਸਟ ਲਵ ਹੈ ਉਹ ਐਕਟਿੰਗ ਹੈ। ਕਈ ਬੰਦੇ ਮੈਨੂੰ ਹੁਣ ਕਿਉਂਕਿ ਬਿਕੋਜ਼ ਆਈ ਐਮ ਸਿੰਗਲ, ਵਿਆਹ ਨਹੀਂ ਮੈਂ ਕਰਾਇਆ, ਤਾਂ ਉਹ ਚੱਕਰ 'ਚ ਮੈਨੂੰ ਬਹੁਤ ਲੋਕ ਪੁੱਛਦੇ ਰਹਿਣਗੇ ਭਾਜੀ ਵਿਆਹ ਨਹੀਂ ਕਰਾਇਆ ਇਹ ਕੀ ਗੱਲ ਹੋ ਗਈ, ਅੱਛਾ ਜੀ ਤੁਹਾਡਾ ਕੋਈ ਪਿਆਰ ਸੀ ਤੁਹਾਡਾ ਇਹ ਸੀ ਉਹ ਸੀ, ਮੈਂ ਕਹਿੰਦੀ ਭਰਾ ਕੁਛ ਨਹੀਂ ਸੀ ਮੇਰਾ ਫਸਟ ਲਵ ਆਹੀ ਸੀ ਐਕਟਿੰਗ ਐਕਟਿੰਗ। ਲੋਕ ਤੁਸੀਂ ਇੰਨੇ ਵਧੀਆ ਐਕਟਰ ਕਿਵੇਂ ਬਣ ਗਏ, ਮੈਂ ਕਿਹਾ ਇਹ ਇਸ਼ਕ ਐਕਟਿੰਗ ਨਾਲ ਇਸ਼ਕ ਸੀ ਮੈਨੂੰ। ਮੈਂ 12 ਸਾਲ ਮੈਂ ਥੀਏਟਰ ਕੀਤਾ, ਰਾਂਝੇ ਨੇ 12 ਸਾਲ ਮੱਝਾਂ ਚਲਾਈਆਂ ਸੀ, ਸਰਦਾਰ ਸੋਹੀ ਨੇ 12 ਸਾਲ ਥੀਏਟਰ ਕੀਤਾ। ਉਹ ਇਹ ਪਾਉਣਾ ਬਹੁਤ ਔਖਾ ਹੈ, ਜੋ ਮੁਕਾਮ ਪਾਇਆ ਉਹਦੇ ਵਾਸਤੇ 12 ਸਾਲ ਥੀਏਟਰ ਜਿਹੜਾ ਕੀਤਾ ਉਹ ਕਿੰਨੇ ਹਾਲਾਤਾਂ 'ਚ ਕੀਤਾ। ਮੈਂ ਥੀਏਟਰ ਜੁਆਇਨ ਕੀਤਾ 250 ਰੁਪਏ ਮਹੀਨੇ ਦੇ, 12 ਸਾਲ ਬਾਅਦ ਥੀਏਟਰ ਛੱਡਿਆ ਤਾਂ ਮੈਨੂੰ 700 ਰੁਪਏ ਮਹੀਨਾ ਮਿਲਦਾ ਸੀ, 250 ਰੁਪਏ ਮਹੀਨੇ 'ਚ ਗੁਜ਼ਾਰਾ ਹੁੰਦਾ ਸੀ ਕਦੇ, ਫਿਰ 700 ਉਹਦੇ ਵਿੱਚ ਵੀ ਨਹੀਂ ਸੀ ਹੁੰਦਾ। ਪਹਿਲਾਂ ਮੈਂ ਜ਼ਿਕਰ ਕੀਤਾ ਸੀ ਕਿ ਮੇਰੇ ਸਿਰ 'ਤੇ ਮੇਰੇ ਪਾਪਾ ਦਾ ਹੱਥ ਰਿਹਾ, ਮੈਨੂੰ ਮੇਰੇ ਕੱਪੜੇ ਮੇਰੀਆਂ ਜੁੱਤੀਆਂ ਮੇਰੇ ਪਾਪਾ ਜਦੋਂ ਪਿੰਡ ਜਾਂਦਾ ਸੀ ਉਹ ਲੈ ਕੇ ਦਿੰਦੇ ਸੀਗੇ ਵੀ ਚੱਲ ਬੇਟਾ ਤੇਰੀ ਜੁੱਤੀਆਂ ਤੇਰੇ ਸ਼ੂਜ਼ ਘੱਸ ਗਏ, ਚੱਲ ਆਪਾਂ ਧੂਰੀ ਚੱਲੀਏ ਕੱਪੜੇ ਤੈਨੂੰ ਨਵੇਂ ਲੈ ਦਿਆਂ ਅਤੇ ਉਹ ਲੈ ਦਿਆਂ। ਸੋ ਉਹ ਜਿਹੜੀ ਭੁੱਖ ਦੁੱਖ ਹੈ ਉਹਦਾ ਪਤਾ ਹੀ ਨਹੀਂ ਲੱਗਿਆ ਕਿਉਂਕਿ ਐਕਟਿੰਗ ਨਾਲ ਇਸ਼ਕ ਹੋ ਗਿਆ ਸੀ। ਮਤਲਬ ਮੈਂ ਉਹੀ ਗੱਲ ਕਰਨ ਜਾ ਰਿਹਾ, ਕਹਿੰਦੇ ਵੀ ਤੁਹਾਨੂੰ ਜਿੱਦਾਂ ਕਹਿੰਦੇ ਯਾਰ ਇੱਡੀ ਵਧੀਆ ਐਕਟਿੰਗ ਕਿੱਦਾਂ ਕਰ ਲੈਂਦੇ ਹੋ, ਉਹ ਜਿਵੇਂ ਕਹਿ ਲਓ ਵੀ ਇਹ ਰੋਸ਼ਨੀ ਤਾਂ ਸਾਰਿਆਂ ਨੂੰ ਦਿਖਦੀ ਪਈ ਆ, ਅੱਜ ਦੀ ਚਮਕ ਅੱਜ ਦੀ ਸ਼ੋਹਰਤ ਸਭ ਨੂੰ ਦਿਖਦੀ ਪਈ ਆ, ਪਰ ਉਹ ਗੱਲ ਫਿਰ ਉੱਥੇ ਆ ਗਈ ਵੀ ਇਸ ਚਮਕ ਤੱਕ ਪਹੁੰਚਣ ਲਈ ਪਿੱਛੇ ਕਿੰਨੇ ਹਨੇਰੇ ਵੇਖੇ ਨੇ ਇਹ ਕੋਈ ਨਹੀਂ ਵੇਖਿਆ। ਸੋ ਇਹ ਬੜੀ ਵਧੀਆ ਤੁਸੀਂ ਜਿਵੇਂ ਕਹਿ ਲਓ ਇੱਕ ਇਹ ਬੜੀ ਵਧੀਆ ਤੁਸੀਂ ਪੁਆਇੰਟ ਦੀ ਮਤਲਬ ਤੁਸੀਂ ਇਹ ਗੱਲ ਕੀਤੀ ਆ, ਅਤੇ ਗੱਲਾਂ ਆਪਾਂ ਤੁਹਾਡੇ ਕੋਲ ਹੋਰ ਵੀ ਕਰਨੀਆਂ ਪਰ ਫਿਰ ਵੇਲਾ ਹੋ ਗਿਆ ਮੈਂ ਤੁਹਾਡੇ ਕੋਲ ਵਾਰ ਵਾਰ ਪੁੱਛਦਾ, ਅਤੇ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਣੀ ਆ ਅਤੇ ਲੈ ਕੇ ਹੁਣ ਥੋੜ੍ਹਾ ਸੀਰੀਅਸ ਜੀ ਗੱਲ ਹੋ ਗਈ ਸੀ, ਹੁਣ ਬ੍ਰੇਕ ਲੈ ਲਓ ਆਪਾਂ ਨਵੀਂ ਤਾਜ਼ੀ ਗੱਲ ਸ਼ੁਰੂ ਕਰਾਂ। ਹਾਂਜੀ ਤਾਜ਼ੀ ਗੱਲ। ਸੋ ਦੋਸਤੋ ਆਪਣੀ ਜਿਵੇਂ ਕਹਿ ਲਓ ਵੀ ਇਹ ਸਫ਼ਰ ਦੀ ਜਿਹੜੀ ਬੱਸ ਆ ਆਪਾਂ ਇੱਥੇ ਥੋੜ੍ਹਾ ਟਾਈਮ ਰੋਕਣੀ ਆ, ਮਤਲਬ ਵੇਲਾ ਹੋ ਗਿਆ ਕਿ ਨਿੱਕੀ ਜਿਹੀ ਬ੍ਰੇਕ ਦਾ, ਤੁਸੀਂ ਚਿੰਤਾ ਨਹੀਂ ਕਰਨੀ, ਬਾਕੀ ਗੱਲਾਂ ਵੀ ਆਪਾਂ ਕਰਨੀਆਂ ਪਰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਫਿਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸਫ਼ਰ ਦੇ ਵਿੱਚ, ਅਤੇ ਸਫ਼ਰ ਦੇ ਸਾਥੀ ਸਰਦਾਰ ਸੋਹੀ ਜੀ, ਅਤੇ ਗੱਲਾਂ ਪਤਾ ਚੱਲ ਰਹੀਆਂ ਇਹਨਾਂ ਦੇ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਸਫ਼ਰ ਦੀਆਂ, ਅਤੇ ਸਫ਼ਰ ਦੀ ਜਿਹੜੀ ਬੱਸ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ, ਅਤੇ ਅਗਲੇ ਪੜਾਅ ਵੱਲ ਨੂੰ ਆਪਾਂ ਹੁਣ ਜਿਹੜਾ ਰਵਾਨਾ ਹੋ ਚੁੱਕੇ ਹਾਂ, ਅਤੇ ਗੱਲਬਾਤ ਮਤਲਬ ਕਿ ਫਿਲਮਾਂ ਦੀ ਚੱਲ ਰਹੀ ਸੀ। ਸੋਹੀ ਸਾਹਿਬ ਫਿਰ ਮਤਲਬ ਕਿ ਤੁਸੀਂ ਪਹਿਲਾਂ ਵੀ ਸਾਰੀਆਂ ਗੱਲਾਂ ਮਤਲਬ ਦੱਸ ਦਿੱਤੀਆਂ, ਅਤੇ
ਤੁਸੀਂ ਅੰਗਰੇਜ਼ ਦੀ ਗੱਲ ਕੀਤੀ ਸੀ, ਅੰਗਰੇਜ਼ ਦੀ ਗੱਲ ਤੋਂ ਹੈਗੀ, ਪਰ ਤੁਸੀਂ ਫਿਰ ਅੱਗੇ ਜਾ ਕੇ ਨਾ ਥੋੜਾ ਜਿਹਾ ਅੱਗੇ ਜਾ ਕੇ ਅੰਗਰੇਜ਼ਾਂ ਤੋਂ ਸੇਵਾ ਪਾਣੀ ਕਰਾਉਣ ਲਈ ਬਾਹਰ ਵੀ ਗਏ ਸੀ। ਮਤਲਬ ਕਿ ਸਮਝ ਗਏ ਗੋਰਿਆਂ ਨੂੰ ਦਫਾ ਕਰੋ ਦੀ ਮੈਂ ਗੱਲ ਕਰਦਾ, ਗੋਰਿਆਂ ਨੂੰ ਦਫਾ ਕਰੋ ਦੇ ਵਿੱਚ ਤੁਸੀਂ ਫਿਰ ਮਤਲਬ ਬਾਹਰ ਜਾ ਕੇ ਅੰਗਰੇਜ਼ਾਂ ਤੋਂ ਸੇਵਾ ਵੀ ਕਰਾਈ ਸੀ, ਤੇ ਉਹਦੇ ਤੁਹਾਡਾ ਇਹਦਾ ਕਰੈਕਟਰ ਸੀ ਨਾ, ਮਤਲਬ ਕਿ ਤੁਸੀਂ ਵਿਚੋਲੇ ਦਾ ਕੰਮ ਵੀ ਕਰ ਲੈਂਦੇ ਹੋ, ਪਰ ਉਹ ਗੱਲ ਵੱਖਰੀ ਸੀ, ਉਦੋਂ ਆਪਣਾ ਰਿਸ਼ਤਾ ਸਿਰੇ ਨਹੀਂ ਚੜਿਆ ਸੀ। ਤੇ ਉਹਦੇ ਵਿੱਚ ਇੱਕ ਜਿਹੜਾ ਆਲ ਓਵਰ ਜਿੰਨੇ ਕਰੈਕਟਰ ਸੀ, ਉਹ ਮੂਵੀ ਬੜੀ ਇੰਟਰਟੇਨਮੈਂਟ ਦੀ ਸੀ, ਇੱਕ ਤੋਂ ਇੱਕ ਵੱਧ ਕੇ ਫਨੀ ਸੀ, ਤੇ ਉਹਦੇ ਚ ਤੁਹਾਡਾ ਇੱਕ ਕਾਮੇਡੀ ਦਾ ਬੜਾ ਅਲੱਗ ਜਿਹਾ ਹੀ ਇੱਕ ਆਇਆ ਸੀ। ਉਹ ਤਾਂ ਮੇਰੇ ਯਾਦ ਹੈ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਅੰਗਰੇਜ਼ ਨੂੰ ਦੱਸ ਜਾ ਕੇ ਦੱਸਦਾ ਵੀ ਤੈਨੂੰ ਬੇਵਕੂਫ ਬਣਾ ਰਹੇ। ਹਾਂਜੀ ਹਾਂਜੀ, ਉਹ ਤਾਂ ਉਹ ਕਮਾਲ ਸੀ, ਉਹਦੇ ਹੱਥੋਂ ਅਖਬਾਰ ਫੜ ਕੇ ਖੋਹ ਕੇ ਸੁੱਟਣਾ, ਉਹ ਕਹਿੰਦਾ ਇਹਨੂੰ ਛੱਡ ਪਰੇ ਆ ਪੜ, ਉਹਨੂੰ ਪੰਜਾਬੀ ਦਾ ਅਖਬਾਰ ਪੜਾਈ ਜਾਂਦਾ। ਮੈਨੂੰ ਬੜੀ ਬੜਾ ਇੱਕ ਨਾ ਇੱਕ ਅਲੱਗ ਚੀਜ਼ ਸੀ, ਉਹ ਡਾਇਲੋਗ ਤਾਂ ਨਹੀਂ ਯਾਦ ਰਹਿੰਦੇ, ਉਹ ਕਰੈਕਟਰ ਸੀ ਬਸ, ਇੰਨਾ ਕਿ ਜਿਹੜਾ ਦਰਸ਼ਕਾਂ ਦੇ ਯਾਦ ਹੋ ਜਾਂਦੇ ਨੇ ਸੁਣ ਸੁਣ ਕੇ, ਸਾਡੇ ਇੰਨੇ ਡਾਇਲੋਗ ਨਹੀਂ ਯਾਦ ਰਹਿੰਦੇ। ਉਹਦੇ ਅੰਦਰ ਬੰਨ ਕੇ ਸੁੱਟਿਆ ਹੁੰਦੇ ਨੇ ਰੂਮ ਦੇ ਵਿੱਚ, ਉਹ ਬਹੁਤ ਸੋਹਣਾ ਸੀਕੁਐਂਸ ਸੀਗਾ ਵਾਰ ਵਾਰ, ਤੇ ਉਹ ਅੱਛੀ ਫਿਲਮ ਸੀ। ਫਿਰ ਉੱਥੇ ਬਾਹਰ ਜਾਂਦੇ ਆ ਆਪਣੇ ਜੰਗਲ ਪਾਣੀ, ਜੰਗਲ ਪਾਣੀ ਜਾਂਦੇ ਹੈ, ਉਹ ਬਹੁਤ ਘੈਂਟ ਸੀ ਸੀਗਾ, ਤੇ ਉਹ ਅੰਦਰ ਜਾਂਦਾ, ਅੰਦਰ ਜਾ ਕੇ ਦੇਖ ਕੇ ਮੁੜ ਜਾਂਦਾ ਵੀ ਇੰਨੀ ਸਾਫ਼ ਸੁਥਰੀ ਥਾਂ, ਮੈਂ ਇੱਥੇ ਇੱਥੇ ਗੰਦ ਪਾਊਂਗਾ, ਕਹਿੰਦਾ ਕਹਿੰਦਾ ਗੰਦ ਪਾਉਣਾ, ਇਹ ਗੰਦ ਪਾਉਣ ਵਾਲੀ ਥਾਂ ਹੈ, ਬਾਹਰ ਉਸ ਤੋਂ ਬਾਅਦ ਤੁਸੀਂ ਹੋਰ ਵੀ ਕਾਫੀ ਮਤਲਬ ਕਿ ਹੁਣ ਜੇ ਮੂਵੀਆਂ ਦੇ ਗਣਾਈਏ ਤੇ ਬੜੀਆਂ ਹੀ ਆ ਜਾਂਦੀਆਂ, ਤੇ ਨਹੀਂ ਯਾਰ ਲੇਟੈਸਟ ਉਹ ਕੀਤੀ ਹੈ ਰਿਸ਼ੀ ਭੈਣ ਜੀ ਵੀ ਨਾਲ ਹੈਗੇ ਸੀ ਜੀ ਜੀ, ਪਾਰਟ ਟੂ ਬਣੀ ਜਿਹੜੀ ਫਿਲਮ ਆ ਉਹਦੇ ਐਮੀ ਵਿਰਕ ਵਾਲੀ। ਅੱਛਾ ਜੀ, ਅਨਿਕਾ ਜਲਦਰ, ਅਨਿਕਾ ਜਲਦਰ ਟੂ ਜੀ ਜੀ ਜੀ, ਉਹਦੇ ਚ ਬਹੁਤ ਸੋਹਣਾ ਕਰਦਾ, ਫਿਲਮਾਂ ਦੇ ਨਾਂ ਹੀ ਭੁੱਲਣ ਲੱਗ ਗਏ, ਇੰਨੀ ਫਿਲਮਾਂ ਕਰੀ ਬੈਠੇ। ਨਿੱਕਾ ਜਲਦਾ ਟੂ, ਮੈਂ ਤੁਹਾਨੂੰ ਉਹੀ ਗੱਲ ਕਰਦਾ ਵੀ ਇੰਡਸਟਰੀ ਦੇ ਵਿੱਚ ਜੇ ਆਪਣੀ ਬੋਲੀਵੁੱਡ ਇੰਡਸਟਰੀ ਦੀ ਗੱਲ ਕਰੀਏ ਤੇ 100 ਦੇ ਵਿੱਚ ਮੇਰੇ ਹਿਸਾਬ ਨਾਲ 95 ਫਿਲਮਾਂ ਦੇ ਵਿੱਚ ਭਾਜੀ ਜਿਹੜੇ ਦਿਸਣਗੇ, ਤੇ ਭਾਜੀ ਮੈਂ ਉਹੀ ਕਰੈਕਟਰ ਦੀ ਗੱਲ ਆ ਗਈ, ਕਰੈਕਟਰ ਤੁਸੀਂ ਕਾਮੇਡੀ ਦੇ ਵੀ ਕੀਤੇ, ਤੁਸੀਂ ਵਿਲਨ ਦੇ ਵੀ ਕੀਤੇ, ਤੁਸੀਂ ਐਜ ਏ ਹੀਰੋ ਵੀ ਕੀਤੇ ਆ, ਤੁਸੀਂ ਜਿਵੇਂ ਕਹਿ ਲਓ ਸੀਰੀਅਸ ਵੀ ਕੀਤੇ ਆ, ਰੋਮਾਂਟਿਕ ਆਲ ਓਵਰ ਤੁਸੀਂ ਸਾਰੇ ਕਰੈਕਟਰ ਕੀਤੇ ਆ। ਹੁਣ ਮੈਂ ਇਹ ਜਾਣਨਾ ਚਾਹਾਂਗਾ ਵੀ ਇਹਦੇ ਵਿੱਚ ਸਰਦਾਰ ਸੋਹੀ ਦਾ ਆਪਣਾ ਫੇਵਰੇਟ ਜਿਹੜਾ ਕਰੈਕਟਰ ਉਹ ਕਿਹੜਾ ਆ, ਜਿਹਨੂੰ ਕਰਕੇ ਸਰਦਾਰ ਸੋਹੀ ਵੀ ਬੜਾ ਸੈਟਿਸਫਾਈ ਹੁੰਦਾ, ਮੇਰੇ ਲਈ ਯਾਰ ਆਹ ਜਿਹੜੀ ਚੀਜ਼ ਬਣੀ ਨਾ ਇਹ ਕਰਕੇ ਬੜਾ ਨਜ਼ਾਰਾ ਆਉਂਦਾ, ਜਾਂ ਮੇਰੀ ਫੇਵਰੇਟ। ਨਹੀਂ ਦੇਖੋ, ਐਜ਼ ਐਨ ਐਕਟਰ ਤਾਂ ਹਰ ਕਿਰਦਾਰ ਕਰਕੇ ਨਜ਼ਾਰਾ ਆਉਂਦਾ, ਕਿਉਂਕਿ ਪਰ ਭਾਜੀ ਇੱਕ ਥੀਏਟਰ ਬੈਕਗ੍ਰਾਉਂਡ ਤੋਂ ਆ, ਲੇਕਿਨ ਮੈਨੂੰ ਜਿਹੜਾ ਥੋੜ੍ਹਾ ਜਿਹਾ ਹੈ ਨਾ ਜਿਹਦੇ 'ਚ ਮੈਨੂੰ ਪਤਾ ਕਿ ਪਕੜ ਵੀ ਵਧੀਆ ਰਹਿੰਦੀ ਹੈ, ਔਰ ਉਹ ਨੈਗੇਟਿਵ ਸ਼ੇਡ ਵਾਲੇ ਰੋਲ ਜ਼ਿਆਦਾ ਮੈਨੂੰ ਵਧੀਆ ਲੱਗਦੇ ਨੇ, ਪਸੰਦ ਕਰਦਾ, ਔਰ ਉਹ ਕਈ ਵਾਰੀ ਮੈਂ ਇਹ ਵੀ ਕਹਿਣਾ ਹੁੰਦਾ ਨੈਗੇਟਿਵ ਰੋਲ ਕਰਨ ਵਾਲੇ ਪੈਂਦੀਆਂ ਤਾਂ ਗਾਲਾਂ ਹੀ ਨੇ, ਪਰ ਮੈਂ ਕਈ ਵਾਰੀ ਦਰਸ਼ਕਾਂ ਨੂੰ ਇਹ ਵੀ ਕਹਿਣਾ ਹੁੰਦਾ ਵੀ ਦੇਖੋ ਵੀ ਮਿੱਤਰੋ, ਜਿਹੜਾ ਵੀ ਸਮਾਜ ਦਾ ਕੋਡ ਹੈ, ਸਮਾਜ ਦੀਆਂ ਤਰੁੱਟੀਆਂ ਨੇ, ਕਮਜ਼ੋਰੀਆਂ ਨੇ, ਸਮਾਜ 'ਚ ਗੰਦ ਪਿਆ, ਉਹ ਸਾਰਾ ਜਿਹੜੇ ਸਾਡੇ ਵਰਗੇ ਐਕਟਰ ਨੇ ਉਹਨਾਂ ਦੇ ਦੁਆਰਾ ਹੀ ਲੋਕਾਂ ਸਾਹਮਣੇ ਨੰਗਾ ਕੀਤਾ ਜਾਂਦਾ, ਇਸ ਕਰਕੇ ਹੀਰੋ ਵਾਸਤੇ ਨਾ ਤਾੜੀਆਂ ਮਾਰਿਆ ਕਰੋ, ਕਦੇ ਕਦੇ ਸਾਡੇ ਵਰਗੇ ਐਕਟਰਾਂ ਵਾਸਤੇ ਕਿਆ ਬਾਤ, ਉਹਨਾਂ ਵਿੱਚ ਤਾੜੀਆਂ ਮਾਰਦਿਆ ਕਰੋ ਵੀ ਭਾਈ ਤੁਸੀਂ ਗਾਲਾਂ ਖਾਂਦੇ ਹੋ, ਪਰ ਲੇਕਿਨ ਸਮਾਜ ਜੋ ਹੋ ਰਿਹਾ ਉਹਨੂੰ ਤੁਹਾਡੇ ਦੁਆਰਾ ਦਿਖਾਇਆ ਜਾ ਰਿਹਾ। ਕਿਆ ਬਾਤ ਹੈ, ਹੁਣ ਤਾੜੀਆਂ ਤਾਂ ਵਾਕਈ ਬਣਦੀਆਂ, ਇਹ ਗੱਲਾਂ ਹੁੰਦੀਆਂ ਨੇ, ਉਹ ਮੈਨੂੰ ਵਧੀਆ ਲੱਗਦੇ ਨੇ। ਅੱਛਾ, ਵਿਲਨ ਦਾ ਕਰੈਕਟਰ ਮਤਲਬ ਕਿ ਤੁਹਾਨੂੰ ਵਧੀਆ ਲੱਗਦਾ ਆ? ਹਾਂਜੀ ਹਾਂ, ਵਧੀਆ ਲੱਗਦਾ। ਤੇ ਭਾਜੀ ਮਤਲਬ ਕਿ ਤੁਸੀਂ ਦੱਸਿਆ ਵਿਲਨ ਦਾ ਕਰੈਕਟਰ, ਵੈਸੇ ਤਾਂ ਤੁਸੀਂ ਦੱਸਿਆ ਉਹ ਚ ਕੀ ਸ਼ੇਡ ਬਹੁਤ ਹੁੰਦੇ ਨੇ ਖੇਡਣ ਦਾ, ਹਰ ਹੁਣ ਤਾਂ ਹੀਰੋ ਵਿਲਨ ਬਣਨ ਲੱਗ ਗਏ, ਕਿਉਂ ਉਹ ਅਖੀਰ 'ਚ ਜਾ ਕੇ 4 ਥੱਪੜ ਪੈਂਦੇ ਆ, ਲੇਕਿਨ ਉਸ ਤੋਂ ਪਹਿਲਾਂ ਤਾਂ ਰਾਜ ਕਰਦਾ ਪੂਰੀ ਫਿਲਮ 'ਚ, ਸਾਰੀ ਫਿਲਮ 'ਚ ਟੌਰ, ਸਾਰੀ ਫਿਲਮ ਟੌਰ, ਉਹ 'ਚ ਵੇਰੀਏਸ਼ਨ ਬਹੁਤ ਹੁੰਦੀਆਂ ਨੇ, ਕਿਉਂ ਜਦੋਂ ਤੁਸੀਂ ਲੋਕਾਂ ਨੂੰ ਬੁੱਧੂ ਬਣਾਉਣਾ, ਬਦਮਾਸ਼ੀ ਕਰਨੀ ਹੈ, ਬੁੱਧੂ ਬਣਾ ਕੇ ਕੀਤੀ ਜਾਂਦੀ ਹੁੰਦੀ ਹੈ, ਉਹਦੇ 'ਚ ਖੇਡਣ ਨੂੰ ਬਹੁਤ ਕੁਛ ਮਿਲਦਾ। ਵੈਸੇ ਜਿਵੇਂ ਕਹਿ ਲਓ ਇੱਕ ਸ਼ਾਰਪ ਮਾਈਂਡਰ ਬੰਦਾ ਹੁੰਦਾ ਉਹ, ਹਾਂ ਉਹ ਉਹ ਤੁਹਾਡੀ ਜਿਵੇਂ ਪਹਿਲਾਂ ਤੁਸੀਂ ਕਿਹਾ ਜੀ ਤੁਹਾਡੀ ਅੱਖ ਬੋਲਦੀ ਹੈ, ਜਿਹਦੀ ਅੱਖ ਨਹੀਂ ਬੋਲਦੀ ਉਹ ਵਿਲਨ ਨਹੀਂ ਹੋ ਸਕਦਾ। ਜੀ ਜੀ ਜੀ,
ਅਮਰੀਸ਼ਪੁਰੀ ਸਾਹਿਬ, ਪੁਰਾਣ ਸਾਹਿਬ, ਪੁਰਾਣ ਸਾਹਿਬ ਬਹੁਤ ਵੱਡਾ ਫੈਨ ਰਿਹਾ। ਫਿਰ ਅਮਰੀਸ਼ਪੁਰੀ ਸਾਹਿਬ ਉਹਨਾਂ ਨਾਲ ਤਾਂ ਅਮਰੀਸ਼ਪੁਰੀ ਜੀ ਨਾਲ ਤਾਂ ਮੈਂ ਦੋ ਤਿੰਨ ਫਿਲਮਾਂ 'ਚ ਰੋਲ ਵੀ ਕੀਤੇ ਛੋਟੇ ਛੋਟੇ, ਤੋ ਐਲਾਨ ਕੀਤੀ ਸੀ ਉਹਨਾਂ ਨਾਲ, ਦਿਵਯ ਸ਼ਕਤੀ ਕੀਤੀ, ਇੱਕ ਵਾਰਿਸ ਆਈ ਸੀ ਸਮਿਤਾ ਬਟਲ ਵਾਲੀ, ਉਹਦੇ 'ਚ ਦੋ ਤਿੰਨ ਸੀਨ ਕੀਤੇ ਸੀਗੇ। ਉਹ ਪਰਮਾਤਮਾ ਨੇ ਉਹਨਾਂ ਨੂੰ ਵੀ ਕਿਹਾ, ਕਿਆ ਆਵਾਜ਼, ਕਿਆ ਜੋ ਪੰਜਾਬੀ ਬੰਦੇ ਹੁੰਦੇ ਚੌੜੇ ਚੱਕਲੇ, ਬੋਡੀ ਬਹੁਤ ਸੋਹਣੀ ਸੀ ਉਹਨਾਂ ਦੀ। ਤੋ ਉਹ ਗੱਲਾਂ ਪੁਰਾਣ ਸਾਹਿਬ, ਉਹ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਲਿਖਿਆ ਸੀ ਉਹਨਾਂ ਕਿ ਪੁਰਾਣ ਸਾਹਿਬ ਨਾਂ ਹੀ ਨਹੀਂ ਰੱਖਿਆ ਕਿਸੇ ਨੇ 35-40 ਸਾਲ ਨਾ, ਇਹੋ ਜਿਹੇ ਕਦਮ ਬਦਮਾਸ਼ ਦਾ ਇਹ ਨਾਂ ਨਹੀਂ ਰੱਖਣਾ ਆਪਣੀ ਔਲਾਦ ਦਾ। ਸੋ ਉਹਨਾਂ ਉਹਨਾਂ ਬੰਦਿਆਂ ਦੇ ਸੋ ਭਾਜੀ ਗੱਲ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਵੀ ਉੱਦਾਂ ਨਾਂ ਨਹੀਂ ਰੱਖਦੇ ਹੁੰਦੇ ਸੀ, ਮੈਂ ਤੁਹਾਡੀ ਆਪਣਾ ਸੰਨੀ ਦਿਓਲ ਭਾਈ ਨਾਲ ਤੁਹਾਡੀ ਮੂਵੀ ਆਈ ਸੀ ਕਾਫਿਲਾ। ਹਾਂਜੀ ਹਾਂਜੀ, ਕਾਫਿਲਾ ਦੇ ਵਿੱਚ ਵੀ ਜਿਹੜਾ ਤੁਹਾਡਾ ਕਰੈਕਟਰ ਸੀ ਉਹ ਇੱਕ ਏਜੰਟ ਦਾ ਸੀ। ਤੁਸੀਂ ਮੇਰੀ ਸਾਰੀਆਂ ਫਿਲਮਾਂ ਦੇਖੀਆਂ ਨੇ? ਮੈਂ ਭਾਈ ਮੈਂ ਸਾਰੀਆਂ ਫਿਲਮਾਂ ਵੇਖੀਆਂ। ਕਾਫਿਲਾ ਕਾਫਿਲਾ ਵੀ ਕਮਾਲ, ਕਾਫਿਲਾ ਦਾ ਕਨਸੈਪਟ ਸੀ, ਕਾਫਿਲਾ ਦੀ ਗੱਲ ਵਧੀਆ ਲੱਗਦੀ ਹੈ ਨਾ, ਉਹ ਇਹ ਹੈ ਕਿ ਐਕਟਰ ਦੀ ਵੇਰੀਏਸ਼ਨ ਦਾ ਪਤਾ ਲੱਗਦਾ। ਜੀ ਜੀ, ਐਕਟਰ ਜ਼ੁਬਾਨ ਦਾ ਗੁਲਾਮ ਨਹੀਂ ਹੁੰਦਾ। ਜੀ ਜੀ, ਜ਼ੁਬਾਨ ਕੀ ਹੁੰਦੀ ਹੈ? ਉਹਦੇ 'ਚ ਮੈਂ ਮੁਲਤਾਨੀ ਕਰੈਕਟਰ ਕੀਤਾ ਸੀਗਾ, ਜਿਹੜੀ ਭਾਸ਼ਾ ਮੈਂ ਬੋਲੀ ਉਹ ਮੈਨੂੰ ਅਮਿਤ ਉਹ ਜਮਾਨ ਡਾਇਰੈਕਟਰ ਸੀ ਉਹਨੂੰ ਮੈਂ ਕਿਹਾ, ਉਹ ਕਹਿੰਦੇ ਇੱਦਾਂ ਦਾ ਕਰੈਕਟਰ ਹੈ, ਮੈਂ ਥੋੜ੍ਹੀ ਜਿਹੀ ਬੋਲ ਕੇ ਸੁਣਾਈ, ਉਹ ਯਾਰ ਬਹੁਤ ਆਸ ਪਾਸ ਹੈ। ਫਿਰ ਮੈਂ ਕਿਹਾ ਕੁਛ ਥੋੜ੍ਹੀ ਹੈਲਪ ਕਰ ਦਿਓ, ਉਹਨਾਂ ਨੇ ਉੱਥੋਂ ਮੈਨੂੰ ਦੋ ਸੀਡੀਜ਼ ਮੰਗਾ ਕੇ ਦਿੱਤੀਆਂ ਜਿਹੜੀਆਂ ਉਸ ਭਾਸ਼ਾ 'ਚ ਸ਼ੂਟ ਹੋਈਆਂ ਹੋਈਆਂ ਸੀਗੀਆਂ, ਉਹ ਸੁਣੀਆਂ ਮੈਂ, ਮਾਰਕ ਕਰ ਲਿਆ। ਮਾਰਕ ਕਰਨ ਵਾਲੀ ਇੱਦਾਂ ਕਿਵੇਂ ਆ ਜਾਂਦਾ? ਮੈਂ ਆ ਜਾਂਦਾ ਲਤਾ ਜੀ, ਆਸ਼ਾ ਜੀ, ਅਸੀਂ ਪੰਜਾਬੀ ਫਿਲਮ 'ਚ ਗਾਣਾ ਗਵਾਇਆ ਆਸ਼ਾ ਭੋਂਸਲੇ ਕੋਲੋਂ, ਉਹਨਾਂ ਨੇ ਬੋਲਿਆ, ਆਸ਼ਾ ਜੀ ਨੇ ਬੋਲਿਆ ਕਿ ਬਹੁਤ ਸਮੇਂ ਕੇ ਬਾਅਦ ਬੋਲ ਰਹੀ ਹੂੰ ਤੋ ਗਾਣਾ ਗਾ ਰਹੀ ਹੂੰ, ਥੋੜ੍ਹਾ ਬੋਲ ਕੇ ਸੁਣਾਓਗੇ? ਮੈਂ ਟਿੱਕ ਕਰ ਲੂੰਗੀ। ਟਿੱਕ ਕਰਕੇ ਪਰਫੈਕਟ ਪੰਜਾਬੀ ਬੋਲੀ ਉਹਨਾਂ ਨੇ, ਉੱਦਾਂ ਹੀ ਉਹ ਮੈਂ ਟਿੱਕ ਕਰ ਲਿਆ ਵੀ ਆਹ ਇੱਦਾਂ ਬੋਲਦਾ, ਇੱਦਾਂ ਬੋਲਦਾ, ਇੱਦਾਂ ਬੋਲਦਾ। ਇੱਥੇ ਲੁਧਿਆਣਾ ਹੀ ਸਾਡੇ ਇੱਕ ਦੋਜੀ ਹੁੰਦਾ ਸੀਗਾ, ਜਦੋਂ ਟਿਵਾਣਾ ਸਾਹਿਬ ਕੋਲ ਅਸੀਂ ਥੀਏਟਰ ਕਰਦੇ ਸੀ, ਉੱਥੋਂ ਅਸੀਂ ਦੁੱਧ ਲੈਣ ਜਾਂਦੇ ਸੀਗੇ, ਉਹ ਬੰਦਾ ਮੁਲਤਾਨੀ ਸੀ, ਉਹ ਬੋਲਦਾ ਸੀ ਇਹ ਤੇ ਬਾਹਰ ਨੂੰ ਬਹਿਰ ਕਹਿਣਾ, ਇੱਦਾਂ ਬੋਲਣਾ। ਉਹ ਮੈਂ ਸੁਣਾਇਆ ਬੋਲ ਕੇ ਅਮਿਤੋਜ ਨੂੰ, ਕਹਿੰਦਾ ਬਹੁਤ ਵਧੀਆ। ਉਹਦੇ 'ਚ ਮੇਰੇ ਯਾਦ ਹੈ ਕਈ ਬੰਦੇ ਜੀ ਇੱਕ ਡਾਇਲੋਗ, ਮੈਂ ਕਿਹਾ ਹਾਂ ਯਾਰ ਉਹ ਜ਼ਬਾਨ ਬਹੁਤ ਵਧੀਆ ਲੱਗਦੀ ਮੈਨੂੰ। ਮੈਂ ਮੁੰਡਿਆਂ ਨੂੰ ਕਹਿਣਾ ਜਦੋਂ ਮਾਸਕੋ ਲੈ ਕੇ ਜਾਂਦੇ ਹਾਂ, ਉੱਥੋਂ ਅੱਗੇ ਫਿਰ ਨਿਕਲਣਾ ਹੁੰਦਾ, ਉਹ ਡਾਇਲੋਗ ਸੀਗਾ, ਘਰ ਕੇ ਬਹਿਰ ਖਾ ਵੀ ਖਤਮ ਨਹੀਂ ਰੱਖਾ, ਸਿੱਧਾ ਉਠਾ ਕੇ ਮਾਸਕੋ ਭੇਜ ਦੀਗਾ। ਆਹ ਲੈਂਗੁਏਜ ਹੈ ਜਿਹੜੀ, ਇਹ ਹੁਣ ਇੱਥੇ ਮਾਲਵੇ ਦਾ ਜੱਟ ਆਹ ਲੈਂਗੁਏਜ ਬੋਲ ਰਿਹਾ ਉੱਥੇ ਬੈਠ। ਬੜੀ ਉਹਦੇ 'ਚ ਤੁਹਾਡਾ ਇੱਕ ਉਹ ਵੀ ਹੈ, ਜਦੋਂ ਸਨੀ ਦਿਓਲ ਤੁਹਾਨੂੰ ਫੜ ਲਏ, ਤੁਸੀਂ ਕਹਿੰਦੇ ਜੇ ਵੀ ਇਹ ਤੂੰ ਵੀ ਮੁਸਲਮਾਨ ਹੈ, ਮੈਂ ਵੀ ਮੁਸਲਮਾਨ, ਇਹ ਤੋਂ ਪਰਾਏ ਆ, ਮਿਲ ਬਾਟ ਕੇ ਖਾਏ, ਉਹ ਮੈਨੂੰ ਤੁਹਾਡੇ ਡਾਇਲੋਗ ਯਾਦ ਨੇ। ਤੇ ਇਹ ਹੋ ਗਈ ਜੀ ਬਾਲੀਵੁੱਡ ਦੀ ਗੱਲ ਹੋ ਗਈ, ਹੁਣ ਆਪਾਂ ਥੋੜ੍ਹਾ ਜਿਹਾ ਬਾਲੀਵੁੱਡ 'ਚ ਫਿਰ ਆ ਜਾਂਦੇ ਹਾਂ ਵਾਪਸ। ਤੇ ਭਾਜੀ ਤੁਸੀਂ ਆਲ ਓਵਰ ਕਾਫੀ ਤੁਸੀਂ ਸਾਰੇ ਐਕਸਪੀਰੀਅੰਸ ਦੇਖੇ ਹੋਏ ਨੇ ਸਾਰੇ, ਪਰ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਥੀਏਟਰ ਦੇ ਵਿੱਚ ਆਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਆ, ਔਰ ਥੀਏਟਰ ਤੋਂ ਬਾਅਦ ਐਕਟਿੰਗ ਦੇ ਵਿੱਚ ਆਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ, ਇੱਕ ਬੜਾ ਲੰਮਾ ਜਿਵੇਂ ਕਹਿ ਲਓ ਐਕਸਪੀਰੀਅੰਸ, ਚਾਹੇ ਕੋਈ ਕਿਸੇ ਖੇਤਰ ਦਾ ਬੰਦਾ, ਉਹਦੇ ਲਈ ਰਿਆਜ਼ ਜ਼ਰੂਰੀ ਆ, ਚਾਹੇ ਉਹ ਸਪੋਰਟਸਮੈਨ ਹੈ ਉਹਨੂੰ ਉਹਦੇ ਲਈ ਵੀ ਰਿਆਜ਼ ਜ਼ਰੂਰੀ ਆ, ਚਾਹੇ ਉਹ ਇੱਕ ਜਿਵੇਂ ਮਕੈਨਿਕ ਹੈ ਨਾ ਉਹਦੇ ਲਈ ਵੀ ਰਿਆਜ਼ ਜ਼ਰੂਰੀ ਆ, ਉਹਨੂੰ ਤਜਰਬਾ ਚਾਹੀਦਾ। ਪਰ ਅੱਜ ਦੀ ਆਪਾਂ ਦੌਰ ਦੀ ਗੱਲ ਕਰੀਏ, ਕਈ ਮਤਲਬ ਕਿ ਨਵੇਂ ਜਿਹੜੇ ਚਿਹਰੇ ਆ ਰਹੇ ਨੇ, ਉਹ ਜਿਵੇਂ ਕਹਿ ਲਓ ਐਕਸਪੀਰੀਅੰਸ ਘੱਟ ਲੈ ਕੇ ਆ ਰਹੇ ਨੇ ਡਾਇਰੈਕਟਲੀ ਜਿਵੇਂ ਇੰਡਸਟਰੀ ਦੇ ਵਿੱਚ ਆ ਰਹੇ ਨੇ, ਤੇ ਕੁਛ ਤਾਂ ਚੱਲ ਰਹੇ ਨੇ ਕੁਛ ਨਹੀਂ ਚੱਲ ਰਹੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਦੇਖੋ, ਉਹਦੇ ਬਾਰੇ ਮੈਂ ਕਦੇ ਵੀ ਨੈਗੇਟਿਵ ਨਹੀਂ ਬੋਲਦਾ ਹੁੰਦਾ। ਜੀ ਜੀ, ਉਹਦੀ ਦੇਖੋ ਵਜ੍ਹਾ ਕੀ ਹੁੰਦੀ ਹੈ, ਜਿਵੇਂ ਨਵੇਂ ਆ ਰਹੇ ਨੇ ਫਰਜ਼ ਕਰੋ ਸਿੰਗਰ ਆ ਰਹੇ ਨੇ, ਸਿੰਗਰ ਕਰਾਊਡ ਪੁਲਰ ਨੇ, ਕੋਈ ਸਟਾਰ ਸਨ ਆਉਂਦਾ, ਸਨੀ ਦਿਓਲ ਵੀ ਆਇਆ ਸੀਗਾ, ਸੰਜੇ ਦੱਤ ਵੀ ਆਇਆ ਸੀ। ਸੰਜੇ ਦੱਤ ਆਇਆ ਤਾਂ ਉਹ ਸ਼ੁਰੂ 'ਚ ਸੰਜੇ ਦੱਤ ਨੂੰ ਵੀ ਲੋਕਾਂ ਨੇ ਹੋਲਡ ਕੀਤਾ, ਮੇਰੇ ਯਾਦ ਹੈ ਫਿਲਮ ਸੀਗੀ ਦਲੀਪ ਸਾਹਿਬ ਸੀਗੇ, ਇਹਦੇ 'ਚ ਸੰਜੀਵ ਕੁਮਾਰ ਵੀ ਸੀਗਾ, ਉਹ ਵਿਧਾਤਾ, ਉਹਦੇ 'ਚ ਲੋਕਾਂ ਨੇ ਹੋਲਡ ਕੀਤਾ। ਜਦੋਂ ਸੰਜੇ ਦੱਤ ਅਬੂ ਬਾਬਾ ਸੰਜੀਵ ਕੁਮਾਰ ਅਬੂ ਬਾਬਾ ਕਹਿੰਦਾ, ਉੱਥੇ ਸੰਜੇ ਦੱਤ ਨੂੰ ਹੋਲਡ ਕੀਤਾ ਲੋਕਾਂ ਨੇ, ਫਿਰ ਉਹੀ ਸੰਜੇ ਦੱਤ ਬਾਅਦ 'ਚ ਉਹ ਹੋ ਗਿਆ ਕਿ ਉਹ ਯਾਰ ਕਿਆ ਪਰਸੋਨਾ, ਬੰਦਾ ਕਿਆ ਤੁਰਦਾ ਹੈ, ਕਿਆ ਵੋਕ ਹੈ, ਕਿਆ ਦੇਖਦਾ ਹੈ, ਕਿਆ ਐਕਟਰ ਹੈ, ਉਹਨੇ ਬਹੁਤ ਵੱਡੀਆਂ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ। ਸੋ ਉਹ ਜਿਹੜੀ ਉਹ ਇਨ ਫਰੰਟ ਆਫ ਕੈਮਰਾ ਸਿੱਖਦੇ ਨੇ, ਹੁਣ ਇਹ ਹੈ ਵੀ ਤੁਸੀਂ ਕਿੰਨਾ ਜਲਦੀ ਸਿੱਖਦੇ ਹੋ। ਪੰਜਾਬੀ ਇੰਡਸਟਰੀ 'ਚ ਸਿੰਗਰ ਤਾਂ ਬਹੁਤ ਤੁਰੇ ਫਿਰਦੇ ਨੇ, ਪਰ ਬਹੁਤ ਦੇ ਵਿੱਚੋਂ ਕਿੰਨੇ ਕੁ ਐਕਟਰ ਸ਼ਾਈਨ ਕੀਤੇ ਨੇ, ਕਿੰਨੇ ਕੁ ਸਾਹਮਣੇ ਆਏ ਨੇ, ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਜਿਨ੍ਹਾਂ ਦੇ ਵਿੱਚ ਕੁਛ ਟੈਲੈਂਟ ਹੈਗਾ ਸੀ, ਉਹ ਸ਼ਾਈਨ ਕਰ ਗਏ, ਬਾਕੀ ਆਏ ਗਏ ਹੋ ਗਏ, ਬਹੁਤ ਗਏ ਆ ਕੇ, ਮੈਂ ਨਾਂ ਨਹੀਂ ਲੈਂਦਾ, ਫਿਲਮ ਲਾਈਨ 'ਚ ਆਏ ਕਿੰਨੇ ਸਿੰਗਰ ਆਏ, ਤਾਂ ਬਾਅਦ ਦਿਸੇ ਨਹੀਂ ਕਿੱਧਰ ਗਏ।
ਉਹੀ ਆਪਾਂ ਮਤਲਬ ਕਿ ਗੱਲ ਕਰ ਰਹੇ ਹਾਂ ਮੈਂ ਕਿਹਾ ਵੀ ਕਈ ਆਏ ਕਈ ਚੱਲ ਜਾਂਦੇ ਕਈ ਨਹੀਂ ਚੱਲ ਜਾਂਦੇ ਮਤਲਬ ਜਿਹਨਾਂ ਜਿਹਨਾਂ ਨੇ ਮਿਹਨਤ ਕੀਤੀ ਜਿਵੇਂ ਤੁਸੀਂ ਦੱਸਿਆ ਵੀ ਕੈਮਰੇ ਦੇ ਅੱਗੇ ਜਿਹਨਾਂ ਜਿਹਨਾਂ ਮਿਹਨਤ ਕੀਤੀ ਉਹ ਅੱਜ ਵੀ ਚੱਲ ਰਹੇ ਨੇ ਅੱਗੇ ਵੀ ਚੱਲ ਰਹੇ ਨੇ ਹੋਰ ਗੱਲ ਵੀ ਹੈ ਜੀ ਪਤਾ ਕੀ ਹੈ ਜਿਹੜਾ ਇੱਕ ਏਜ ਫੈਕਟਰ ਹੁੰਦਾ ਹੀਰੋ ਵਾਸਤੇ ਹੀਰੋ ਦੀ ਏਜ ਹੁੰਦੀ ਹੈ ਹੀਰੋ ਹੀਰੋਇਨ ਦੀ ਏਜ ਹੁੰਦੀ ਹੈ ਉਹ ਯੰਗ ਮੁੰਡੇ ਕੁੜੀਆਂ ਚਾਹੀਦੇ ਹੁੰਦੇ ਨੇ ਜਿਹੜੇ ਯੰਗ ਮੁੰਡੇ ਕੁੜੀਆਂ ਨੇ ਉਹ ਸਾਡੀ ਤਰ੍ਹਾਂ 9-10 ਸਾਲ ਥੀਏਟਰ ਕਰਕੇ ਆਉਣਗੇ ਫਿਰ ਤਾਂ ਉਹਨਾਂ ਦੀ ਉਮਰ ਹੀਰੋ ਹੀਰੋਇਨ ਬਣਦੀ ਨਿਕਲ ਜੂਗੀ ਉਹ ਕਰੈਸ਼ ਕੋਰਸ ਛੋਟੇ ਛੋਟੇ ਕਰਕੇ ਆਉਂਦੇ ਹੁੰਦੇ ਨੇ ਉਹ 2-4-5-7 ਮਹੀਨੇ ਕਿਧਰੇ ਲਾ ਲਏ ਥੋੜ੍ਹੀ ਜਿਹੀ ਝਿਜਕ ਝਿਜਕ ਜਾਂਦੀ ਨਹੀਂ ਕੈਮਰਾ ਫੇਸਿੰਗ ਕੀ ਹੁੰਦਾ ਇਹ ਕੀ ਹੁੰਦਾ ਬਾਕੀ ਫਿਲਮ ਮੇਕਿੰਗ ਇਹੋ ਜਿਹੀ ਚੀਜ਼ ਆ ਉੱਥੇ ਤੁਹਾਡੀ ਹੈਲਪ ਕਰਨ ਵਾਲੇ ਬਹੁਤ ਬੰਦੇ ਬੈਠੇ ਹੁੰਦੇ ਨੇ ਜੇ ਤੁਹਾਨੂੰ ਥੋੜ੍ਹਾ ਜਿਹਾ ਬੇਸਿਕਸ ਪਤਾ ਲੱਗ ਗਿਆ ਨਾ ਫਿਰ ਉੱਥੇ ਤੁਹਾਨੂੰ ਡਾਇਰੈਕਟਰ ਹੈ ਰਾਈਟਰ ਹੈ ਮੇਕਅਪ ਮੈਨ ਹੈ ਮੇਕਅਪ ਕਰਨਾ ਹੈ ਫੋਟੋਗ੍ਰਾਫਰ ਫੋਟੋਗ੍ਰਾਫੀ ਸੋਹਣੀ ਕਰਨੀ ਹੈ ਉੱਥੇ ਤੁਹਾਨੂੰ ਨਿਖਾਰ ਦੇਣਾ ਸੋਹਣੇ ਸੋਹਣੇ ਲੱਗਣ ਲਾ ਦੇਣਾ ਡਾਂਸ ਡਾਇਰੈਕਟਰ ਨੇ ਤੁਹਾਨੂੰ ਸਟੈਪਸ ਕਰਾਉਣੇ ਨੇ ਉਹ ਥੋੜ੍ਹੇ ਬਕਾਇਦਾ ਪਹਿਲਾਂ ਵੈਲ ਰਿਹਰਸਲ ਰਿਹਰਸਲ ਹੋਣ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਕੈਮਰੇ ਸਾਹਮਣੇ ਨੱਚਣਾ ਟੱਪਣਾ ਗਾਉਣਾ ਗੀਤ ਗਾਉਣੇ ਆ ਤਾਂ ਉਹ ਬਹੁਤ ਕੁਛ ਹੈਲਪ ਬਹੁਤ ਹੁੰਦੀ ਹੈ ਤੋ ਨਵੇਂ ਜਿਹੜੇ ਆਉਂਦੇ ਆ ਗੱਲ ਇਹ ਆ ਵੀ ਅਗਰ ਤੁਹਾਨੂੰ ਚਾਂਸ ਮਿਲ ਗਿਆ ਉਹ ਚਾਂਸ ਅਵੇਲ ਕਿਵੇਂ ਕਰਦੇ ਹੋ ਉਹਦੇ 'ਤੇ ਕਿੰਨੀ ਕੁ ਮਿਹਨਤ ਕਰਦੇ ਹੋ ਜੇ ਤੁਸੀਂ ਟੇਕ ਇਟ ਈਜ਼ੀ ਲਓਗੇ ਕਿ ਮੈਂ ਕਰ ਲੂੰਗਾ ਲੈ ਲਿਆ ਤਾਂ ਕਰ ਲੂੰਗਾ ਮੈਂ ਉਹ ਫਿਰ ਨਹੀਂ ਹੁੰਦਾ ਉਹ ਤੁਸੀਂ ਸੀਰੀਅਸ ਮਿਹਨਤ ਕਰੋ ਅੱਜ ਦੇਖੋ ਅੱਜ ਆਪਣਾ ਦਲਜੀਤ ਦੋਸਾਂਝ ਗਿੱਪੀ ਗਰੇਵਾਲ ਹਿੰਦੀ ਫਿਲਮਾਂ ਬਾਲੀਵੁੱਡ ਵੀ ਕਰ ਰਹੇ ਨੇ ਔਰ ਇਹਨਾਂ ਦੋਹਾਂ ਨੇ ਬਹੁਤ ਵੱਡਾ ਨਾਮਣਾ ਖੱਟਿਆ ਅੱਜ ਤਾਂ ਸਿੰਗਰ ਹੀ ਸੀਗੇ ਦੋਵੇਂ ਅੱਜ ਹੁਣ ਗਿੱਪੀ ਡਾਇਰੈਕਟਰ ਵੀ ਬਣ ਗਿਆ ਜੀ ਜੀ ਮੈਂ ਉਹਦੀ ਡਾਇਰੈਕਸ਼ਨ ਕੰਮ ਕੀਤਾ ਕਾਫੀ ਮਤਲਬ ਸੁਪਰ ਡੁਪਰ ਮੂਵੀਆਂ ਵੀ ਉਹਨਾਂ ਦੀਆਂ ਹੋਈਆਂ ਸਾਰੀਆਂ ਜਿਹਨਾਂ 'ਚ ਇੱਕ ਸਭ ਤੋਂ ਵੱਡੀ ਮਿਸਾਲ ਹੈ ਅਰਦਾਸ ਅਰਦਾਸ ਫਿਲਮ ਕੀਤੀ ਐਸ ਡਾਇਰੈਕਟਰ ਜਦੋਂ ਸੈੱਟ 'ਤੇ ਪਹਿਲੀ ਵਾਰੀ ਗਿਆ ਤਾਂ ਲੱਗਦਾ ਸੀ ਯਾਰ ਗਿੱਪੀ ਡਾਇਰੈਕਟਰ ਡਾਇਰੈਕਸ਼ਨ ਦਊਗਾ ਪਰ ਉੱਥੇ ਜਾ ਕੇ ਦੇਖਿਆ ਪੂਰਾ ਕਮਾਂਡ ਈਚ ਐਂਡ ਐਵਰੀ ਡਿਪਾਰਟਮੈਂਟ ਦੇ ਬੰਦੇ ਨੂੰ ਨੌਲੇਜ ਉਹਨੇ ਜੋ ਇਕੱਲੇ ਇਕੱਲੇ ਐਕਟਰ ਨੂੰ ਹੋਵੇ ਹੈਂਡਲਿੰਗ ਹੁੰਦੀ ਐਕਟਰ ਦੀ ਉਹਨਾਂ ਨੂੰ ਸਮਝਾਉਣਾ ਉਹ ਸਾਰਾ ਸਿੱਖਿਆ ਉਹਨੇ ਇਸ ਤਰ੍ਹਾਂ ਅਗਰ ਬੰਦਾ ਇਸ ਤਰ੍ਹਾਂ ਰਾਈਜ਼ ਕਰਦਾ ਹੈ ਤਾਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਇਤਰਾਜ਼ ਹੋਣਾ ਚਾਹੀਦਾ ਵੀ ਸਿੰਗਰ ਹੀ ਆਈ ਜਾਂਦੇ ਨੇ ਸਿੰਗਰ ਹੀ ਆਈ ਜਾਂਦੇ ਨੇ ਸਿੰਗਰ ਕਰਾਊਡ ਪੁਲਰ ਹੈਗੇ ਸਿੰਗਰਾਂ ਦੀ ਮੈਂ ਤਾਂ ਕਹਿੰਦਾ ਇੱਕ ਪੰਜਾਬੀ ਇੰਡਸਟਰੀ ਨੂੰ ਦੇਣ ਹੈ ਕਿ ਲੋਕਾਂ ਨੂੰ ਸਿਨੇਮੇ ਤੱਕ ਸਿੰਗਰ ਲੈ ਕੇ ਆਏ ਨੇ ਜੀ ਜੀ ਬਿਲਕੁਲ ਹੁਣ ਜਿਹੜੇ ਹੋਰ ਕੋਈ ਨਵੇਂ ਹੀਰੋ ਆਏ ਨੇ ਮੈਂ ਤੁਸੀਂ ਗਿਣਾ ਕੇ ਦੱਸੋ ਕਿਹੜਾ ਬਿਨਾਂ ਸਿੰਗਰ ਤੋਂ ਕਿਹੜਾ ਪੰਜਾਬੀ ਇੰਡਸਟਰੀ ਨਵਾਂ ਨਵਾਂ ਹੀਰੋ ਆ ਕੇ ਸਥਾਪਿਤ ਹੋਇਆ ਨਹੀਂ ਨਹੀਂ ਹੋਇਆ ਨਹੀਂ ਹੋਇਆ ਬਿਲਕੁਲ ਬਿਲਕੁਲ ਮੌਕੇ ਮਿਲੇ ਵੀ ਨੇ ਜੀ ਜੀ ਪਰ ਨਹੀਂ ਸੋ ਸਿੰਗਿੰਗ ਵੀ ਇੱਕ ਰਿਲੇਟਡ ਕਲਾ ਹੈ ਲੋਕਾਂ ਸਾਹਮਣੇ ਜਾਣ ਦੀ ਖੜੇ ਹੋਣ ਦੀ ਅਦਾਕਾਰੀ ਉਹ ਵੀ ਅਦਾਕਾਰੀ ਹੈ ਸਦੀਕ ਸਾਹਿਬ ਜਦੋਂ ਖੜੇ ਰਣਜੀਤ ਕੌਰ ਨਾਲ ਨਖਰੇ ਕਰਦੇ ਸੀਗੇ ਉਹ ਛਿਣਕਾਟਾ ਪੈਂਦਾ ਗਲੀ ਗਲੀ ਪਰਫੋਰਮੈਂਸ ਹੈ ਉਹ ਪਰਫੋਰਮਰ ਹੁੰਦੇ ਹੀ ਨੇ ਐਕਟਿੰਗ ਥੋੜ੍ਹਾ ਜਿਹਾ ਵੱਖਰਾ ਹੈ ਇੰਨਾ ਕੁ ਤਾਂ ਜਦੋਂ ਤੁਸੀਂ ਇੱਕ ਦੋ ਫਿਲਮਾਂ ਕਰ ਲੈਂਦੇ ਹੋ ਤੁਸੀਂ ਨਿਖਾਰ ਆ ਜਾਂਦਾ ਤੋ ਮੈਂ ਇਸ ਗੱਲੋਂ ਸਾਨੂੰ ਥੋੜ੍ਹੀ ਜਿਹੀ ਚੁਭਦੀ ਪਤਾ ਨਹੀਂ ਕਿਉਂ ਹੈ ਇਸ ਕਰਕੇ ਸ਼ਾਇਦ ਚੁਭਦੀ ਹੋਊ ਵੀ ਉਹਨਾਂ ਨੂੰ ਈਜ਼ੀਲੀ ਬ੍ਰੇਕ ਮਿਲ ਜਾਂਦੀ ਹੈ ਜੀ ਜੀ ਬਿਲਕੁਲ ਬਿਲਕੁਲ ਤਾਂ ਲੋਕਾਂ ਨੂੰ ਇਹ ਹੁਣ ਹੀਰੋ ਬਣ ਗਿਆ ਪਰ ਸਿੰਗਰ ਬਣਨ ਵਾਸਤੇ ਉਹਦੇ ਪਿੱਛੇ ਚਾਤੀ ਮਾਰ ਕੇ ਅੱਜ ਮੈਂ ਸਾਰੇ ਲੋਕਾਂ ਨੂੰ ਦੱਸਦਾ ਹੁਣ ਮੇਰਾ ਇੰਨਾ ਐਕਸਪੀਰੀਅੰਸ ਸੁਣ ਕੇ ਬਹੁਤ ਨੂੰ ਹੋ ਗਿਆ ਹੋਊ ਕਈ ਬੰਦੇ ਜਿਹੜੇ ਪਹਿਲਾਂ ਪਹਿਲਾਂ ਮੈਨੂੰ ਦੇਖਣ ਲੱਗੇ ਸੀ ਫਿਲਮਾਂ 'ਚ ਨਹੀਂ ਮੇਰੀਆਂ ਪੁਰਾਣੀਆਂ ਫਿਲਮਾਂ ਦੇਖੀਆਂ ਸੀ ਉਹ ਯਾਰ ਆਹ ਪਤਾ ਆਇਆ ਇਹਦਾ ਬੜਾ ਵਧੀਆ ਐਕਟਿੰਗ ਕਰਦਾ ਹੈ ਹੀਰੋ ਹੀਰੋ ਇਹ ਕਿਵੇਂ ਆ ਗਿਆ ਫਿਲਮਾਂ 'ਚ ਸੋ ਉਹ ਪਿੱਛੇ ਦੀ ਕਾਲਨਾ ਜਿਹੜੀ ਉਹ ਨਹੀਂ ਕੋਈ ਵੀ ਨਹੀਂ ਜਾਣਦਾ ਹੁੰਦਾ ਸਿੰਗਰ ਜਿਹਨੇ ਜਿਹੜਾ ਸੁਰਾਂ ਦਾ ਰਿਆਜ਼ ਕਰਦਾ ਉਹਨੇ ਬਾਜਾ ਫੜ ਕੇ ਹਾਰਮੋਨੀਅਮ ਫੜ ਕੇ ਉਹ ਕਿੰਨੀ ਦੇਰ ਮੱਥਾ ਮਾਰਿਆ ਕਿਹੜੇ ਕਿਹੜੇ ਉਸਤਾਦਾਂ ਨੇ ਝਿੜਕਾਂ ਖਾਧੀਆਂ ਨੇ ਉਹ ਕੋਈ ਨਹੀਂ ਜਾਣਦਾ ਹੁੰਦਾ ਸੋ ਉਹ ਵੀ ਕਾਲਨਾ ਹੁੰਦੀ ਹੈ ਇੱਕ ਇਸ ਕਰਕੇ ਮਤਲਬ ਜ਼ਿੰਦਗੀ ਦਾ ਉਹ ਵੀ ਤਜਰਬਾ ਹੀ ਆ ਤਜਰਬਾ ਜਿਹੜਾ ਉਹ ਬਾਕੀ ਉਹੀ ਗੱਲ ਫਿਰ ਉਹੀ ਗੱਲ ਮੁੜ ਕੁੜ ਕੇ ਆ ਗਈ ਮਤਲਬ ਕਿ ਜਿਹੜੀ ਚਮਕ ਤਾਂ ਸਾਰਿਆਂ ਨੂੰ ਦੇਖਦੀ ਪਰ ਪਿਛਲੇ ਹਨੇਰੇ ਆ ਬਾਕੀ ਇਹ ਵੀ ਤੁਹਾਡੀ ਬੜੀ ਪੁਆਇੰਟ ਵਾਲੀ ਗੱਲ ਆ ਵੀ ਜਿਵੇਂ ਅਸੀਂ 10 ਸਾਲ ਥੀਏਟਰ ਕਰਦੇ ਨਾ ਜਿਵੇਂ ਹੀਰੋ ਹੀਰੋਇਨ ਆਉਣਾ ਯੰਗ ਏਜ ਦੇ ਵਿੱਚ ਹੀ ਆਉਣਗੇ ਫਿਰ ਜੋ ਇੰਨਾ ਸਿਰ ਥੀਏਟਰ ਕਰਨਗੇ ਹਾਂ 10-10 ਸਾਲ ਥੀਏਟਰ ਚਲਾਉਣਗੇ ਫਿਰ ਉਹ ਹੀ ਜਾਂਦੀ ਰਹੂ ਬਾਕੀ ਮੌਕੇ ਜਿਵੇਂ ਤੁਸੀਂ ਦੱਸਿਆ ਵੀ ਸਾਰਿਆਂ ਨੂੰ ਮਿਲ ਜਾਂਦੇ ਕੋਈ ਸਾਂਭ ਲੈਂਦਾ ਕੋਈ ਨਹੀਂ ਸਾਂਭਦਾ ਜਿਹੜੇ ਮਿਹਨਤ ਕਰ ਲੈਂਦੇ ਉਹ ਕਾਮਯਾਬ ਹੋ ਜਾਂਦੇ ਤੇ ਸੋਈ ਸਾਹਿਬ ਹੁਣ ਫਿਰ ਆਪਾਂ ਆਪਣਾ ਟਾਈਮ ਵੀ ਜਿਵੇਂ ਕਹਿ ਲਓ ਵੀ ਕਾਫੀ ਹੁਣ ਆਪਣੇ ਕੋਲ ਸੀਮਤ ਰਹਿ ਗਿਆ ਤੇ ਲਾਸਟ ਦੇ ਵਿੱਚ ਤੁਸੀਂ ਆਪਣੇ ਤੁਹਾਡੇ ਫਿਊਚਰ ਦੇ ਪਲਾਨ ਹੈ ਉਹ ਦੱਸ ਦਿਓ ਮਤਲਬ ਫਿਊਚਰ ਦੇ ਵਿੱਚ ਆਪਾਂ ਕੀ ਕੀ ਸਰਪ੍ਰਾਈਜ਼ ਲੈ ਕੇ ਆ ਰਹੇ ਹਾਂ
ਫਿਊਚਰ 'ਚ ਕਾਫੀ ਫਿਲਮਾਂ, ਇੱਕ ਤਾਂ ਮੇਰੀ ਹੁਣੇ ਸਤਿ ਸ਼੍ਰੀ ਅਕਾਲ ਇੰਗਲੈਂਡ ਰਿਲੀਜ਼ ਹੋਣ ਵਾਲੀ ਆ 17 ਤਰੀਕ ਨੂੰ, ਉਸ ਤੋਂ ਬਾਅਦ ਅੱਗੇ ਮੇਰੇ ਕੋਲ ਕਾਫੀ ਫਿਲਮਾਂ ਨੇ, ਕਈਆਂ ਦੇ ਟਾਈਟਲ ਵੀ ਯਾਦ ਨਹੀਂ ਰਹਿੰਦੇ ਮੈਨੂੰ। ਇੱਕ ਤਾਂ ਫਿਲਮ ਮੈਂ ਹੁਣੇ ਕਰਕੇ ਉਹ 'ਚ ਗਿੱਪੀ ਗਰੇਵਾਲ ਵੀ, ਉਹਦੇ 'ਚ ਛੋਟਾ ਜਿਹਾ ਗੈਸਟ ਅਪੀਅਰੈਂਸ ਹੈ ਪਰ ਮੈਨੂੰ ਵਧੀਆ ਲੱਗਿਆ ਕਿਉਂਕਿ ਉਹ ਚਾਈਨਾ ਵਾਰ 'ਤੇ ਬਣ ਰਹੀ ਹੈ ਫਿਲਮ, ਸੂਬੇਦਾਰ ਜੋਗਿੰਦਰ ਸਿੰਘ, ਉਹ ਬਹੁਤ ਸੋਹਣਾ, ਕਾਫੀ ਉਹਦੇ 'ਚ ਜਿਹੜੇ ਕਰੈਕਟਰ ਵੀ ਕਾਫੀ ਮਸ਼ਹੂਰ ਆ ਰਹੇ ਨੇ ਸਾਰੇ ਸੋਹਣੇ, ਉਹ ਛੋਟਾ ਕਰੈਕਟਰ ਪਰ ਮੈਨੂੰ ਕਰਕੇ ਵਧੀਆ ਲੱਗਿਆ। ਬਾਕੀ ਜਿਹੜੀਆਂ ਨਵੀਆਂ ਫਿਲਮਾਂ ਨੇ ਉਹਨਾਂ 'ਚੋਂ ਮੈਂ ਹੁਣੇ ਮੇਰੀ ਸ਼ੂਟਿੰਗ ਚੱਲ ਰਹੀ ਸੀ ਉਹਦੇ 'ਚ ਸੂਬੇਦਾਰ, ਉਹਦੇ 'ਚ ਹੈਗੀ ਇਹ ਹੋ ਗਈ ਇੱਕ ਹੈਗੀ ਕੇਰ ਸਿੰਘ ਦਾ ਕਤਲ, ਇੱਕ ਹੈਗੀ ਜੱਗਾ ਜਿਉਂਦਾ ਹੈ, ਅਤੇ ਆਉਣ ਵਾਲੀਆਂ 'ਚੋਂ ਇੱਕ ਸ਼ੂਟਿੰਗ ਸ਼ੁਰੂ ਹੋਣੀ ਹੈ ਇੱਕ ਲਾਟੂ। ਉਹ ਬੜਾ ਸੋਹਣਾ ਦੌਰ ਹੈ ਪੰਜਾਬੀ ਇੰਡਸਟਰੀ ਦਾ, ਲਾਟੂ ਹੈ ਉਹ, ਲਾਟੂ ਨਾਂ ਤੋਂ ਹੀ ਪਤਾ ਲੱਗ ਜਾਂਦਾ, ਲਾਟੂ ਅੱਗੇ ਬਿਜਲੀ ਦੇ ਬਲਬ ਨੂੰ ਕਹਿੰਦੇ ਹੁੰਦੇ ਸੀਗੇ। ਬਿਜਲੀ ਦੇ ਬਲਬ ਦੀ ਗੱਲ ਚੱਲੂ ਤਾਂ ਉਹ ਫਿਲਮ ਬਿਜਲੀ ਪੰਜਾਬ 'ਚ ਕਦੋਂ ਆਈ ਉਦੋਂ ਦਾ, ਉਦੋਂ ਉਸ ਦੌਰ ਦੀ ਗੱਲ ਹੈ। ਇਸ ਤਰ੍ਹਾਂ ਦੀਆਂ ਫਿਲਮਾਂ, ਇੱਕ ਪੁਰਾਣਾ ਫਿਲਮ ਕਰ ਰਿਹਾ ਇੱਕ, ਉਹ ਕੌਮੇਡੀ ਹੈ, ਪ੍ਰਾਹੁਣੇ ਆਪਣੇ ਕਿੰਨੇ ਤੰਗ ਕਰਦੇ ਨੇ ਆਪਾਂ ਨੂੰ। ਪ੍ਰਾਹੁਣਾ ਜ਼ਿਆਦਾਤਰ ਪ੍ਰਾਹੁਣਾ ਕਿਹਾ ਜਾਂਦਾ ਹੁੰਦਾ ਸੀ ਜੀਜੇ ਨੂੰ, ਘਰ ਦਾ ਪ੍ਰਾਹੁਣਾ ਜੀਜਾ ਜਾਂ ਫਿਰ ਫੁੱਫੜ, ਇਹ ਦੋ ਹੀ ਜਵਾਈ ਹੁੰਦੇ ਘਰ ਦੇ, ਉਹ ਭੂਆ ਦਾ ਘਰ ਵਾਲਾ ਹੁੰਦਾ ਸੀ, ਉਹ ਫੁੱਫੜ ਹੁੰਦਾ ਸੀ, ਇਹਦੇ ਭੈਣ ਦੇ ਘਰ ਵਾਲਾ ਜੀਜਾ, ਇਹ ਦੋਨੇ ਘਰ ਕਿੰਨੇ ਤੰਗ ਕਰਦੇ ਆ। ਉਹ ਇਹ ਪ੍ਰਾਹੁਣਾ ਹਿਲੇਰੀਅਸ ਕੌਮੇਡੀ ਹੈ, ਕਮਾਲ ਦੀ, ਕਿਆ ਬਾਤ ਹੈ, ਤੇ ਉਹ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ। ਕਿਆ ਬਾਤ ਹੈ, ਇਹ ਤਾਂ ਹੋ ਗਈ ਤੁਹਾਡੇ ਮਤਲਬ ਫਿਊਚਰ ਪਲਾਨ ਹੋ ਗਏ। ਹੁਣ ਫਿਰ ਜਾਂਦੇ ਜਾਂਦੇ ਮਤਲਬ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਮੈਸੇਜ ਜ਼ਰੂਰ ਦੇ? ਦਰਸ਼ਕ ਤਾਂ ਸਾਡੇ ਬਹੁਤ ਸਿਆਣੇ, ਮੈਂ ਤਾਂ ਦਰਸ਼ਕਾਂ ਸਾਹਮਣੇ ਕੀ ਉਹਨਾਂ ਨੂੰ ਸਿੱਖਿਆ ਦਊਂਗਾ। ਦਰਸ਼ਕ ਇਹੀ ਹੈ ਕਿ ਪੰਜਾਬੀ ਸਿਨੇਮੇ ਨੂੰ ਜੋ ਦਰਸ਼ਕਾਂ ਨੇ ਪਿਆਰ ਬਖਸ਼ਿਆ ਉਹਦਾ ਮੈਂ ਬਹੁਤ ਧੰਨਵਾਦੀ ਹਾਂ। ਇਸੇ ਤਰ੍ਹਾਂ ਪੰਜਾਬੀ ਸਿਨੇਮਾ ਦੇਖਦੇ ਰਹੋ, ਪੰਜਾਬੀ ਸਿਨੇਮਾ ਬੁਲੰਦੀਆਂ ਵੱਲ ਲਿਜਾਣ ਵਾਲੇ ਤੁਸੀਂ ਹੋ। ਤੁਸੀਂ ਘਰਾਂ 'ਚੋਂ ਨਿਕਲ ਕੇ ਇੰਨੇ ਪੈਸੇ ਖਰਚ ਕੇ, PVR ਸਿਨੇਮੇ ਦੀ ਟਿਕਟ ਬਹੁਤ ਮਹਿੰਗੀ ਹੈ, ਤੁਸੀਂ ਪੰਜਾਬੀ ਫਿਲਮਾਂ ਵਧੀਆ ਬਣਨ ਲੱਗ ਗਈਆਂ ਬੋਲੀਵੁੱਡ ਦੇ ਮੁਕਾਬਲੇ 'ਤੇ, ਤੁਸੀਂ ਉਹ ਛੱਡ ਕੇ ਆਪਣੀ ਮਾਤਰ ਭਾਸ਼ਾ ਦੀ ਮਾਂ ਬੋਲੀ ਦੀ ਫਿਲਮ ਪੰਜਾਬੀ ਦੇਖਣ ਜਾ ਰਹੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਸਾਨੂੰ ਨਿਵਾਜਦੇ ਰਹੋ, ਸਤਿ ਸ਼੍ਰੀ ਅਕਾਲ। ਅਤੇ TV6 ਇਨ ਟੋਰਾਂਟੋ 'ਤੇ ਗੱਲਬਾਤ ਕਰਕੇ ਫਿਰ ਅੱਜ ਕਿੱਦਾਂ ਲੱਗਿਆ ਜੀ? ਬਹੁਤ ਵਧੀਆ ਚੱਲ, ਬਹੁਤ ਵਧੀਆ, ਬਹੁਤ, ਕਿਉਂਕਿ ਟੋਰਾਂਟੋ ਦੀ ਗੱਲ ਕਰਦੇ ਹਾਂ, ਮੈਂ ਉੱਥੇ ਕੈਨੇਡਾ ਸ਼ੂਟਿੰਗ 2-3 ਫਿਲਮਾਂ ਕਰ ਆਇਆ, ਹੁਣੇ ਇੱਕ ਸਿੱਪੀ ਗਿੱਲ ਦੀ ਫਿਲਮ ਕਰਕੇ ਆਇਆ ਸੀਗਾ ਗਦਰੀ ਯੋਧੇ, ਉੱਥੇ ਟੋਰਾਂਟੋ ਵਿੱਚ ਮੇਰੇ ਰਿਲੇਟਿਵ ਵੀ ਨੇ, ਵੈਸੇ ਤਾਂ ਹੁਣ ਤਾਂ ਮੇਰੇ ਸਾਰੇ ਹੀ ਰਿਸ਼ਤੇਦਾਰ ਨੇ, ਜਿਹੜੇ ਜਿਹੜੇ ਦਰਸ਼ਕ ਦੇਖਦੇ ਨੇ ਉਹੀ ਮੇਰੇ। ਗੱਲ ਉਹੀ ਆ ਗਈ ਆ ਜੀ, ਆਰਟਿਸਟ ਆਪਣਾ ਨਹੀਂ ਹੁੰਦਾ, ਪਬਲਿਕ ਦਾ ਹੁੰਦਾ। ਗੱਲਬਾਤ ਕਰਕੇ ਤੁਹਾਡੀ ਜ਼ਿੰਦਗੀ ਦੇ ਜਿੰਨੇ ਐਕਸਪੀਰੀਅੰਸ ਸੀ ਉਹਦੇ ਤੋਂ ਮੈਂ ਪਰਸਨਲੀ ਬਹੁਤ ਕੁਝ ਸਿੱਖ ਕੇ ਚੱਲਿਆ, ਅਤੇ ਸਾਡੇ ਦਰਸ਼ਕ ਵੀ ਜਿਹੜੇ, ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਟੈਕਨੀਕਲ ਇਸ ਐਕਟਿੰਗ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ, ਉਹਨਾਂ ਲਈ ਵੀ ਬੜੀਆਂ ਬੜੇ ਜ਼ਿਆਦਾ ਟਿਪਸ ਸੀ। ਸੋ ਇਹ ਸਨ ਅੱਜ ਸਾਡੇ ਨਾਲ ਸਰਦਾਰ ਸੋਹੀ ਸਾਹਿਬ, ਜਿਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਆਪਾਂ ਗੱਲਾਂ ਬਾਤਾਂ ਕੀਤੀਆਂ, ਜ਼ਿੰਦਗੀ ਦੇ ਸਫ਼ਰ ਬਾਰੇ ਗੱਲਾਂ ਕੀਤੀਆਂ, ਔਰ ਇਹਨਾਂ ਦੇ ਜਿਹੜੇ ਫਿਊਚਰ ਦੇ ਜਿਹੜੇ ਸਫ਼ਰ ਨੇ ਉਹਨਾਂ ਦੇ ਵੀ ਆਪਾਂ ਜਾਣਾ ਪਾਇਆ, ਅਤੇ ਇੱਦਾਂ ਦੇ ਮਤਲਬ ਸਰਪ੍ਰਾਈਜ਼ ਆਪਣੇ ਕੋਲ ਹੋਰ ਵੀ ਨੇ, ਔਰ ਸੋਹੀ ਸਾਹਿਬ ਨਾਲ ਆਪਾਂ ਗੱਲਾਂ ਹੋਰ ਵੀ ਕਰਨੀਆਂ ਸੀ, ਪਰ ਕੀ ਕਰੀਏ ਜੀ, ਅੱਜ ਵੇਲਾ ਹੋ ਗਿਆ ਤੁਹਾਡਾ ਇਜਾਜ਼ਤ ਲੈਣ ਦਾ, ਮਤਲਬ ਕਿ ਅੱਜ ਜਿਹੜਾ ਟਾਈਮ ਹੋ ਗਿਆ ਉਹ ਇਜਾਜ਼ਤ ਲੈਣ ਦਾ ਹੋ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਚਿਹਰੇ ਨੂੰ ਲੈ ਕੇ ਤੁਹਾਡੇ ਰੂਬਰੂ ਫਿਰ ਦੁਬਾਰਾ ਤੋਂ ਹੋਵਾਂਗੇ। ਤਦ ਤੱਕ ਤੁਸੀਂ ਵੇਖਦੇ ਰਹੋ TV6 in Toronto ਚੈਨਲ 'ਤੇ, ਦਿਓ ਇਜਾਜ਼ਤ ਆਪਣੇ ਜਸਵਿੰਦਰ ਸਿੰਘ ਕਾਕੇ ਨੂੰ, ਅਤੇ ਵੇਖਦੇ ਰਹੋ ਆਪਣਾ ਫੇਵਰੇਟ ਪ੍ਰੋਗਰਾਮ ਸਫ਼ਰ 'ਤੇ। ਹੁਣ ਦਿਓ ਆ ਗਿਆ, ਸਤਿ ਸ਼੍ਰੀ ਅਕਾਲ।